ਸਤਿਗੁਰ ਨਦਰ ਕਰੇ, ਜੇ ਸਤਿਗੁਰ ਨਦਰ ਕਰੇ। ਨਿੱਕੇ ਆਏ ਅੱਜ ਨੂਰ ਪਰ ਖੁਸ਼ੀਆਂ ਜੀ ਅੱਜ ਜੀ ਅੱਜ ਛਾਇਆ ਆਇਆ, ਅੱਜ ਨੂਰ ਬੜਾ ਹੀ ਛਾਇਆ ਜੀ ਹਰ ਪਾਸੇ ਛਾਈਆਂ ਖੁਸ਼ੀਆਂ, ਛਾਈਆਂ ਖੁਸ਼ੀਆਂ ਜੀ ਅੱਜ ਜਨਮ ਦਿਹਾੜਾ ਆਇਆ। ਕਾਨੀ ਕਾਨੀ ਸ਼ੈਨ ਛਾਤੀ ਦਾਤਾ ਬਣਦੇ, ਦਾਤਾ ਬਣਦੇ ਜੀ ਦਿੰਦੇ ਸਭ ਨੂੰ ਪ੍ਰੇਮ ਨਿਸ਼ਾਨੀ। ਕਾਨੀ ਧੰਨ ਧੰਨ ਸਤਿਗੁਰੂ ਗਾਇਕ ਪ੍ਰੇਮੀ ਪ੍ਰਗਟ ਭਾਗੂ ਜੀ ਇੰਸਾ ਜੀ ਸਹੀ ਖੜੇ ਹੈ, ਆਪਣੀ ਆਪਣੀ ਜਗ੍ਹਾ ਪੇ ਪ੍ਰੇਮ ਸੇ ਬੈਠ ਜਾਏ, ਆਗੇ ਨਹੀਂ ਆਉਣਾ। ਖਾਸ ਕਰਕੇ ਬਹਿਨੋ ਕੋ ਬੇਨਤੀ ਹੈ, ਆਪਣੀ ਆਪਣੀ ਜਗ੍ਹਾ ਪੇ ਪ੍ਰੇਮ ਸੇ ਬੈਠੇ, ਪ੍ਰੇਮ ਸੇ ਬੈਠ ਕਰ ਆ ਬਹਿਨ ਬੰਦਗੀ ਸੁਣੇ ਜੀ।
ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ। ਸਤਿਗੁਰੂ ਜੀ ਕੀ ਪਿਆਰੀ ਸਾਧ ਸੰਗਤ ਜੀ, ਜੋ ਵੀ ਭੈਣ ਭਾਈ ਪੰਡਾਲ ਮੇ ਖੜੇ ਹੈ, ਖਾਸ ਕਰਕੇ ਬਹਿਣੋ ਕੋ ਬੇਨਤੀ ਹੈ ਤੋ ਆਪ ਆਪਣੀ ਆਪਣੀ ਜਗ੍ਹਾ ਪੇ ਪ੍ਰੇਮ ਸੇ ਬੈਠ ਜਾਏ। ਪ੍ਰੇਮ ਸੇ ਬੈਠ ਕਰ ਆਪ ਬੈਨ ਬੰਦਗੀ ਸੁਣੇ ਜੀ। ਮਸ਼ਹੂਰ ਗਾਇਕ ਪ੍ਰੇਮੀ ਪ੍ਰਗਟ ਭਾਗੂ ਜੀ ਇਨਸਾਨ ਬੈਨ ਬੋਲ ਰਹੇ ਹੈ ਜੀ। ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ। ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ। ਲੈ ਕੇ ਖੁਸ਼ੀ ਤੇ ਖੁਮਾਰੀ ਆਏ ਰੂਹਾਂ ਦੇ ਵਪਾਰੀ, ਲੈ ਕੇ ਖੁਸ਼ੀ ਤੇ ਖੁਮਾਰੀ ਆਏ ਰੂਹਾਂ ਦੇ ਵਪਾਰੀ, ਨੱਚੇ ਖਾਲੀ ਕਿਰਤੀ ਸਾਰੀ ਸਤਿਗੁਰ ਬਾੜੇ ਫੱਬ ਦੇ ਢੋਲ ਵੱਜਦੇ। ਢੋਲ ਵੱਜਦੇ ਢੋਲ ਵੱਜਦੇ ਸ਼ਸਤ ਨਾਮ ਜੀ, ਸ਼ਸਤ ਨਾਮ ਜੀ, ਕਾਕੇ ਬੰਦੇ ਦਾ ਚੋਲਾ ਬੜੇ ਸੋਹਣੇ ਲੱਗਦੇ। ਸ਼ਸਤ ਨਾਮ ਜੀ ਸਾਰਿਆਂ ਨੂੰ ਸੋਹਣੇ ਲੱਗਦੇ, ਸ਼ਸਤ ਨਾਮ ਜੀ ਸਾਰਿਆਂ ਨੂੰ ਸੋਹਣੇ ਲੱਗਦੇ। ਸੋਹਣਾ ਪੀਰ ਆ ਗਿਆ ਬਣਾਉਣ ਲਈ ਸਾਡੀ ਤਕਦੀਰ ਆ ਗਿਆ, ਜੜੀ ਨਵੀਂ ਹੈ ਸਵੇਰ ਲੱਗੇ ਖੁਸ਼ੀਆਂ ਦੇ ਢੇਰ, ਸਾਡਾ ਬਾਪੂ ਪੁੱਤਰ ਸ਼ੇਰ ਦੇਖੋ ਚੋਚ ਰੱਖਦੇ। ਸ਼ਸਤ ਨਾਮ ਜੀ, ਸ਼ਸਤ ਨਾਮ ਜੀ ਸਾਰਿਆਂ ਨੂੰ ਸੋਹਣੇ ਲੱਗਦੇ, ਬੜੇ ਸੋਹਣੇ ਲੱਗਦੇ ਜੀ, ਬੜੇ ਸੋਹਣੇ ਲੱਗਦੇ। ਸੱਚੇ ਦਿਲ ਰੱਬ ਨੂੰ ਆਵਾਜ਼ਾਂ ਮਾਰੀਆਂ, ਦੁਖੀ ਰਹੀਆਂ ਸੀ ਜੋ ਭੋਗ ਆ ਕੇ ਕੱਟ ਦਿੱਤੇ ਰੋਗ, ਕਰ ਦਿੱਤੀਆਂ ਨਿਰੋਗ ਕਰਮ ਕੱਟੇ ਸਭ ਦੇ। ਸ਼ਸਤ ਨਾਮ ਜੀ, ਸ਼ਸਤ ਨਾਮ ਜੀ ਸਾਰਿਆਂ ਨੂੰ ਸੋਹਣੇ ਲੱਗਦੇ, ਬੜੇ ਸੋਹਣੇ ਲੱਗਦੇ ਜੀ, ਬੜੇ ਸੋਹਣੇ ਲੱਗਦੇ। ਜਾਂਦੇ ਸੀ ਕੀਮਤੀ ਖਜ਼ਾਨੇ ਸਾਡੇ ਖੁੱਟੀ ਜਾਂਦੇ ਸੀ, ਲਗਾਈ ਕੋਈ ਦੇਰ ਕੀਤੀ ਸਾਰਿਆਂ ਤੇ ਮੇਰ ਕਾਲ ਤੇ ਡੰਡਾ ਦਿੱਤਾ ਫੇਰ ਚੋਰ ਜਾਣ ਭੱਜਦੇ। ਸ਼ਸਤ ਨਾਮ ਜੀ, ਸ਼ਸਤ ਨਾਮ ਜੀ, ਸ਼ਸਤ ਨਾਮ ਜੀ ਸਾਰਿਆਂ ਨੂੰ ਸੋਹਣੇ ਲੱਗਦੇ, ਬੜੇ ਸੋਹਣੇ ਲੱਗਦੇ ਜੀ, ਬੜੇ ਸੋਹਣੇ ਲੱਗਦੇ।
ਚਮਕਣ ਨਾਲੀਆਂ ਘਰ ਘਰ ਵਿੱਚ ਜਗਣ ਦੀਵਾਲੀਆਂ ਆਈ ਸੱਚੀ ਸਰਕਾਰ ਬੇੜੇ ਕਰ ਨੀਲੀ ਤਾਰ ਧਰਤੀ ਕੀਤੀ ਠੰਡੀ ਖਾਰ ਬੈਠੇ ਸਾਂਝੀ ਅੱਗ ਤੇ ਸਤਨਾਮ ਜੀ ਸਤਨਾਮ ਜੀ ਸਾਰਿਆਂ ਨੂੰ ਸੋਹਣੇ ਲੱਗਦੇ ਬੜੇ ਸੋਹਣੇ ਲੱਗਦੇ ਜੀ ਬੜੇ ਸੋਹਣੇ ਲੱਗਦੇ ਸਾਡੀ ਮਾਂ ਡੁੱਬਦੇ ਡੁੱਬਦੇ ਬਚੇ ਹਾਂ ਅਸੀਂ ਤਾਂ ਲਾਇਆ ਸੀਨੇ ਨਾਲ ਬੜੀ ਕੀਤੀ ਹੈ ਸਮਾਨ ਮਿਲ ਗਿਆ ਹੈ ਦਿਆਲ ਫਿਰ ਦੇਸਾਂ ਲੱਭਦੇ ਸਤਨਾਮ ਜੀ ਸਤਨਾਮ ਜੀ ਸਤਨਾਮ ਜੀ ਸਾਰਿਆਂ ਨੂੰ ਸੋਹਣੇ ਲੱਗਦੇ ਸਤਨਾਮ ਜੀ ਸਾਰਿਆਂ ਨੂੰ ਸੋਹਣੇ ਲੱਗਦੇ ਬੜੇ ਸੋਹਣੇ ਲੱਗਦੇ ਜੀ ਬੜੇ ਸੋਹਣੇ ਲੱਗਦੇ ਬੜੇ ਸੋਹਣੇ ਲੱਗਦੇ ਜੀ ਬੜੇ ਸੋਹਣੇ ਲੱਗਦੇ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਸਤਿਗੁਰੂ ਜੀ ਦੀ ਪਿਆਰੀ ਸਾਧ ਸੰਗਤ ਜੀ ਪੰਜਾਬ ਦੀ ਸਾਧ ਸੰਗਤ ਸ਼ਹਿਨਸ਼ਾਹ ਕੋਈ ਸ਼ਹਿਨਸ਼ਾਹ ਬਾਲੀ ਦੋ ਜਹਾਨ ਪਰਮ ਪਿਤਾ ਜੀ ਕੇ ਅਵਤਾਰ ਮਾਂ ਦੀ ਜੋ ਅੱਜ ਭੰਡਾਰਾ ਮਨਾਇਆ ਜਾ ਰਿਹਾ ਹੈ ਇਸ ਭੰਡਾਰੇ ਦੇ ਨਾਲ ਨਾਲ ਦੂਸਰੀ ਬਹੁਤ ਵੱਡੀ ਖੁਸ਼ੀ ਦੀ ਗੱਲ ਕਿ ਪੰਜਾਬ ਦੀ ਸਾਧ ਸੰਗਤ ਵਾਸਤੇ ਜੋ ਅੱਜ ਦਾ ਭੰਡਾਰਾ ਹੈ ਉਹ ਪਵਿੱਤਰ ਇਸ ਨਗਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਡਬਲ ਖੁਸ਼ੀ ਹੈ ਇਸ ਗੱਲ ਦੀ ਪੰਜਾਬ ਦੀ ਸਾਧ ਸੰਗਤ ਦੇ ਵਾਸਤੇ ਸਾਰੀ ਸਾਧ ਸੰਗਤ ਨੂੰ ਬੇਨਤੀ ਕਿ ਸ਼ਹਿਨਸ਼ਾਹ ਕੇ ਸ਼ਹਿਨਸ਼ਾਹ ਬਾਲੀ ਦੋ ਜਹਾਨ ਦੇ ਪਵਿੱਤਰ ਮਾਂ ਦਾ ਜੋ ਸ਼ੁਭ ਭੰਡਾਰਾ ਮਨਾ ਰਹੇ ਹੋ ਉਸ ਦੀ ਵਧਾਈ ਹਜ਼ੂਰ ਪਿਤਾ ਜੀ ਨੂੰ ਸ਼ਹਿਨਸ਼ਾਹੀ ਪਰਿਵਾਰ ਨੂੰ ਤੇ ਸਾਰੇ ਇਸ ਨਗਰ ਨਿਵਾਸੀ ਭੈਣ ਭਾਈ ਬੱਚੇ ਬੱਚੇ ਨੂੰ ਨਾਰਾ ਲਾ ਕੇ ਸਾਰੀ ਸਾਧ ਸੰਗਤ ਨੇ ਵਧਾਈ ਦੇਣਾ ਹੈ ਜੀ ਨਾਨ ਸਤਿਗੁਰੂ ਤੇਰਾ ਹੀ ਆਸਰਾ ਸਤਿਗੁਰੂ ਦੀ ਪਿਆਰੀ ਸਾਧ ਸੰਗਤ ਜੀ ਬਹੁਤ ਜ਼ਿਆਦਾ ਮਾਲਕ ਦੀ ਦਿਆ ਮੇਰ ਨਾਲ ਸਾਧ ਸੰਗਤ ਆ ਵੀ ਰਹੀ ਹੈ ਔਰ ਪੰਡਾਲ ਮੇਰਾ ਖਿਆਲ ਖਚਾ ਖਚ ਭਰ ਚੁੱਕਾ ਹੈ ਇੱਕ ਬੇਨਤੀ ਕਿ ਜੋ ਭੈਣ ਬਾਈ ਪਹਿਲੀ ਵਾਰ ਆ ਰਹੇ ਹਨ ਉਹਨਾਂ ਦੇ ਵਾਸਤੇ ਤੁਸੀਂ ਅੱਗੇ ਜਗ੍ਹਾ ਜ਼ਰੂਰ ਰੱਖਣੀ ਹੈ ਜੋ ਕਾਇਮ ਅੱਗੇ ਬਣਾਇਆ ਹੋਇਆ ਸੀ ਉਹਨਾਂ ਦੇ ਜੋ ਰਸਤੇ ਰੱਖੇ ਆ ਜਿੱਥੇ ਬੈਨਰ ਲੱਗੇ ਹੋਏ ਹਨ ਨਵੇਂ ਜੀਵਨ ਦੇ ਵਾਸਤੇ ਰਸਤਾ ਤਾਂ ਉਹ ਵੀ ਤੁਸੀਂ ਖਾਲੀ ਰੱਖਣਾ ਹੈ ਇਹ ਤੁਹਾਡੀ ਬਹੁਤ ਵੱਡੀ ਸੇਵਾ ਹੈ ਜੋ ਪਿੱਛੇ ਭੈਣ ਭਾਈ ਪਹਿਲੀ ਵਾਰ ਆ ਰਹੇ ਹਨ ਉਹਨਾਂ ਨੂੰ ਅੱਗੇ ਭੇਜਣ ਦੀ ਤੁਸੀਂ ਕਿਰਪਾ ਕਰਨੀ ਹੈ ਬਾਕੀ ਸਾਧ ਸੰਗਤ ਨੂੰ ਬੇਨਤੀ ਹੈ ਜਿੱਥੇ ਵੀ ਤੁਹਾਨੂੰ ਜਗ੍ਹਾ ਮਿਲਦੀ ਹੈ ਉੱਥੇ ਬੈਠ ਜਾਣਾ ਹੈ ਕਿਸੇ ਵੀ ਭੈਣ ਭਾਈ ਨੇ ਪੰਡਾਲ ਦੇ ਵਿੱਚ ਖੜੇ ਨਹੀਂ ਰਹਿਣਾ ਆਸ ਵਿੱਚ ਗੱਲਾਂ ਨਹੀਂ ਕਰਨੀਆਂ ਆਪਣੇ ਧਿਆਨ ਨੂੰ ਇਕਾਗਰ ਕਰਦੇ ਹੋਏ ਹੁਣ ਤੁਸੀਂ ਗੁਰੂ ਜੀ ਦੇ ਅਨਮੋਲ ਵਚਨਾਂ ਨੂੰ ਬੜੇ ਧਿਆਨ ਨਾਲ ਸਰਵਣ ਕਰਨਾ ਹੈ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਜੀ ਤੇਰੀ ਸਤਸੰਗ ਜੀਓ ਜਿਸ ਤਰ੍ਹਾਂ ਤੁਹਾਨੂੰ ਪਤਾ ਲੱਗਿਆ ਹੈ ਜੋ ਨਏ ਆਏ ਹਨ ਉਹਨਾਂ ਨੂੰ ਵੀ ਕਿ ਅੱਜ ਦਾ ਦਿਨ ਸੱਚੇ ਮੁਰਸ਼ ਦੇ ਕਾਮਿਲ ਦਾਤਾ ਰਹਿਬਰ ਸ਼ਾਸਤ ਰਾਮ ਜੀ ਮਹਾਰਾਜ ਦਾ ਮਹੀਨੇ ਦਾ ਉਹ ਦਿਨ ਹੈ
ਜਿਸ ਮਹੀਨੇ ਵਿੱਚ ਉਹਨਾਂ ਨੇ ਅਵਤਾਰ ਲਿਆ। ਸੋ ਇਹ ਅਵਤਾਰ ਮਹੀਨੇ ਦਾ ਦਿਨ ਅੱਜ ਖਾਸ ਇਸ ਲਈ ਹੈ ਕਿਉਂਕਿ ਪੰਜਾਬ ਦੀ ਸਾਧ ਸੰਗਤ ਜਨਮ ਦਿਨ ਦੀ ਤਰ੍ਹਾਂ ਇਸ ਜਨਮ ਅਵਤਾਰ ਮਹੀਨੇ ਨੂੰ ਮਨਾ ਰਹੀ ਹੈ। ਸੋ ਪੰਜਾਬ ਦੀ ਸਾਧ ਸੰਗਤ, ਰਾਜਸਥਾਨ ਦੀ, ਹੋਰ ਵੀ ਦੂਰ ਦਰਾਜ ਤੋਂ ਆਸ ਪਾਸ ਤੋਂ ਆਈ ਸਾਧ ਸੰਗਤ ਨੂੰ ਸੱਚੇ ਮੁਰਸ਼ ਦੇ ਕਾਮਿਲ ਦੇ ਜਨਮ ਮਹੀਨੇ ਦੇ ਭੰਡਾਰੇ ਦੀ ਬਹੁਤ ਬਹੁਤ ਵਧਾਈ ਹੋਵੇ, ਮੁਬਾਰਕਬਾਦ। ਔਰ ਸਤਿਗੁਰੂ ਮੌਲਾ ਕਿਰਪਾ ਕਰਨ ਕਿ ਤੁਹਾਡੇ ਘਰਾਂ 'ਚੋਂ ਦਲਿੱਦਰਤਾ ਦੂਰ ਹੋਵੇ, ਅੰਦਰੋਂ ਅਵਗੁਣ ਦੂਰ ਹੋਣ, ਗੁਣ ਗ੍ਰਹਿਣ ਕਰੋ ਔਰ ਪਰਮਾਤਮਾ ਦੀ ਦਇਆ ਮੇ ਰਹਿਮਤ ਜੋ ਮੁਸਲਾਧਾਰ ਬਰਸ ਰਹੀ ਹੈ ਉਹ ਤੁਹਾਨੂੰ ਨਜ਼ਰ ਆਵੇ, ਤੁਸੀਂ ਖੁਸ਼ੀਆਂ ਲੈ ਸਕੋ। ਸੋ ਸਾਧ ਸੰਗਤ ਕਾਫੀ ਤਾਦਾਦ ਆ ਚੁੱਕੀ ਹੈ ਔਰ ਲਗਾਤਾਰ ਆ ਰਹੀ ਹੈ। ਜਿੱਥੇ ਵੀ ਜਗ੍ਹਾ ਮਿਲਦੀ ਹੈ ਬੈਠਦੇ ਜਾਓ, ਖਾਲੀ ਜਗ੍ਹਾ ਹੈ ਉਸ ਜਗ੍ਹਾ 'ਤੇ ਪਹੁੰਚੋ। ਨਾਮ ਵਾਲੇ ਜੋ ਹਨ ਉਹ ਅੱਗੇ ਜਿੱਦਾਂ ਸੇਵਾਦਾਰ ਭਾਈ ਬੋਲ ਰਹੇ ਹਨ ਤੁਹਾਨੂੰ, ਰਾਸਤਿਆਂ 'ਚ ਜਿਹੜੇ ਵੀ ਰਾਹ ਬਣਾਏ ਹੋਏ ਹਨ ਕੋਈ ਵੀ ਉਸ ਰਸਤੇ 'ਚ ਨਾ ਬੈਠੀ, ਇਹ ਪੂਰਾ ਧਿਆਨ ਦੇਣਾ ਹੈ। ਔਰ ਭੈਣੋ ਗੱਲਾਂ ਬਾਤਾਂ ਨਹੀਂ ਕਰਨੀਆਂ, ਚੁੱਪਚਾਪ ਜਿੱਥੇ ਜਗ੍ਹਾ ਮਿਲ ਜੇ ਬੈਠ ਜਾਓ, ਗੱਲਾਂ ਬਾਤਾਂ ਨਹੀਂ ਕਰਨੀਆਂ, ਆਰਾਮ ਨਾਲ ਬੈਠ ਜਾਓ। ਜਿੱਥੇ ਵੀ ਜਗ੍ਹਾ ਮਿਲ ਗਈ ਆਰਾਮ ਨਾਲ ਸਜੋ। ਸੋ ਅੱਜ ਭੰਡਾਰੇ ਦਾ ਜੋ ਸ਼ਬਦ ਹੈ, ਚਾਰੇ ਪਾਸੇ ਖੁਸ਼ੀਆਂ ਤੇ ਨੂਰ ਪਿਆ ਬਰਸੇ, ਮਹੀਨੇ ਇਸ ਆਏ ਪਿਆਰੇ ਪਿਆਰੇ ਰੱਬ ਜੀ, ਆਏ ਦਾਤਾ ਪਿਆਰੇ, ਖੁਸ਼ੀਆਂ ਮਨਾਉਣ ਸਭ ਜੀ। ਸਤਿਗੁਰ ਸ਼ਾਹ ਸਤਨਾਮ ਦਾਤਾ ਰਹਿਬਰ ਨੇ ਅਵਤਾਰ ਧਾਰਨ ਕੀਤਾ ਜੌਨ ਸਿੰਘ ਵਾਲਾ, ਜੋ ਸ਼ਾਇਦ ਬਠਿੰਡੇ ਏਰੀਏ ਦੇ ਇਲਾਕਾ ਹੈ, ਔਰ ਫਿਰ ਜਲਾਲਾਣਾ ਸਾਹਿਬ ਨੂੰ ਪਵਿੱਤਰ ਨਾਮ ਦਿੱਤਾ, ਦਰਜਾ ਦਿੱਤਾ, ਜਿੱਥੇ ਸਤਿਗੁਰੂ ਮੌਲਾ ਨੇ ਆਪਣਾ ਬਚਪਨ, ਆਪਣੀ ਜਵਾਨੀ ਗੁਜ਼ਾਰੀ। ਸੋ ਉਸ ਨਗਰ ਨੂੰ, ਨਗਰ ਦੇ ਨਿਵਾਸੀਆਂ ਨੂੰ ਸਾਡਾ ਲੱਖ ਲੱਖ ਸਜਦਾ। ਜਿੱਥੇ ਮੁਰਸ਼ਿਦ, ਜਿੱਥੇ ਦਾਤਾ ਰਹਿਬਰ ਆਏ, ਉਸ ਮਿੱਟੀ ਨੂੰ, ਉਸ ਘਰ ਨੂੰ ਲੱਖ ਲੱਖ ਸਜਦਾ। ਔਰ ਉਹ ਮਾਂ ਬਾਪ, ਅਤਿ ਪੂਜਨਿਕ ਮਾਤਾ ਆਸ ਕੌਰ ਜੀ, ਪਿਤਾ ਬਰਿਆਮ ਸਿੰਘ ਜੀ, ਉਹਨਾਂ ਨੂੰ ਤਰਬਾਂ ਖਰਬਾਂ ਵਾਰ ਸਜਦਾ ਜਿਨ੍ਹਾਂ ਨੇ ਉਸ ਪਿਆਰੇ ਨੂਰੇ ਜਲਾਲ ਨੂੰ ਆਪਣੀ ਗੋਦ ਵਿੱਚ ਖਿਡਾਇਆ, ਆਪਣੀ ਛਤਰ ਛਾਇਆ ਹੇਠ ਵੱਡਾ ਕੀਤਾ। ਸੋ ਸਤਿਗੁਰ ਦੇ ਚੋਚ, ਮੁਰਸ਼ਦੇ ਕਾਮਿਲ ਦੇ ਚੋਚ ਵੱਖਰੇ ਹੁੰਦੇ ਹਨ, ਪਰ ਨਜ਼ਰ ਉਦੋਂ ਆਉਂਦੇ ਹਨ ਜਦੋਂ ਇਨਸਾਨ ਉਹਨਾਂ ਨੂੰ ਪਹਿਚਾਨਣਾ ਸ਼ੁਰੂ ਕਰਦਾ ਹੈ। ਪਹਿਲਾਂ ਕੁਝ ਪਤਾ ਨਹੀਂ ਲੱਗਦਾ, ਜਿਸ ਤਰ੍ਹਾਂ ਆਮ ਇਨਸਾਨ ਹੁੰਦੇ ਹਨ ਉਸੇ ਤਰ੍ਹਾਂ ਸੰਤ ਪੀਰ ਪੈਗੰਬਰ ਵੀ ਆਮ ਇਨਸਾਨ ਨਜ਼ਰ ਆਉਂਦੇ ਹਨ। ਜਿਵੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਸਾਨੂੰ ਕੋਈ ਕੁਝ ਕਹਿੰਦਾ ਹੈ, ਕੋਈ ਕੁਝ ਕਹਿੰਦਾ ਹੈ, ਕੋਈ ਆਖੇ ਭੂਤਣਾ, ਕੋਈ ਕਹੇ ਬੇਤਾਲਾ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਨ੍ਹਾਂ ਨੂੰ ਹਿੰਦੂ ਆਪਣਾ ਗੁਰੂ ਅਤੇ ਮੁਸਲਮਾਨ ਪੀਰੋ ਮੁਰਸ਼ਦੇ ਕਾਮਿਲ ਕਹਿੰਦੇ ਸਨ,
ਹਿੰਦੂਆਂ ਦੇ ਗੁਰੂ ਅਖਵਾਉਂਦੇ ਸਨ, ਮੁਸਲਮਾਨਾਂ ਦੇ ਪੀਰੋ ਮੁਰਸ਼ ਦੇ ਕਾਮਿਲ। ਸਿੱਖ ਧਰਮ ਉਦੋਂ ਨਹੀਂ ਸੀ ਬਣਿਆ। ਸੋ ਗੁਰੂ ਨਾਨਕ ਦੇਵ ਜੀ ਨੇ ਲਿਖਿਆ, ਕਿਉਂਕਿ ਉਹ ਇਹੋ ਜਿਹੇ ਚਮਤਕਾਰ ਦਿਖਾਉਂਦੇ, ਪਾਣੀ 'ਤੇ ਚੱਲਣ ਲੱਗ ਜਾਂਦੇ, ਅੱਗ ਦੇ ਕੜਾਹਿਆਂ ਨੂੰ ਨਿਗਾਹ ਨਾਲ ਠੰਡੇ ਕਰ ਦਿੰਦੇ, ਉੱਬਲਦੀਆਂ ਹੋਈਆਂ ਦੇਗਾਂ ਠਰ ਜਾਂਦੀਆਂ। ਸੋ ਕੀ ਕਹਿੰਦੇ ਲੋਕ, ਕੋਈ ਆਖੇ ਭੂਤਣਾ, ਕੋਈ ਕਹੇ ਬੇਤਾਲਾ, ਕੋਈ ਆਖੇ ਆਦਮੀ, ਨਾਨਕ ਬੇਚਾਰਾ। ਕਹਿੰਦੇ ਕੋਈ ਸਾਨੂੰ ਆਦਮੀ ਕਹਿੰਦਾ ਹੈ, ਯਾਰ ਉਹੀ ਹੈ, ਆਮ ਆਦਮੀ ਹੈ। ਕੋਈ ਕਹਿੰਦਾ ਭੂਤ ਹੈ, ਕੋਈ ਕਹਿੰਦਾ ਬੇਤਾਲ ਹੈ, ਪਰ ਕਹਿੰਦੇ ਅਸੀਂ ਤਾਂ ਉਸ ਪਰਵਰਦਿਗਾਰ ਦੇ ਅਜੀਜ਼ ਜਾਂ ਪਿਆਰੇ ਹਾਂ, ਔਰ ਸਭ ਲਈ ਵਿਚਾਰੇ, ਮਤਲਬ ਸਭ ਨੂੰ ਹੋਕਾ ਦੇਣ ਆਏ ਹਾਂ ਕਿ ਮਾਲਕ ਨਾਲ ਜੁੜ ਜਾਓ, ਪਰਮਾਤਮਾ ਨਾਲ ਜੁੜ ਜਾਓ, ਰੱਬ ਨਾਲ ਜੋੜਨਾ ਆਏ ਹਾਂ। ਸੋ ਇਸੇ ਤਰ੍ਹਾਂ ਸੱਚੇ ਮੁਰਸ਼ ਦੇ ਕਾਮਿਲ ਨੇ ਆਪਣਾ ਸਮਾਂ ਜਲਾਲਣਾ ਸਾਹਿਬ 'ਚ ਗੁਜ਼ਾਰਿਆ। ਕੋਈ ਜੈਲਦਾਰ ਕਹਿੰਦਾ, ਕੋਈ ਕੁਝ ਕਹਿੰਦਾ, ਕੋਈ ਕੁਝ, ਜਿੱਦਾਂ ਜਿਹੋ ਜੀ ਭਾਸ਼ਾ। ਪਰ ਬਾਅਦ 'ਚ ਸਾਈਂ ਮਸਤਾਨਾ ਜੀ ਮਹਾਰਾਜ ਨੇ ਦੱਸਿਆ ਕਿ ਆਓ ਬਰੀ ਆਪਕੋ ਦਿਖਾਤੇ ਹੈ, ਇਹ ਰੱਬ ਕੀ ਬੈਠ ਹੈ, ਜ਼ਾਹਰ ਕਰ ਦਿੱਤਾ, ਦੱਸ ਦਿੱਤਾ। ਫਿਰ ਵੀ ਆਦਮੀ ਨਾ ਪਹਿਚਾਣੇ ਤਾਂ ਆਦਮੀ ਦੀ ਗਲਤੀ ਹੈ। ਔਰ ਮੁਰਸ਼ ਦੇ ਕਾਮਿਲ ਨੇ ਸਾਰੇ ਭਰਮ ਭੁਲੇਖੇ ਚੱਕ ਦਿੱਤੇ। ਸਾਫ ਮਜਲਿਸ 'ਚ ਬੋਲਿਆ, ਗੁਫਾ ਅੰਦਰ ਬੋਲਿਆ, ਹਮ ਥੇ ਹਮ ਹੈ ਔਰ ਹਮ ਹੀ ਰਹੇਗੇ। ਰੂਹਾਨੀਅਤ ਦੇ ਇਤਿਹਾਸ 'ਚ ਇੱਕ ਨਵਾਂ ਮੀਲ ਪੱਥਰ। ਅਸੀਂ ਸਤਿਗੁਰ ਦੀ ਕਿਰਪਾ ਨਾਲ ਸਾਰੇ ਧਰਮਾਂ ਨੂੰ ਪੜ੍ਹਿਆ, ਕਿਸੇ ਧਰਮ 'ਚ ਐਸਾ ਨਜ਼ਾਰਾ ਨਹੀਂ ਮਿਲਿਆ। ਜੋ ਵੀ ਗੁਰੂ, ਜੋ ਵੀ ਸੰਤ, ਜੋ ਵੀ ਪੀਰ ਪੈਗੰਬਰ ਚੋਲਾ ਬਦਲਦੇ, ਬਸ ਇਹੀ ਕਹਿ ਕੇ ਜਾਂਦੇ ਸਾਡੇ ਬਾਅਦ ਉਸ ਨੂੰ ਮੰਨਿਓ, ਸਾਡੇ ਬਾਅਦ ਉਸ ਨੂੰ ਮੰਨਿਓ, ਸਾਥੋਂ ਬਾਅਦ ਉਹ ਗੁਰੂ ਹੈ। ਪਰ ਮੁਰਸ਼ ਦੇ ਕਾਮਿਲ ਨੇ ਕਮਾਲ ਕਰ ਦਿੱਤਾ, ਜੋ ਇਹ ਬੋਲਿਆ, ਅਸੀਂ ਸੀ, ਅਸੀਂ ਹਾਂ ਔਰ ਅਸੀਂ ਰਹਾਂਗੇ। ਭਰਮ ਭੁਲੇਖੇ ਹੀ ਮੁਕਾ ਦਿੱਤੇ, ਲੜਾਈ ਝਗੜੇ ਹੀ ਖਤਮ ਕਰ ਦਿੱਤੇ। ਕੋਈ ਝਗੜਾ ਨਹੀਂ, ਕੋਈ ਚੱਕਰ ਨਹੀਂ। ਫਿਰ ਵੀ ਇਨਸਾਨ ਦੀਆਂ ਅੱਖਾਂ 'ਤੇ ਪਰਦਾ ਰਹੇ ਤਾਂ ਸ਼ਾਇਦ ਉਹਦੇ ਮਨ ਦਾ ਕਾਰਨ ਹੈ, ਉਹ ਮਾਇਆ ਦੇ ਲੋਭ ਲਾਲਚ ਚੱਕਰ 'ਚ ਪਿਆ ਹੋਇਆ ਹੈ। ਇਸ ਲਈ ਸਤਿਗੁਰ ਮੌਲਾ ਨੂੰ ਜੋ ਭਗਤ ਜਨ ਹਨ, ਜੋ ਮਾਲਕ ਦੇ ਪਿਆਰੇ ਹਨ, ਉਹ ਹਮੇਸ਼ਾ ਚਾਹੁੰਦੇ ਹਨ ਕਿ ਅਸੀਂ ਕੁਝ ਦੇਈਏ। ਦਿਲੋਂ ਦਿਮਾਗ 'ਚ ਪਿਆਰ ਹੁੰਦਾ, ਖਿਆਲ ਆਉਂਦਾ, ਅਸੀਂ ਕੋਈ ਤੋਹਫ਼ਾ ਦੇਈਏ, ਅਸੀਂ ਕੁਝ ਇਹੋ ਜਿਹਾ ਦੇਈਏ। ਸਾਡਾ ਫਰਜ਼ ਹੈ, ਜਨਮ ਦਿਨ ਹੈ, ਉਸ ਮੁਰਸ਼ਦ ਨੂੰ ਕੁਝ ਦੇਈਏ। ਅਗਰ ਤੁਸੀਂ ਆਪਣੇ ਗੁਰੂ ਸਤਿਗੁਰ ਨਾਲ ਇੰਨਾ ਪਿਆਰ ਕਰਦੇ ਹੋ, ਤੋਹਫ਼ਾ ਦੇਣਾ ਚਾਹੁੰਦੇ ਹੋ, ਜ਼ਰੂਰ ਦਿਓ। ਉਹ ਕਬੂਲ ਵੀ ਕਰਦਾ ਹੈ, ਔਰ ਤੋਹਫ਼ਾ ਹੈ ਤੁਹਾਡੇ ਅੰਦਰ ਦੇ ਅਵਗੁਣ, ਤੁਹਾਡੀਆਂ ਗੰਦੀਆਂ ਆਦਤਾਂ, ਤੁਹਾਡੀ ਬੇਅਮਲੀ,
ਇਹ ਸਾਰੀ ਆਪਣੇ ਮੁਰਸ਼ਦ ਨੂੰ ਸਤਿਗੁਰ ਨੂੰ ਸੌਂਪ ਦਿਓ ਕਿ ਮਾਲਕਾ ਅਸੀਂ ਕੁਝ ਨਹੀਂ ਦੇ ਸਕਦੇ, ਗੁਨਾਹਾਂ ਦੇ ਪੁਤਲੇ ਹਾਂ, ਸਾਡੇ 'ਚ ਇਹ ਗੰਦੀਆਂ ਆਦਤਾਂ ਹਨ। ਔਰ ਅਵਤਾਰ ਮਹੀਨੇ ਦਾ ਹਰ ਦਿਨ ਇਹੀ ਸੋਚ ਕੇ ਸੁਬਾਹ ਉੱਠੋ, ਨਾਰਾ ਲਾਓ, ਸਿਮਣ ਕਰੋ ਕਿ ਅੱਜ ਤੋਂ ਬਾਅਦ ਮੈਂ ਆਪਣੀ ਇਹ ਗੰਦੀ ਆਦਤ ਕਦੇ ਨਹੀਂ ਵਰਤੂੰਗਾ, ਇਹ ਅਵਗੁਣ ਛੱਡ ਦਿਉਂਗਾ। ਔਰ ਯਕੀਨ ਮੰਨੋ ਉਹ ਸਤਿਗੁਰ ਮੌਲਾ ਤੁਹਾਡੇ ਉਹ ਅਵਗੁਣ ਨੂੰ ਗ੍ਰਹਿਣ ਕਰੇਗਾ ਔਰ ਬਦਲੇ 'ਚ ਖੁਸ਼ੀਆਂ ਦੇ ਢੇਰ ਲਾ ਦੇਵੇਗਾ। ਸੋ ਤੋਹਫ਼ਾ ਦੇਣਾ ਚਾਹੁੰਦੇ ਹੋ, ਇਦੋਂ ਵੱਡਾ ਤੋਹਫ਼ਾ ਇੱਕ ਮੁਰਸ਼ਿਦ ਦੇ ਕਾਮਿਲ ਲਈ ਨਹੀਂ, ਇਹੀ ਸਭ ਤੋਂ ਵੱਡਾ ਤੋਹਫ਼ਾ ਹੈ ਕਿ ਤੁਹਾਡੇ ਅੰਦਰੋਂ ਐਬ ਗੁਨਾਹ ਦੂਰ ਹੋ ਜਾਣ, ਗੁਣਵਾਨ ਬਣ ਜਾਓ, ਸੁਖੀ ਜ਼ਿੰਦਗੀ ਬਹਾਰ ਜੈਸੀ ਜ਼ਿੰਦਗੀ ਗੁਜ਼ਾਰੋ। ਬੜਾ ਔਖਾ ਕੰਮ ਹੈ, ਆਦਤਾਂ ਨੂੰ ਛੱਡਣਾ ਕੋਈ ਮਾਮੂਲੀ ਗੱਲ ਨਹੀਂ ਹੈ। ਮੱਝ ਗਾਂ ਰੱਸਾ ਚੱਬਣ ਲੱਗ ਜੇ, ਅਸੀਂ ਇੱਥੇ ਆਮ ਹੀ ਦੇਖਿਆ ਕਰਦੇ ਸੀ, ਕੱਪੜਾ ਖਾਣ ਲੱਗ ਜੇ, ਜਿੰਨਾ ਮਰਜ਼ੀ ਚਣੇ ਪਾ ਦਿਓ, ਛੋਲੇ ਪਾਓ, ਬੜੇਵੇਂ ਪਾਓ, ਕੁਝ ਪਾਈ ਜਾਓ, ਪਰ ਉਹਦੀ ਆਦਤ ਕੱਪੜਾ ਚੱਬਣ ਦੀ ਜਾਂਦੀ ਨਹੀਂ। ਪਰ ਸੌਖਾ ਜਿਹਾ ਤਰੀਕਾ ਹੁੰਦਾ ਜ਼ਿਮੀਂਦਾਰ ਜੋ ਇੱਥੇ ਕਰਿਆ ਕਰਦੇ ਸਨ, ਛਿੱਕੜਾ ਬੁਣ ਕੇ ਮੂੰਹ 'ਤੇ ਚੜਾ ਦਿੰਦੇ ਵੀ ਚੱਬ ਕੇ ਦਿਖਾ ਰੱਸਾ ਕਿਵੇਂ ਚੱਬੇਂਗੀ, ਕਿਵੇਂ ਚੱਬੂਗਾ ਪਸ਼ੂ ਹੈ। ਹੁਣ ਆਦਮੀ ਦੇ ਮੂੰਹ 'ਤੇ ਤਾਂ ਛਿੱਕੜਾ ਚੜ੍ਹਦਾ ਨਹੀਂ। ਇਹ ਤਾਂ ਜਿਹੜੀਆਂ ਪੁੱਠੀਆਂ ਆਦਤਾਂ ਹੈ, ਬਾਹਰੋਂ ਪੂਰਾ ਬਗਲਾ ਭਗਤ, ਅੰਦਰੋਂ ਪੁੱਠੇ ਕੰਮ ਛੱਡਦੇ ਨਹੀਂ ਜਿਹਨੂੰ ਆਦਤ ਪੈ ਜੀ। ਅਸੀਂ ਦੇਖਿਆ ਇੱਥੇ ਬੁੜੇ ਹੋ ਗਏ ਫਿਰ ਵੀ ਨਹੀਂ ਅੜਦੇ, ਜਿਹੜੀ ਗੰਦੀ ਆਦਤ ਪੈ ਗਈ ਪੈ ਗਈ। ਦਾੜੀ ਬਦਲਦੀ ਰਹਿੰਦੀ ਹੈ, ਰੰਗ ਬਿਰੰਗੀ ਹੁੰਦੀ ਰਹਿੰਦੀ ਹੈ, ਪਰ ਅੰਦਰਲਾ ਮਨ ਹੋਰ ਰੰਗੀਲਾ ਹੋ ਜਾਂਦਾ, ਕਹਿੰਦਾ ਪਤੰਦਰਾ ਹੁਣੀ ਦਾ ਤਰੀਕਾ ਆਇਆ ਬੁਰੇ ਕੰਮ ਕਰਨ ਦਾ, ਪਹਿਲਾਂ ਤਾਂ ਐਵੇਂ ਬਚਪਨ 'ਚ ਹੀ ਰਹਿ ਗਏ। ਸੋ ਮਨ ਬੜਾ ਜ਼ਾਲਮ ਹੈ, ਇਹ ਨਾ ਸੋਚੋ ਕਿ ਕੋਈ ਬਜ਼ੁਰਗ ਹੋ ਗਿਆ। ਆਦਤਾਂ ਬਦਲ ਜਾਂਦੀਆਂ ਹਨ, ਆਦਤਾਂ ਬਚਪਨ 'ਚ ਵੀ ਬਦਲ ਸਕਦਾ ਔਰ ਜਵਾਨੀ 'ਚ ਵੀ ਬਦਲ ਸਕਦਾ। ਕੌਣ ਚੋਰ ਜੁਆਰੀ ਕਿਆ ਬਦਲੇਂਗੇ, ਉਹ ਤੋਂ ਮਾਇਆ ਮੇ ਮਜ਼ਦੂਰ, ਚੋਰ ਜੁਆਰੀ ਕਿਆ ਬਦਲੇਂਗੇ ਉਹ ਤੋਂ ਮਾਇਆ ਕੇ ਮਜ਼ਬੂਰ, ਮਨਾ ਰੇ ਤੇਰੀ ਆਦਤ ਨੇ ਕੋਈ ਬਦਲੇਗਾ ਹਰੀ ਜਾਂ ਤਾਂ ਪਰਮਾਤਮਾ ਜਾਂ ਹਰੀ ਕਾ ਜਨ ਉਹਦਾ ਕੋਈ ਬਹੁਤ ਪਿਆਰਾ ਅਜੀਜ਼ ਭਗਤ ਜਾਂ ਸੂਰ ਯੋਧਾ ਸੂਰਵੀਰ, ਉਹ ਆਦਤਾਂ ਬਦਲ ਸਕਦਾ ਹੈ। ਬਾਰੇ ਸ਼ਾਹ ਨੇ ਹੀਰ ਲਿਖੀ ਪਰ ਹਕੀਕਤ ਵੀ ਲਿਖੀ, ਉਸਨੇ ਵੀ ਲਿਖਿਆ ਹੈ ਬਾਰੇ ਸ਼ਾਹ ਨਾ ਆਦਤਾਂ ਜਾਂਦੀਆਂ ਜੀ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ, ਵੀ ਜੇ ਜੋੜ ਜੋੜ ਵੀ ਅੱਡ ਕਰ ਦਿਓ, ਜਿਹਨੂੰ ਜਿਹੋ ਜਿਹੀ ਗੰਦੀ ਆਦਤ ਪੈ ਗਈ ਛੇਤੀ ਕਰੇ ਛੱਡਦਾ ਨਹੀਂ। ਅਸੀਂ ਇੱਥੇ ਦੇਖਿਆ ਮਾਤਾ ਭੈਣਾਂ ਨੂੰ ਬੁਰਾ ਨਾ ਮੰਨੇ ਵਿੱਚ ਬੈਠੀਆਂ ਹੋਣੇ ਬਜ਼ੁਰਗ, ਦਾਲ ਦੀ ਕੌਲੀ ਲੈਣ ਜਾਂਦੇ ਤੇ ਆਪ ਜੀ ਦੀ ਲੜਾ ਕੇ ਤੁਰੇ ਆਉਂਦੇ, ਜਿੰਨਾ ਚਿਰ 5-7 ਚੁਗਲੀਆਂ ਨਾ ਕਰ ਦੇਣ ਰੋਟੀ ਨਹੀਂ ਹਜਮ ਹੁੰਦੀ। ਅੱਜ ਕੱਲ੍ਹ ਤਾਂ ਖੈਰ ਬੰਦੇ ਵੀ ਹੋਏ ਜਾਈਏ, ਕਿਉਂਕਿ ਚੁਗਲੀ ਬਿਨਾਂ ਗੱਲ ਹੀ ਕੋਈ ਨਹੀਂ। ਅਸੀਂ ਸਕੂਲ 'ਚ ਗਏ, ਕਾਲਜ 'ਚ ਗਏ, 1500-2000 ਬੱਚਾ ਸੀ ਲੜਕੀਆਂ ਦਾ ਸਕੂਲ ਕਾਲਜ, ਸਾਨੂੰ ਕਹਿਣ ਲੱਗੇ ਪਿਤਾ ਜੀ ਪਾਪਾ ਜੀ ਸਾਡੀ ਕੋਈ ਗਲਤੀ ਛੁਡਾਓ, ਜਿਹੜੀ ਅਸੀਂ ਗਲਤੀ ਕਰਦੇ ਹਾਂ ਜਾਂ ਕੋਈ ਬੁਰੀ ਆਦਤ ਸਾਡੀ ਹੈ ਤੁਸੀਂ ਛੁਡਾ ਦਿਓ, ਅਸੀਂ ਛੱਡ ਦਿਆਂਗੇ। ਅਸੀਂ ਕਿਹਾ ਪੱਕੀ ਗੱਲ ਬੇਟਾ, ਕਾਫੀ ਸਾਲਾਂ ਦੀ ਗੱਲ ਹੈ ਇਹ। ਕਹਿੰਦੇ ਹਾਂ ਪਿਤਾ ਜੀ ਪੱਕਾ। ਅਸੀਂ ਕਿਹਾ ਠੀਕ ਹੈ ਬੇਟਾ, ਚੁਗਲੀ ਨਿੰਦਿਆ ਛੱਡ ਦਿਓ।
ਇੱਕ ਛੋਟਾ ਜਿਹਾ ਬੱਚਾ ਉੱਠ ਕੇ ਰੋਣ ਲੱਗ ਗਿਆ, 8-10 ਸਾਲ ਦਾ ਹੋਏਗਾ। ਅਸੀਂ ਕਿਹਾ ਬੇਟਾ ਤੇ ਕੀ ਗੱਲ ਹੋ ਗਈ? ਜੋ ਉਹਨੇ ਕਿਹਾ ਸ਼ਾਇਦ ਹਰੇਕ ਬੰਦੇ ਦੀ ਉਹ ਗੱਲ ਹੈ। ਕਹਿੰਦਾ ਪਿਤਾ ਜੀ ਜੇ ਚੁਗਲੀ ਨਿੰਦਿਆ ਛੱਡ ਦਿਆਂਗੇ ਤਾਂ ਫਿਰ ਕਰਿਆ ਕੀ ਕਰਾਂਗੇ? ਸੋਚ ਕੇ ਦੇਖ ਲਓ, ਤੁਸੀਂ ਜਦੋਂ ਇਕੱਠੇ ਬਹਿੰਦੇ ਹੋ ਸਿਰ ਜੋੜ ਕੇ, 2 ਯਾਰ 5 ਯਾਰ 10 ਯਾਰ ਮਿੱਤਰ ਦੋਸਤ ਪਰਿਵਾਰ ਵਾਲੇ, ਚੁਗਲੀ ਨਿੰਦਿਆ ਤੋਂ ਬਿਨਾਂ ਕਿਹੜੀਆਂ ਕਿਹੜੀਆਂ ਗੱਲਾਂ ਕਰਦੇ ਹੋ? ਯਾਰਾ ਸੋਚ ਕੇ ਦੇਖੋ ਆਪਣੇ ਅੰਦਰ, ਫਲਾਨਾ ਐਂ ਸੀ ਹੋਏ, ਧਿਉਂਕਾ ਐਂ ਸੀ ਹੋਏ, ਤੇਰੇ ਘਰੋਂ ਕੀ ਦਾਲ ਲੈਣ ਆ ਗਿਆ ਜਿਹੋ ਜਿਹਾ ਸੀ। ਪਰ ਨਾ ਜੀ, ਗਿਆਨੀ ਬਣੇ ਬਿਨਾਂ ਦਿਲ ਨਹੀਂ ਲੱਗਦਾ, ਦੂਜੇ ਦੀ ਭੰਡੀ ਕਰੇ ਬਿਨਾਂ ਚੈਨ ਨਹੀਂ ਆਉਂਦਾ। ਦੇਖ ਲਓ ਤੁਸੀਂ ਇੱਥੇ ਸੱਥ 'ਚ ਬੈਠੇ ਹੁੰਦੇ ਬਜ਼ੁਰਗ, ਅੱਜ ਵੀ ਉਹਨਾਂ 'ਚ ਹੋਣਗੇ, ਅਸੀਂ ਪਿੱਛੇ ਜਾ ਕੇ ਖੜ੍ਹ ਜਾਂਦੇ, ਲੈ ਤੇਰੇ ਦੀ ਨਾਲੇ ਤਾਸ਼ ਖੇਡੀ ਜਾਂਦੇ, ਨਾਲੇ ਜਿਹੜਾ ਕੋਲ ਦੀ ਟੱਪਦਾ ਉਹਦੀ ਸਾਰੀ ਕੁੰਡਲੀ ਫਰੋਲ ਦਿੰਦੇ ਅਗਲੀ ਪਿਛਲੀ, ਫਲਾਨਾ ਐਂ ਸੀ ਹੋਏ, ਆਹ ਜਿਹੜਾ ਜਾਂਦਾ ਇਹ ਜਵਾਨੀ ਜਾਏ ਸੀ, ਵੀ ਤੈਨੂੰ ਕੀ ਜਿਵੇਂ ਸੀ। ਪਰ ਨਾ ਜੀ, ਗੱਲ ਨਹੀਂ ਨਾ ਬਣਦੀ, ਨਾਲੇ ਪੱਤਾ ਉਹਨੇ ਜੋੜਦੀ, ਜੇ ਗੁੱਸਾ ਆਉਂਦਾ ਦੂਜੇ 'ਤੇ ਪੱਤਾ ਵੀ ਜੋੜਦੀ ਤਾਸ਼ ਦਾ। ਸੋ ਇਹ ਇੱਕ ਪਿੰਡ ਦੀ ਗੱਲ ਨਹੀਂ ਹੈ, ਇਹ ਪਿੰਡ ਤਾਂ ਬਹੁਤ ਬੇਪਰਵਾਹੀ ਰਹਿਮਤ ਸੀ, ਏਕਾ ਬਹੁਤ ਸਾਰੀਆਂ ਐਸੀਆਂ ਚੀਜ਼ਾਂ, ਸਾਰੇ ਧਰਮਾਂ ਦਾ ਸੰਗਮ, ਬਹੁਤ ਗਜਬ ਸੀ ਬੇਪਰਵਾਹੀ ਦੀ ਰਹਿਮਤ। ਪਰ ਇਹ ਚੁਗਲੀ ਨਿੰਦਿਆ ਤਾਂ ਹਰ ਪਿੰਡ 'ਚ ਅੱਜ ਵੀ ਹੈ, ਖੁੰਡ ਚਰਚ ਆ ਪੰਜਾਬ 'ਚ ਕਹਿੰਦੇ ਆ, ਖੁੰਡ ਚਰਚ, ਜਿਹੜੇ ਬੇਕਾਰ ਜੇ ਖੁੰਡ ਹੁੰਦੇ ਸਿੱਟ ਦਿੰਦੇ ਬਸ ਫਿਰ ਉਹ ਇਸੇ ਕੰਮ ਹੀ ਆਉਂਦੇ, ਮੂਹਰੇ ਬਣ ਜਾਂਦੇ, ਮਾਰੀ ਜਾਂਦੇ ਇੱਧਰ ਦੀਆਂ ਉੱਧਰ ਦੀਆਂ। ਕਦੇ ਵੇਖਿਆ ਬਜ਼ੁਰਗਾਂ ਨੂੰ ਰੱਬ ਦਾ ਨਾਂ ਜਪਦੇ? ਚਲ ਯਾਰ ਆਪਾਂ ਵਿਹਲੇ ਹੋ ਗਏ, ਆਪਾਂ ਰੱਬ ਦਾ ਨਾਂ ਜਪੀਏ, ਸੋਚੀਏ ਭਲਾ ਕੰਮ ਕੀ ਕਰਨਾ, ਅੱਛਾ ਕੰਮ ਕਿਹੜਾ ਕਰਨਾ, ਆਪਾਂ ਪਿੰਡ ਲਈ ਚੰਗਾ ਕੰਮ ਕਰ ਲਈਏ, ਕਿਸੇ ਭਲਾ ਕਰੀਏ ਕਿਸੇ ਗਰੀਬ ਦਾ। ਪਰ ਇਹਦੇ ਬਾਰੇ ਨਹੀਂ ਸੋਚਦੇ, ਨਾ ਜਵਾਨ ਨਾ ਬਜ਼ੁਰਗ। ਸੋ ਇਹ ਆਦਤ ਦਿੰਦੀ ਕੀ ਹੈ? ਤੁਸੀਂ ਜਿਹੜੀ ਚੁਗਲੀ ਕਰਦੇ ਹੋ, ਨਿੰਦਿਆ ਕਰਦੇ ਹੋ, ਮਿਲਦਾ ਕੀ ਹੈ? ਆਪਣੇ ਮਾਂ ਬਾਪ ਨੂੰ ਭੰਡਣ ਤੋਂ ਵੱਡੀ ਗਲਤੀ ਕੋਈ ਹੋਰ ਹੋ ਨਹੀਂ ਸਕਦੀ। ਜਦੋਂ ਬੰਦਾ ਆਪਣੇ ਮਾਂ ਬਾਪ ਦੀ ਨਿੰਦਿਆ ਕਰਦਾ, ਯਾਰ ਦੋਸਤ ਨੂੰ ਚਾਹੀਦਾ ਉਹਨਾਂ ਨੂੰ ਰੋਕਣਾ, ਸੁਣਨੀ ਗੱਲ ਚਾਹੀਦੀ ਹੈ ਵੀ ਹਾਂ ਤੇਰੀ ਮਾਤਾ ਨੇ ਤੇਰੇ ਬਾਪ ਨੇ ਤੇਰੇ ਲਈ ਮਾੜਾ ਕਰਿਆ, ਐਂ ਕਰਿਆ, ਠੀਕ ਹੈ ਉਹ ਕਰਦੇ ਆ ਲੋਕ। ਪਰ ਜੇ ਤੁਸੀਂ ਜ਼ਿਆਦਾ ਭੰਡੀ ਜਾਓਗੇ ਤਾਂ ਤੁਸੀਂ ਵੀ ਤਾਂ ਖੂਨ ਉਸੇ ਦਾ ਹੋ, ਫਿਰ ਤੁਸੀਂ ਭਲੇ ਮਾਣਸ ਕਿੱਥੋਂ ਹੋ ਗਏ? ਜਾਂ ਦੱਸੋ ਕਿਸੇ ਹੋਰ ਦਾ ਖੂਨ ਹੋ, ਤੁਹਾਡੀ ਅੱਗ ਲੱਗ ਜੂਗੀ, ਇਹ ਗੱਲ ਹੋ ਗਈ ਤਾਂ ਮੈਂ ਹਰਾਮੀ ਥੋੜ੍ਹਾ ਹੀ ਹਾਂ। ਫਿਰ ਸੋਚੋ ਕਿਹਨੂੰ ਭੰਡ ਰਹੇ ਹੋ? ਆਪਣੇ ਆਪ ਨੂੰ? ਕਈ ਬਜ਼ੁਰਗ ਆਪਣੇ ਬੱਚਿਆਂ ਨੂੰ ਭੰਡਦੇ, ਠੀਕ ਹੈ ਬੱਚੇ ਕਹਿਣਾ ਨਹੀਂ ਮੰਨਦੇ, ਗਲਤ ਕੰਮ ਕਰਨ ਲੱਗ ਗਏ, ਤੁਸੀਂ ਦੁਖੀ ਹੋ, ਤੁਸੀਂ ਚੰਗੇ ਕੰਮ ਕੀਤੇ ਹੋ, ਗਲਤ ਸੋਭਤ 'ਚ ਪੈ ਕੇ ਬੁਰੇ ਕੰਮ ਕਰਨ ਲੱਗ ਗਏ, ਉਹਨਾਂ ਨੂੰ ਸਮਝਾਓ, ਸਿੱਖਿਆ ਦਿਓ। ਪਰ ਹਰ ਟਾਈਮ ਉਹਨਾਂ ਦੀ ਨਿੰਦਿਆ ਤੁਹਾਡੇ ਲਈ ਚੰਗੀ ਨਹੀਂ ਹੈ, ਕਿਉਂਕਿ ਖੂਨ ਤਾਂ ਤੁਹਾਡਾ ਹੀ ਹਨ, ਉਹ ਬੱਚੇ। ਸੋ ਮਾਂ ਬਾਪ ਦਾ ਸਤਿਕਾਰ ਕਰੋ, ਅੰਦਰ ਇੱਜ਼ਤ ਰੱਖੋ। ਜੇ ਤੁਹਾਡੀ ਨਹੀਂ ਬਣਦੀ ਤਾਂ ਰਾੜ ਨਾਲੋਂ ਬਾੜ ਅੱਛੀ, ਕਿਨਾਰਾ ਕਰ ਲਓ, ਠੀਕ ਹੈ, ਆਪਣਾ ਅਲੱਗ ਹੋ ਜਾਓ, ਪਰ ਬੁਰਾ ਨਾ ਕਹੋ। ਖਾਸ ਕਰਕੇ ਨੌਜਵਾਨਾਂ ਨੂੰ ਚਾਹੀਦਾ ਆਪਣੇ ਮਾਂ ਬਾਪ ਦੀ ਨਿੰਦਿਆ ਕਦੇ ਨਾ ਕਰੋ, ਕਦੇ ਨਾ ਬੁਰਾ ਕਹੋ, ਇਹ ਬਹੁਤ ਜ਼ਰੂਰੀ ਹੈ। ਸੋ ਜੋ ਬਚਨ ਮੰਨਦੇ ਹਨ ਸੁਖੀ ਹੋ ਜਾਂਦੇ ਹਨ, ਉਹਨਾਂ ਨੂੰ ਜ਼ਰੂਰ ਚੈਨ ਆਉਂਦਾ ਹੈ, ਜ਼ਰੂਰ ਖੁਸ਼ੀ ਮਿਲਦੀ ਹੈ। ਸੰਤਾਂ ਦਾ ਕੰਮ ਸਮਝਾਉਣਾ ਹੈ, ਚਿੱਕਲਾ ਤਾਂ ਚੜ੍ਹਾ ਨਹੀਂ ਸਕਦੇ। ਪੁਰਾਣੇ ਟਾਈਮ 'ਚ ਕਈ ਫਕੀਰ ਤਰੀਕਾ ਵਰਤਦੇ, ਪੰਜਾਬ 'ਚ ਇੱਕ ਜਗ੍ਹਾ 'ਚ ਇੱਕ ਬੰਦਾ ਸੀ,
ਬਾਬਾ ਚੰਗਾ ਸੀ, ਨੇਕ ਸੀ, ਅੱਗੇ ਜੀ ਲੜਾਈ ਬੰਦ ਕਰਵਾ ਦਿੰਦਾ, ਐਸਾ ਤਵੀਤ ਦਿੰਦਾ, ਔਰ ਤਵੀਤ ਕੀ ਸੀ ਆਮ ਬੰਦਾ ਸਮਝ ਜਾਏਗਾ, ਬਸ ਇੱਕ ਪਲਾਸਟਿਕ ਦੀ ਪੁੜੀ ਜੀ ਬਣਾ ਕੇ, ਕਾਗਜ਼ ਜਿਹਾ ਬਣਾ ਕੇ ਦੇ ਦਿੰਦਾ ਕਿ ਜਦੋਂ ਵੀ ਤੁਸੀਂ ਨੌ ਸੱਸ ਲੜਨ ਲੱਗੋ ਇਹ ਤਵੀਤ ਨੂੰ ਜਾੜਾਂ ਦੇ ਵਿੱਚ ਘੁੱਟ ਕੇ ਰੱਖਣਾ। ਲੜਾਈ ਕਿਵੇਂ ਹੋਊਗੀ ਦੱਸੋ? ਹੁਣ ਉਹ ਜਾੜ ਚ ਪਾ ਕੇ ਘੁੱਟ ਲਏ ਤੇ ਬੋਲੂਗਾ ਨਹੀਂ, ਲੜਾਈ ਆਪਣੇ ਆਪ ਹੀ ਖਤਮ, ਦੋਨਾਂ ਚੋਂ ਇੱਕ ਨਹੀਂ ਬੋਲਿਆ ਲੜਾਈ ਖਤਮ। ਵੈਸੇ ਤਰੀਕਾ ਤਾਂ ਵਧੀਆ, ਤੋ ਉਦੋਂ ਭੋਲਾ ਭਾਵ ਹੁੰਦਾ ਸੀ, ਬੀਬੀਆਂ ਮੰਨ ਲੈਂਦੀਆਂ ਹਾਂ ਬਈ ਬਾਬੇ ਨੇ ਤਵੀਤ ਦੀ ਕਰਾਮਾਤ ਹੈ। ਹੁਣ ਦੱਸੋ ਇਹ ਤਵੀਤ ਦੀ ਕਰਾਮਾਤ ਹੈ? ਇਹ ਤਾਂ ਯੁਕਤੀ ਹੈ, ਯੁਕਤੀ ਬਿਨਾਂ ਮੁਕਤੀ ਨਹੀਂ। ਸੋ ਇਹ ਸੰਤਾਂ ਦਾ ਕੰਮ ਹੁੰਦਾ ਲੋਕਾਂ ਨੂੰ ਸਮਝਾਉਣਾ ਕਿ ਰੱਬ ਦਾ ਨਾਂ ਜਪੋ, ਪਰਮਾਤਮਾ ਦੀ ਭਗਤੀ ਕਰੋ, ਐਬ ਛੱਡ ਦਿਓ, ਗੁਨਾਹ ਛੱਡ ਦਿਓ। ਸੰਤ ਕਦੇ ਕਿਸੇ ਦਾ ਬੁਰਾ ਕਰਨਾ ਤਾਂ ਬਹੁਤ ਦੂਰ ਦੀਆਂ ਗੱਲਾਂ, ਸੋਚ ਵੀ ਨਹੀਂ ਸਕਦੇ। ਉਹ ਸੰਤ ਹੀ ਕੀ ਹੋਇਆ? ਇਨਸਾਨ ਸੰਤਾਂ ਨੂੰ, ਪੀਰ ਫਕੀਰਾਂ ਨੂੰ ਬੁਰਾ ਕਹਿੰਦੇ ਰਹਿੰਦੇ ਹਨ, ਗਲਤ ਕਹਿੰਦੇ ਹਨ, ਕੋਈ ਫਰਕ ਨਹੀਂ ਪੈਂਦਾ। ਸੰਤ ਫਿਰ ਵੀ ਦੁਆ ਲਈ ਹੱਥ ਉਠਾਉਂਦੇ ਹਨ ਕਿ ਮਾਲਕਾ ਰਹਿਮਤ ਕਰ, ਕਿਰਪਾ ਕਰ, ਪਰ ਉਹਨਾਂ ਦਾ ਵੀ ਕੋਈ ਖਸਮ ਹੁੰਦਾ ਹੈ। ਇੱਕ ਗੱਲ ਤੁਹਾਨੂੰ ਕਈ ਵਾਰ ਸੁਣਾਉਂਦੇ ਹਾਂ, ਅੱਜ ਫਿਰ ਖਿਆਲ ਚ ਆਈ। ਇੱਕ ਫਕੀਰ ਸੀ, ਬੜਾ ਮਸਤ ਮੌਲਾ, ਅੱਲਾਹ ਤਾਲਾ ਦੀ ਯਾਦ ਚ ਬਹਿੰਦਾ ਸੀ, ਹਮੇਸ਼ਾ ਗੁਣਗਾਣ ਗਾਉਂਦਾ ਰਹਿੰਦਾ ਸੀ। ਜੰਗਲਾਤ ਵਿੱਚੋਂ ਚੱਲਿਆ ਕਿ ਸ਼ਹਿਰ ਜਾ ਕੇ ਆਉਂਦੇ ਹਾਂ, ਕਦੇ ਗਿਆ ਨਹੀਂ ਸੀ, ਖਿਆਲ ਬਣ ਗਿਆ ਵੀ ਚਲੋ ਚੱਲਦੇ ਹਾਂ। ਰੱਬ ਦੀ ਨਾਂ ਲੈਂਦਾ ਗਿਆ, ਉਹਦੀ ਆਦਤ ਸੀ ਬੋਲਣਾ। ਰਾਹ 'ਤੇ ਜਾ ਰਿਹਾ ਸੀ, ਸਾਹਮਣੇ ਜਿਹੜੇ ਵੀ ਦਰਖਤ ਆਉਂਦੇ, ਪੇੜ ਪੌਦੇ ਆਉਂਦੇ, ਉਹਨਾਂ ਨੂੰ ਦੇਖਦਾ, ਵਾਹ ਓਏ ਰੱਬਾ ਯਾਰ ਕਮਾਲ ਦਾ ਕਾਰੀਗਰ ਹੈ, ਜਿਹੜਾ ਵੀ ਮੈਂ ਪੇੜ ਦੇਖਦਾ, ਜਿਹੜਾ ਪੌਦਾ ਦੇਖਦਾ, ਸਾਰਿਆਂ ਦੇ ਪੱਤੇ ਅਲੱਗ ਡਿਜ਼ਾਈਨ ਹੈ, ਸਾਰਿਆਂ ਦੀ ਖੁਸ਼ਬੂ ਅਲੱਗ ਹੈ, ਸਾਰਿਆਂ ਦੇ ਫੁੱਲ ਅਲੱਗ ਹਨ। ਵਾਹ ਮਾਲਕਾ ਤੂੰ ਕਮਾਲ ਹੈ ਬਈ, ਕਮਾਲ, ਵਾਹ ਮਾਲਕਾ ਕਿਆ ਖੂਬਸੂਰਤ ਚੀਜ਼ਾਂ ਬਣਾਈਆਂ। ਅੱਗੇ ਵਧਿਆ, ਕਾਜੂ ਅਖਰੋਟ ਲੱਗੇ ਹੋਏ, ਵਾਹ ਮਾਲਕਾ ਕਿਆ ਕਮਾਲ ਕੀਤਾ ਹੈ। ਸਵਾਲ ਆ, ਆਦਮੀ ਤੋਂ ਬਿਨਾਂ ਇਹਨੂੰ ਕੋਈ ਖਾ ਸਕੇ? ਕਾਜੂ ਬੜਾ ਜ਼ਹਿਰੀਲਾ ਹੁੰਦਾ, ਉਹਨੂੰ ਕੋਈ ਖਾ ਨਹੀਂ ਸਕਦਾ। ਫਿਰ ਉਹਨੂੰ ਉਬਾਲਿਆ ਜਾਂਦਾ ਹੈ ਕਈ ਤਰੀਕਿਆਂ ਨਾਲ, ਫਿਰ ਉਹਦੇ ਵਿੱਚੋਂ ਕੱਢ ਕੇ ਉਹ ਕਾਜੂ ਖਾਧਾ ਜਾਂਦਾ ਹੈ, ਅਦਰਵਾਈਜ਼ ਉਹ ਜ਼ਹਿਰੀਲਾ ਹੁੰਦਾ, ਉਹਦਾ ਖੋਲ ਜਿਹੜਾ ਹੁੰਦਾ। ਸੋ ਉਪਮਾ ਕਰਨ ਲੱਗਿਆ, ਮਾਲਕਾ ਤੇਰੀ ਕਮਾਲ ਹੈ, ਤੇਰੀ ਰਜ਼ਾ, ਤੇਰੇ ਖੂਬਸੂਰਤੀ ਦਾ ਕੀ ਕਹਿਣਾ। ਕਰਦੇ ਕਰਦੇ ਸ਼ਹਿਰ ਦੇ ਨੇੜੇ ਪਹੁੰਚੇ, ਬਿਲਡਿੰਗ ਬਣਾ ਰੱਖੀ, ਲੋਕਾਂ ਨੇ ਘਰ ਬਣਾ ਰੱਖੇ, ਕਿਲੇ ਬਣੇ ਰਾਜੇ ਮਹਾਰਾਜਿਆਂ ਦੇ। ਵਾਹ ਰੱਬਾ ਤੇਰਾ ਬੰਦਾ ਕੀ ਕਰ ਰਿਹਾ, ਦੇਖੋ ਕਿਤਨੀ ਸੋਹਣੀ ਕਲਾਕਾਰੀ ਕਰ ਰਿਹਾ ਹੈ। ਕਰਦੇ 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 ਉੱਪਰ ਇੱਕ ਭੈਣ ਸਿਰ ਨਹਾਈ ਹੋਈ ਸੀ, ਕੇਸੀ ਨਹਾਤੀ ਸੀ, ਉਹ ਸਿਰ ਸੁਕਾ ਰਹੀ ਸੀ, ਸੁੰਦਰ ਸੀ। ਉਸਨੂੰ ਦੇਖਿਆ, ਵਾਹ ਮਾਲਕਾ ਕਿਆ ਖੂਬਸੂਰਤ ਬਾਲ ਹਨ, ਕਿੰਨੀ ਖੂਬਸੂਰਤ ਲੜਕੀ ਹੈ, ਵਾਹ ਪਰਮਾਤਮਾ, ਵਾਹ ਅੱਲਾ, ਤੇਰੇ ਰਹਿਮੋ ਕਰਮ ਦਾ ਕੋਈ ਅੰਦਾਜ਼ਾ ਨਹੀਂ, ਤੇਰੀ ਖੂਬਸੂਰਤੀ ਬਣਾਉਣ ਦਾ ਢੰਗ ਹੀ ਵੱਖਰਾ ਹੈ। ਉਸ ਔਰਤ ਨੂੰ ਸੁਣ ਗਿਆ, ਉਸਨੇ ਸ਼ੋਰ ਮਚਾਇਆ ਕਿ ਦੇਖੋ ਇਹ ਬੂਬਣਾ, ਇਹ ਸਾਧ ਮੇਰੇ 'ਤੇ ਸਦਾਈ ਹੋ ਗਿਆ, ਇਹ ਮੈਨੂੰ ਗਲਤ ਬੋਲ ਰਿਹਾ ਹੈ,
ਉਹ ਕਹਿੰਦਾ ਬੀਬਾ ਮੈਂ ਗਲਤ ਨਹੀਂ ਬੋਲਿਆ, ਮੈਂ ਤਾਂ ਅੱਲਾਹ ਤਾਲਾ ਦੀ ਖੂਬਸੂਰਤੀ ਦਾ ਵਾਹ ਵਾਹ ਜੈ ਜੈਕਾਰ ਕਰ ਰਿਹਾ ਕਿ ਵਾਹ ਮਾਲਕਾ ਕਮਾਲ ਕਰ ਛੱਡੀ। ਮੈਂ ਤੈਨੂੰ ਨਹੀਂ ਕਹਿ ਰਿਹਾ, ਹਰ ਚੀਜ਼ ਨੂੰ ਕਹਿ ਰਿਹਾ ਜੋ ਪਰਵਰਦਿਗਾਰ ਨੇ ਬਣਾਈ ਹੈ। ਲੋਕ ਇਕੱਠੇ ਹੋ ਗਏ, ਘੇਰ ਲਿਆ। ਉਸ ਔਰਤ ਨੇ ਹੋਰ ਸ਼ੋਰ ਮਚਾ ਦਿੱਤਾ। ਕਈ ਵਾਰ ਘਮੰਡੀ ਹੁੰਦਾ ਹੈ ਇਨਸਾਨ, ਆਪਣੇ ਪਤੀ ਨੂੰ ਕਿਹਾ ਵੀ ਦੇਖੋ ਮੈਨੂੰ ਇਹ ਗਲਤ ਬੋਲਦਾ, ਐਂ ਬੋਲਦਾ। ਉਹ ਭੱਜ ਕੇ ਗਿਆ ਨੀਚੇ ਉਤਰ ਕੇ ਪੌੜੀਆਂ, ਔਰ ਜਾ ਕੇ ਦੋ ਚਾਰ ਗੱਲ ਪੁੱਛੀ ਨਹੀਂ ਕਰੀ ਨਹੀਂ, ਫਕੀਰ ਦੇ ਮਾਰ ਦਿੱਤੀਆਂ। ਕਹਿੰਦਾ ਵਾਹ ਮਾਲਕਾ ਤੇਰੀ ਰਜਾ, ਇਹ ਵੀ ਤੇਰੀ ਰਜਾ ਹੈ, ਕਮਾਲ ਹੈ ਤੇਰੀ। ਉਹ ਆਦਮੀ ਮਾਰ ਕੇ ਪੌੜੀਆਂ ਚੜ੍ਹਨ ਲੱਗਿਆ। ਲੱਕੜ ਵਗੈਰਾ ਦੀ ਪੌੜੀ ਹੁੰਦੀ, ਕਈ ਵਾਰ ਉੱਚੀ ਬਿਲਡਿੰਗ 'ਤੇ ਬਣਾ ਲੈਂਦੇ। ਉਹ ਉੱਪਰ ਚੜ੍ਹਨ ਲੱਗਿਆ, ਬਿਲਕੁਲ ਜਦੋਂ ਚੜ੍ਹਦਾ ਚੜ੍ਹਦਾ ਉੱਪਰ ਪਹੁੰਚਿਆ, ਹੱਥ ਛੁੱਟੇ, ਪੈਰ ਤਿਲਕਿਆ, ਦੜਾਮ ਆ ਕੇ ਥੱਲੇ ਵੱਜਿਆ, ਡਿੱਗਦੇ ਦੀ ਗਰਦਨ ਟੁੱਟ ਗਈ। ਔਰਤ ਭੱਜ ਕੇ ਆਈ, ਦੇਖਿਆ ਖਤਮ, ਮਰ ਚੁੱਕਿਆ ਹੈ। ਉਹਨੇ ਲੋਕ ਖੜ੍ਹੇ ਸਨ, ਫਿਰ ਸ਼ੋਰ ਮਚਾ ਦਿੱਤਾ, ਇਸ ਸਾਧ ਨੇ ਮੇਰੇ ਪਤੀ ਨੂੰ ਮਾਰ ਦਿੱਤਾ। ਸਾਰੀ ਜਨਤਾ ਕੋਲੇ ਖੜੀ ਸੀ। ਫਕੀਰ ਕਹਿੰਦਾ ਦੱਸੋ ਬਈ ਮੈਂ ਮਾਰਿਆ, ਮੈਂ ਤੁਹਾਡੇ ਕੋਲੇ ਖੜਾ। ਸਾਰੇ ਕਹਿੰਦੇ ਨਾ ਜੀ, ਤੁਸੀਂ ਤਾਂ ਕੁਝ ਵੀ ਨਹੀਂ, ਇੱਥੇ ਖੜੇ ਹੋ। ਤਾਂ ਉਹਦੇ ਘਰ ਵਾਲੀ ਗੁੱਸੇ 'ਚ ਗਾਲਾਂ ਦੇਣ ਲੱਗੀ, ਫਿਰ ਹੋਰ ਕੀ ਨੇ ਮਾਰਿਆ? ਕਹਿੰਦਾ ਬੀਬਾ ਇਹ ਕੌਣ ਸੀ ਤੇਰਾ? ਕਹਿੰਦੇ ਮੇਰਾ ਖਸਮ ਮੇਰਾ ਮਾਲਕ ਸੀ। ਕਹਿੰਦਾ ਫਿਰ ਤੇਰੇ ਖਸਮ ਮਾਲਕ ਨੇ ਮੇਰੇ ਮਾਰਿਆ, ਅਤੇ ਮੇਰਾ ਵੀ ਕੋਈ ਖਸਮ ਮਾਲਕ ਆ, ਉਹਨੇ ਇਹਦਾ ਕੰਮ ਕਰਤਾ, ਮੈਂ ਤਾਂ ਕੁਝ ਨਹੀਂ ਕਰਿਆ, ਮੇਰਾ ਕੋਈ ਲੈਣਾ ਦੇਣਾ ਨਹੀਂ। ਸੋ ਕਹਿਣ ਦਾ ਭਾਵ, ਫਕੀਰ ਤਾਂ ਦੁਆ ਲਈ ਹੱਥ ਚੁੱਕਦੇ ਹਨ, ਕਦੇ ਕਿਸੇ ਨੂੰ ਬੁਰਾ ਨਹੀਂ ਬੋਲਦੇ, ਨਾ ਗਾਲਾਂ ਕੱਢਦੇ ਹਨ, ਨਾ ਗਲਤ ਕਹਿੰਦੇ ਹਨ। ਉਹਨਾਂ ਦਾ ਕੰਮ ਤਾਂ ਸਭ ਲਈ ਦੁਆਵਾਂ ਕਰਨਾ ਹੈ। ਅੱਗੇ ਮਾਲਕ ਜਾਣੇ, ਖਸਮ ਜਾਣੇ, ਉਹਦੀ ਮਰਜ਼ੀ। ਸੋ ਸਤਿਗੁਰ ਮੁਰਸ਼ਦ ਦੇ ਕਾਮਿਲ ਸ਼ਾਸਤਰਾਮ ਜੀ ਦਾਤਾ ਰਹਿਬਰ ਨੇ ਇਹੀ ਸਿਖਾਇਆ, ਇਸ ਜਨਮ ਮੇਂ ਇਹ ਦੋ ਕਾਮ ਕਰੋ, ਇੱਕ ਨਾਮ ਜਪੋ ਔਰ ਪ੍ਰੇਮ ਕਰੋ, ਕਿਸੇ ਜੀਵ ਕਾ ਦਿਲ ਨਾ ਦੁਖਾ ਨਾ ਕਭੀ, ਮੌਤ ਯਾਦ ਰੱਖੋ ਮਾਲਿਕ ਸਦਾ। ਫਾਰਮੂਲਾ ਦੇਤਾ, ਔਰ ਪੂਰੀ ਸਾਧ ਸੰਗਤ ਉਸ 'ਤੇ ਅਮਲ ਕਰਦੀ ਹੈ ਔਰ ਕਰਦੀ ਰਹੇਗੀ, ਕਿ ਸਭ ਨਾਲ ਪਿਆਰ ਕਰੋ, ਬੇਗਰਜ, ਨਿਸਵਾਰਥ, ਬੁਰਾਈਆਂ ਆਪਣੀਆਂ ਛੱਡੋ, ਲੋਕਾਂ ਦੀਆਂ ਛੁਡਵਾਓ। ਸੋ ਸਤਿਗੁਰ ਮੁਰਸ਼ਦ ਬਾਰੇ ਲਿਖਿਆ ਦੱਸਿਆ ਹੈ, ਉਸ ਤੁਹਾਨੂੰ ਸੇਵਾਦਾਰ ਪੜ੍ਹ ਕੇ ਸੁਣਾਉਣਗੇ। ਇਸ ਬਾਰੇ ਲਿਖਿਆ ਹੈ, ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ। ਸ਼ਾਹ ਸਤਨਾਮ ਸਿੰਘ ਜੀ ਮਹਾਰਾਜ ਦੇ ਆਦਰਣੀਯ ਪਿਤਾ ਜੀ ਦਾ ਨਾਂ ਜੈਲਦਾਰ ਵਰਿਆਮ ਸਿੰਘ ਸਿੱਧੂ ਅਤੇ ਮਾਤਾ ਜੀ ਦਾ ਨਾਂ ਆਸ ਕੌਰ ਜੀ ਸੀ, ਜੋ ਕਿ ਪਿੰਡ ਸ੍ਰੀ ਜਲਾਲਾਣਾ ਸਾਹਿਬ, ਤਹਿਸੀਲ ਡੱਬ ਵਾਲੀ, ਜ਼ਿਲ੍ਹਾ ਸਰਸਾ, ਹਰਿਆਣਾ ਵਿੱਚ ਰਹਿੰਦੇ ਸਨ। ਆਪ ਜੀ ਦੇ ਪਿਤਾ ਜੀ ਇੱਕ ਬਹੁਤ ਵੱਡੇ ਜ਼ਮੀਂਦਾਰ ਸਨ ਅਤੇ ਦਾਦਾ ਸਰਦਾਰ ਹੀਰਾ ਸਿੰਘ ਜੀ ਸਿੱਧੂ ਪਿੰਡ ਦੇ ਜੈਲਦਾਰ ਹੀ ਸਨ। ਪੂਜਨੀਏ ਮਾਤਾ ਪਿਤਾ ਜੀ ਸਦਾ ਸਾਧੂ ਫਕੀਰਾਂ ਦੀ ਜ਼ਿਆਦਾ ਤੋਂ ਜ਼ਿਆਦਾ ਸੇਵਾ ਕਰਿਆ ਕਰਦੇ ਅਤੇ ਮਾਲਕ ਦੀ ਭਗਤੀ ਵਿੱਚ ਲੀਨ ਰਹਿੰਦੇ ਸਨ। ਇਸ ਸਾਧਨ ਸੰਪੰਨ ਪਰਿਵਾਰ ਵਿੱਚ ਦੁਨਿਆਵੀ ਸੁੱਖ ਸੁਵਿਧਾ ਦੀ ਚੀਜ਼ਾਂ ਦਾ ਅਭਾਵ ਨਹੀਂ ਸੀ, ਲੇਕਿਨ ਸੰਤਾਨ ਪ੍ਰਾਪਤੀ ਦੀ ਕਾਮਨਾ ਪੂਜਨੀਏ ਮਾਤਾ ਪਿਤਾ ਜੀ ਨੂੰ ਹਰ ਪਲ ਸਤਾਉਂਦੀ ਰਹਿੰਦੀ ਸੀ। ਸਾਰੇ ਪਿੰਡ ਵਾਸੀ ਇਸ ਪਰਿਵਾਰ ਦੀ ਮਾਲਕ ਦੇ ਪ੍ਰਤੀ ਸ਼ਰਧਾ ਭਾਵਨਾ
ਅਤੇ ਦੀਨ ਦੁਖੀਆਂ ਦੇ ਪ੍ਰਤੀ ਦਇਆ ਭਾਵਨਾ ਆਦਿ ਸਦਗੁਣਾਂ ਤੋਂ ਜਾਣੂ ਸਨ ਅਤੇ ਇਹਨਾਂ ਕਾਰਨਾਂ ਕਰਕੇ ਹੀ ਸਾਰੇ ਲੋਕ ਪਰਿਵਾਰ ਦੇ ਮੈਂਬਰਾਂ ਦੇ ਪ੍ਰਤੀ ਹਾਰਦਿਕ ਸਤਿਕਾਰ ਦੀ ਭਾਵਨਾ ਰੱਖਦੇ ਸਨ। ਉਨੀ ਦਿਨੀ ਪਿੰਡ ਵਿੱਚ ਇੱਕ ਮਸ ਫਕੀਰ ਦਾ ਆਉਣਾ ਹੋਇਆ ਜੋ ਲੋਕਾਂ ਨੂੰ ਈਸ਼ਵਰ ਭਗਤੀ ਦੇ ਲਈ ਪ੍ਰੇਰਿਤ ਕਰਦਾ ਸੀ। ਪੂਜਨੀਯ ਮਾਤਾ ਪਿਤਾ ਜੀ ਨੇ ਉਸ ਫਕੀਰ ਨੂੰ ਘਰ ਵਿੱਚ ਆਮੰਤ੍ਰਿਤ ਕੀਤਾ ਅਤੇ ਖੂਬ ਆਉ ਭਗਤ ਕੀਤੀ। ਉਹ ਫਕੀਰ ਕਈ ਦਿਨਾਂ ਤੱਕ ਪਿੰਡ ਸ੍ਰੀ ਜਲਾਲਾਣਾ ਸਾਹਿਬ ਵਿੱਚ ਹੀ ਰਿਹਾ। ਜਿੰਨੇ ਦਿਨ ਵੀ ਹੋਰ ਉੱਥੇ ਰਿਹਾ ਭੋਜਨ ਪਾਣੀ ਸਰਦਾਰ ਵਰਿਆਮ ਸਿੰਘ ਜੀ ਦੇ ਪਰਿਵਾਰ ਵਿੱਚ ਆ ਕੇ ਹੀ ਕਰਿਆ ਕਰਦਾ। ਆਦਰਣੀਯ ਮਾਤਾ ਪਿਤਾ ਜੀ ਉਸ ਫਕੀਰ ਨੂੰ ਆਦਰ ਸਤਿਕਾਰ ਨਾਲ ਬਿਠਾ ਕੇ ਖੂਬ ਸੇਵਾ ਕਰਦੇ। ਇੱਕ ਦਿਨ ਫਕੀਰ ਨੇ ਖੁਸ਼ ਹੋ ਕੇ ਕਿਹਾ, ਮਾਤਾ ਜੀ ਤੁਹਾਡੀ ਈਸ਼ਵਰ ਦੇ ਪ੍ਰਤੀ ਭਗਤੀ ਅਤੇ ਪ੍ਰੇਮ ਭਾਵਨਾ ਬਹੁਤ ਹੀ ਸਰਾਹਣ ਯੋਗ ਹੈ। ਆ ਤੁਹਾਡੀ ਸੰਤਾਨ ਪ੍ਰਾਪਤੀ ਦੀ ਕਾਮਨਾ ਈਸ਼ਵਰ ਜ਼ਰੂਰ ਹੀ ਪੂਰੀ ਕਰਨਗੇ। ਤੁਹਾਡੇ ਘਰ ਵਿੱਚ ਕੋਈ ਮਹਾਂਪੁਰਸ਼ ਜਨਮ ਲਵੇਗਾ। ਇੰਨਾ ਕਹਿ ਕੇ ਉਹ ਫਕੀਰ ਪਿੰਡ ਤੋਂ ਚਲਿਆ ਗਿਆ। ਹੁਣ ਪਰਮਾਤਮਾ ਦੀ ਅਸੀਮ ਕਿਰਪਾ ਅਤੇ ਸ਼ੁਭ ਆਸ਼ੀਰਵਾਦ ਨਾਲ ਪੂਜਨੀਕ ਮਾਤਾ ਪਿਤਾ ਜੀ ਨੂੰ ਲਗਭਗ 18 ਵਰਸ਼ਾਂ ਦੇ ਇੰਤਜ਼ਾਰ ਦੇ ਬਾਅਦ ਸੰਤਾਨ ਦੀ ਖੁਸ਼ੀ ਪ੍ਰਾਪਤ ਹੋਈ। ਆਪ ਜੀ ਦਾ ਜਨਮ 25 ਜਨਵਰੀ 1919 ਦਿਨ ਸ਼ਨੀਵਾਰ ਨੂੰ ਆਪਣੇ ਨਾਨਕੇ ਪਿੰਡ ਜਿਉਣ ਸਿਉਂ ਵਾਲਾ ਤਹਿਸੀਲ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਪੰਜਾਬ ਵਿੱਚ ਹੋਇਆ। ਸੋ ਪਿਆਰੀ ਸਾਹਿਬ ਸਿੰਘ ਜੀ ਨਾਲ ਸ਼ਬਦ ਬਾਣੀ ਚੱਲੇਗੀ ਔਰ ਤੁਹਾਨੂੰ ਦੱਸਾਂਗੇ ਸਤਿਗੁਰੂ ਮੁਰਸ਼ਿਦ ਬਾਰੇ, ਉਹਨਾਂ ਦੀ ਸ਼ਿਕਸ਼ਾ ਜੋ ਹਰ ਇੱਕ ਬੱਚੇ ਲਈ, ਹਰ ਇੱਕ ਜਵਾਨ ਲਈ, ਅਧੇੜ ਔਰ ਬਜ਼ੁਰਗ ਲਈ ਬਿਲਕੁਲ ਰਾਹ ਦਿਖਾਉਣ ਵਾਲੀ ਸੀ, ਹੈ ਔਰ ਹਮੇਸ਼ਾ ਰਹੇਗੀ। ਸੋ ਸ਼ਬਦ ਹੈ, ਚਾਰੇ ਪਾਸੇ ਖੁਸ਼ੀਆਂ ਤੇ ਨੂਰ ਪਿਆ ਬਰਸੇ, ਮਹੀਨੇ ਇਸ ਆਏ ਪਿਆਰੇ ਪਿਆਰੇ ਰੱਬ ਜੀ, ਆਏ ਦਾਤਾ ਪਿਆਰੇ ਖੁਸ਼ੀਆਂ ਮਨਾਉਣ ਸਭ ਜੀ। ਹਾਂਜੀ ਚਲੋ ਜੀ। ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ। ਸੁੱਕੇ ਬਾਗਾਂ ਚ ਅੱਜ ਹਰਿਆਲੀ ਛਾ ਗਈ, ਛਾਵੇ ਕਿਵੇਂ ਨਾ ਸੱਚੀ ਸਰਕਾਰ ਆ ਗਈ। ਰੇਗਿਸਤਾਨ ਵਿੱਚ ਕੋਇਲਾ ਨੇ ਗੀਤ ਗਾਏ, ਜਲੇ ਜਲੇ ਚ ਅਜ ਬਹਾਰ ਆ ਗਈ।
ਦੇਵੀ ਦੇਵ ਰੂਹਾਂ ਨੇ ਮੰਗਲ ਗਾਏ ਅਨਾਮੀ ਜੋਤ ਤਾਰ ਅਵਤਾਰ ਆ ਗਈ ਚਾਰੇ ਪਾਸੇ ਖੁਸ਼ੀਆਂ ਤੇ ਨੂਰ ਪਿਆ ਵਰਸੇ ਚਾਰੇ ਪਾਸੇ ਖੁਸ਼ੀਆਂ ਤੇ ਨੂਰ ਪਿਆ ਵਰਸੇ ਮਹੀਨੇ ਇਸ ਆਏ ਪਿਆਰੇ ਪਿਆਰੇ ਰੱਬ ਜੀ ਚਾਰੇ ਪਾਸੇ ਖੁਸ਼ੀਆਂ ਤੇ ਨੂਰ ਪਿਆ ਵਰਸੇ ਮਹੀਨੇ ਇਸ ਆਏ ਪਿਆਰੇ ਪਿਆਰੇ ਰੱਬ ਜੀ ਆਏ ਦਾਤਾ ਪਿਆਰੇ ਖੁਸ਼ੀਆਂ ਮਨਾਉਣ ਸਭ ਜੀ ਆਏ ਦਾਤਾ ਪਿਆਰੇ ਖੁਸ਼ੀਆਂ ਮਨਾਉਣ ਸਭ ਜੀ ਚਾਰੇ ਪਾਸੇ ਖੁਸ਼ੀਆਂ ਦੇ ਨੂਰ ਪਿਆ ਵਰਸੇ ਮਹੀਨੇ ਇੱਕ ਆਏ ਪਿਆਰੇ ਪਿਆਰੇ ਰੱਬ ਜੀ ਆਏ ਦਾਤਾ ਪਿਆਰੇ ਖੁਸ਼ੀਆਂ ਮਨਾਉਣ ਸਭ ਜੀ ਆਏ ਦਾਤਾ ਪਿਆਰੇ ਖੁਸ਼ੀਆਂ ਮਨਾਉਣ ਸਭ ਜੀ ਅਲਾਹੀ ਜੀ ਨਾਮੀ ਵਿੱਚੋਂ ਆ ਗਈ ਮਾਤਾ ਆਸ ਕੌਰ ਜੀ ਦੇ ਕੁੱਖ ਚ ਸਮਾ ਗਈ ਜੋਤ ਅਲਾਹੀ ਜੀ ਨਾਮੀ ਵਿੱਚੋਂ ਆ ਗਈ ਮਾਤਾ ਆਸ ਕੌਰ ਜੀ ਦੇ ਕੁੱਖ ਚ ਸਮਾ ਗਈ ਪਿਤਾ ਵਰਿਆਮ ਸਿੰਘ ਜੀ ਦੇ ਘਰ ਰੱਬੀ ਜੋਤ ਆਈ ਦਰਸ਼ ਕਰਨ ਆਏ ਸਭ ਭੱਜ ਭੱਜ ਜੀ ਦਾਤਾ ਪਿਆਰੇ ਆਏ ਦਾਤਾ ਪਿਆਰੇ ਖੁਸ਼ੀਆਂ ਮਨਾਉਣ ਸਭ ਜੀ ਆਏ ਦਾਤਾ ਪਿਆਰੇ ਖੁਸ਼ੀਆਂ ਮਨਾਉਣ ਸਭ ਜੀ ਆਏ ਦਾਤਾ ਪਿਆਰੇ ਖੁਸ਼ੀਆਂ ਮਨਾਉਣ ਸਭ ਜੀ ਜਲਾਲ ਦਾ ਭੰਡਾਰ ਜੀ ਨੂਰ ਛਾਇਆ ਤਰਤ ਤੇ ਅੱਜ ਬੇਸ਼ੁਮਾਰ ਜੀ ਜਲਾਲ ਰਾਣਾ ਬਣਿਆ ਜਲਾਲ ਦਾ ਭੰਡਾਰ ਜੀ ਨੂਰ ਛਾਇਆ ਤਰਤ ਤੇ ਅੱਜ ਬੇਸ਼ੁਮਾਰ ਜੀ ਬੱਲੇ ਹਾਰੇ ਜਾਈਏ ਪਿਆਰੇ ਪਿਆਰੇ ਸੋਹਣੇ ਦਾਤਾ ਤੋਂ ਜਿਨ੍ਹਾਂ ਨੇ ਬਚਾਈ ਆ ਕੇ ਸਾਡੀ ਲੱਜ ਦੀ ਦਾਤਾ ਪਿਆਰੇ ਆਏ ਦਾਤਾ ਪਿਆਰੇ ਖੁਸ਼ੀਆਂ ਮਨਾਉਣ ਸਭ ਜੀ ਆਏ ਦਾਤਾ ਪਿਆਰੇ ਖੁਸ਼ੀਆਂ ਮਨਾਉਣ ਸਭ ਜੀ ਹੋ ਆਏ ਦਾਤਾ ਪਿਆਰੇ ਖੁਸ਼ੀਆਂ ਮਨਾਉਣ ਸਭ ਜੀ ਨਾ ਗਿਆਨ ਹੋ ਪਾਏ ਜੀ ਤਾਲ ਰੂਹਾਂ ਨੂੰ ਕਰੀ ਜਾਵੇ ਕਿਉਂ ਰਹੇ ਜੀ
ਗੁਰੂ ਬਿਨਾ ਨਾ ਗਿਆਨ ਹੋ ਪਾਏ ਜੀ, ਕਾਲ ਰੂਹਾਂ ਨੂੰ ਕਰੀ ਜਾਵੇ ਗੁੰਮਰਾਹੇ ਜੀ। ਆਏ ਗਿਆਨ ਦੇਨੇ, ਆਏ ਗਿਆਨ ਦੇਨੇ ਸੱਚੇ ਭੰਡਾਰ ਜੀ, ਆ ਕੇ ਜਿਨ੍ਹਾਂ ਦਿੱਤਾ ਰੱਬ ਵਾਲਾ ਚੱਜ ਜੀ। ਦਾਤਾ ਪਿਆਰੇ ਆਏ, ਦਾਤਾ ਪਿਆਰੇ ਖੁਸ਼ੀਆਂ ਮਨਾਉਣ ਸਭ ਜੀ, ਆਏ ਦਾਤਾ ਪਿਆਰੇ ਖੁਸ਼ੀਆਂ ਮਨਾਉਣ ਸਭ, ਚਾਰੇ ਪਾਸੇ ਖੁਸ਼ੀਆਂ ਤੈਨੂੰ ਰੁਪਿਆ ਬਰਸੇ, ਚਾਰੇ ਪਾਸੇ ਖੁਸ਼ੀਆਂ ਤੈਨੂੰ ਰੁਪਿਆ ਬਰਸੇ, ਮਹੀਨੇ ਆਏ ਪਿਆਰੇ ਪਿਆਰੇ ਰੱਬ ਜੀ। ਆਏ ਦਾਤਾ ਪਿਆਰੇ ਖੁਸ਼ੀਆਂ ਮਨਾਉਣ ਸਭ ਜੀ, ਆਏ ਦਾਤਾ ਪਿਆਰੇ ਖੁਸ਼ੀਆਂ ਮਨਾਉਣ ਸਭ ਜੀ। ਜਾਲਿਮ ਸੀ ਰਹੀ ਫਰਮਾਏ ਜੀ, ਮਨ ਰਿਹਾ ਸੀ ਰੂਹਾਂ ਨੂੰ ਤੜਪਾਏ ਜੀ। ਮਾਇਆ ਜ਼ਾਲਮ ਸੀ ਰਹੀ ਫਰਮਾਏ ਜੀ, ਮਨ ਰਿਹਾ ਸੀ ਰੂਹਾਂ ਨੂੰ ਤੜਪਾਏ ਜੀ। ਮਨ ਅਤੇ ਮਾਇਆ, ਮਨ ਅਤੇ ਮਾਇਆ ਦੀਆਂ ਕਠਿਨ ਜ਼ੰਜੀਰਾਂ, ਚੱਲ ਆਏ ਸੁਣਦਾ ਤਾਰ ਅੱਜ ਜੀ। ਦਾਤਾ ਪਿਆਰੇ ਆਏ, ਦਾਤਾ ਪਿਆਰੇ ਖੁਸ਼ੀਆਂ ਮਨਾਉਣ ਸਭ ਜੀ, ਆਏ ਦਾਤਾ ਪਿਆਰੇ ਖੁਸ਼ੀਆਂ ਮਨਾਉਣ ਸਭ ਜੀ, ਆਏ ਦਾਤਾ ਪਿਆਰੇ ਖੁਸ਼ੀਆਂ ਮਨਾਉਣ ਸਭ ਜੀ। ਛਾਇਆ ਹੋਇਆ ਝੂਠ ਦਾ ਹਨੇਰਾ ਜੀ, ਝੂਠ ਦੀ ਪਈ ਰਹੀ, ਝੂਠ ਦੀ ਪਈ ਰਾਤ ਨਜ਼ਰ ਆਇਆ ਨਾ ਸਵੇਰਾ ਜੀ। ਕਾਲ ਦੇ ਛਾਇਆ ਹੋਇਆ ਝੂਠ ਦਾ ਹਨੇਰਾ ਜੀ, ਝੂਠ ਦੀ ਪਈ ਰਾਤ ਨਜ਼ਰ ਆਏ ਨਾ ਸਵੇਰਾ ਜੀ। ਸੱਚ ਦਾ ਡੰਕਾ, ਸੱਚ ਦਾ ਡੰਕਾ ਵਜਾਉਣ ਲਈ ਜੀ, ਧਰਤੀ ਤੇ ਚੱਲ ਆਏ ਸੋਹਣੇ ਰੱਬ ਜੀ। ਦਾਤਾ ਪਿਆਰੇ ਆਏ, ਦਾਤਾ ਪਿਆਰੇ ਖੁਸ਼ੀਆਂ ਮਨਾਉਣ ਸਭ ਜੀ, ਆਏ ਦਾਤਾ ਪਿਆਰੇ ਖੁਸ਼ੀਆਂ ਮਨਾਉਣ ਸਭ ਜੀ, ਆਏ ਦਾਤਾ ਪਿਆਰੇ ਖੁਸ਼ੀਆਂ ਮਨਾਉਣ ਸਭ ਜੀ। ਉਪਕਾਰ ਦਾਤਾ ਦੇਣ ਗਣ ਗਏ ਜੀ, ਲੱਖਾਂ ਜਨਮ ਕੋਈ ਗਾਉਣ ਲਈ ਚਾਹੇ ਪਾਏ ਜੀ। ਪਰ ਉਪਕਾਰ ਦਾਤਾ ਦੇਣ ਗਣ ਗਏ ਜੀ, ਲੱਖਾਂ ਜਨਮ ਕੋਈ ਗਾਉਣ ਲਈ ਚਾਹੇ ਪਾਏ ਜੀ। ਸ਼ਾਹ ਸਤਨਾਮ ਜੀ ਦੇ, ਸ਼ਾਹ ਸਤਨਾਮ ਜੀ ਦੇ ਦਰਸ਼ ਦੀਦਾਰ ਨਾਲ ਆਤਮਾ ਸਜਾਉਂਦੀ ਸਾਡੀ ਲੱਜ ਲੱਜ ਜੀ। ਦਾਤਾ ਪਿਆਰੇ ਆਏ, ਦਾਤਾ ਪਿਆਰੇ ਖੁਸ਼ੀਆਂ ਮਨਾਉਣ ਸਭ ਜੀ, ਆਏ ਦਾਤਾ ਪਿਆਰੇ ਖੁਸ਼ੀਆਂ ਮਨਾਉਣ ਸਭ ਜੀ। ਦਾਸ ਮੀਤ ਅਰਜ ਸੁਣਾਏ ਜੀ, ਸਤਨੰਦ ਸਤਨੰਦ ਜਿਗਰ ਕਮਾਏ ਜੀ।
ਸਾਸਨ ਦਾ ਵੇਦ ਅਰਜ ਸੁਣਾਏ ਜੀ, ਸ਼ਾਸਨਾਂ ਦੀ ਸਤਨਾਮ ਦਿਲ ਜਿਗਰ ਸਮਾਏ ਜੀ। ਦਾਤਾ ਤੇਰਾ ਨਾਮ, ਦਾਤਾ ਤੇਰਾ ਨਾਮ ਹਮੇਸ਼ਾ ਰਹੇ ਗੂੰਜਦਾ, ਜਪਨ ਜਪਨ ਸਤ ਜਪਨ ਸੱਚਾ ਦਾਤਾ ਨਾਮ ਦੁਨੀਆ ਦੇ ਸਭ ਜੀ। ਦਾਤਾ ਪਿਆਰੇ ਆਏ ਦਾਤਾ ਪਿਆਰੇ ਖੁਸ਼ੀਆਂ ਮਨਾਉਣ ਸਭ ਜੀ, ਆਏ ਦਾਤਾ ਪਿਆਰੇ ਖੁਸ਼ੀਆਂ ਮਨਾਉਣ ਸਭ ਜੀ। ਚਾਰੇ ਪਾਸੇ ਖੁਸ਼ੀਆਂ ਤੇ ਨੂਰ ਪਿਆ ਵਰਸੇ, ਚਾਰੇ ਪਾਸੇ ਖੁਸ਼ੀਆਂ ਤੇ ਨੂਰ ਪਿਆ ਵਰਸੇ, ਮਹੀਨੇ ਇਸ ਆਏ ਪਿਆਰੇ ਪਿਆਰੇ ਰੱਬ ਜੀ। ਆਏ ਦਾਤਾ ਪਿਆਰੇ ਖੁਸ਼ੀਆਂ ਮਨਾਉਣ ਸਭ ਜੀ, ਆਏ ਦਾਤਾ ਪਿਆਰੇ ਖੁਸ਼ੀਆਂ ਮਨਾਉਣ ਸਭ ਜੀ, ਆਏ ਦਾਤਾ ਪਿਆਰੇ ਖੁਸ਼ੀਆਂ ਮਨਾਉਣ ਸਭ ਜੀ, ਆਏ ਦਾਤਾ ਪਿਆਰੇ ਖੁਸ਼ੀਆਂ ਮਨਾਉਣ ਸਭ ਜੀ। ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ। ਮਾਲਕੀ ਪਿਆਰੀ ਸਤਸੰਗ ਜੀਓ, ਭਜਨ ਮੇ ਸ਼ਬਦ ਮੇ ਸ਼ੁਰੂ ਮੇ ਆਇਆ ਜੀ, ਜੋਤ ਦੀ ਲਾਹੀ ਜੀ ਅਨਾਮੀ ਵਿੱਚੋਂ ਆ ਗਈ, ਮਾਤਾ ਆਸ ਕੌਰ ਜੀ ਦੇ ਕੁੱਖ 'ਚ ਸਮਾ ਗਈ, ਪਿਤਾ ਬਰਿਆਮ ਸਿੰਘ ਜੀ ਦੇ ਘਰ ਰੱਬੀ ਜੋਤ ਆਈ, ਦਰਸ਼ਨ ਕਰਨ ਆਏ ਸਭ ਭੱਜ ਭੱਜ। ਸੋ ਅਤਿ ਪੂਜਨੀ ਮਾਤਾ ਪਿਤਾ ਦੇ ਘਰ ਜ ਸੱਚੇ ਮੁਰਸ਼ਦ ਸਤਿਗੁਰ ਦਾਤਾ ਰਹਿਬਰ ਆਏ, ਜਿਸ ਘਰ ਅੰਦਰ ਸੁੱਖ ਸੁਵਿਧਾ ਦੇ ਸਾਰੇ ਸਾਧਨ ਹੋਣ, ਸੰਪੰਨ ਪਰਿਵਾਰ ਹੋਵੇ, ਕਿਸੇ ਚੀਜ਼ ਦੀ ਕਮੀ ਨਾ ਹੋਵੇ, ਪਰ ਸਭ ਤੋਂ ਵੱਡੀ ਕਮੀ ਅਗਰ ਔਲਾਦ ਨਾ ਹੋਵੇ ਤਾਂ ਘਰ ਖਾਣ ਨੂੰ ਆਉਂਦਾ ਹੈ। ਲੋਕ ਸੋਚਣ ਲੱਗ ਜਾਂਦੇ ਹਨ ਮੇਰਾ ਵੰਸ਼ ਖਤਮ ਹੋ ਜਾਏਗਾ, ਬੱਚੇ ਦੇ ਕਿਲਕਾਰੀਆਂ ਉਹ ਦਵਾਈ ਦੇ ਜਾਂਦੀਆਂ ਹਨ ਜਿਹੜੇ ਰੋਗ ਕਿਸੇ ਹੋਰ ਦਵਾਈ ਨਾਲ ਨਹੀਂ ਟੁੱਟਦੇ। ਸੋ ਇੱਦਾਂ ਦਾ ਹੀ ਘਰ ਜੈਲਦਾਰ ਬਰਿਆਮ ਸਿੰਘ ਜੀ ਦਾ ਬਹੁਤ ਵੱਡਾ ਘਰ, ਕਿਸੇ ਚੀਜ਼ ਦੀ ਕਮੀ ਨਹੀਂ, ਕਮੀ ਔਲਾਦ ਦੀ। ਔਰ ਜਦ ਔਲਾਦ ਆਵੇ 18 ਸਾਲਾਂ ਬਾਅਦ ਵੈਸੇ ਖੁਸ਼ੀਆਂ ਬੇਇੰਤਹਾ ਹੋ ਜਾਂਦੀਆਂ, ਔਰ ਔਲਾਦ ਵੀ ਫਿਰ ਕੋਈ ਐਸੀ ਵੈਸੀ ਨਹੀਂ, ਵੱਖਰੀ ਹੀ ਅਲੱਗ ਹੀ, ਜਿਸ ਦਾ ਨੂਰ ਰੱਬੀ ਜੋਤ ਸ਼ਾਸਤ ਨਾਮ ਜੀ ਮਹਾਰਾਜ ਪਧਾਰੇ, ਸੁੱਖ ਘਰ 'ਚ ਰੌਣਕਾਂ ਛਾ ਗਈਆਂ। ਕਿਤੇ ਉਸ ਸਮੇਂ ਗੁੜ ਜੋ ਵੰਡਿਆ ਜਾਂਦਾ ਸੀ ਉਹ ਵੰਡਿਆ ਗਿਆ, ਰੂਹਾਂ ਨੇ ਮੰਗਲ ਗਾਏ ਦਾ ਭੰਡਾਰ ਜੀ, ਨੂਰ ਛਾਇਆ ਧਰਤ, ਬਲਿਹਾਰੇ ਜਾਈਏ ਪਿਆਰੇ ਸੋਹਣੇ ਦਾਤਾ ਤੋਂ, ਜਿਨ੍ਹਾਂ ਨੇ ਬਚਾਈ ਆ ਕੇ ਸਾਡੀ ਲੱਜ। ਸੋ ਸਤਿਗੁਰ ਮੁਰਸ਼ ਦੇ ਕਾਮਿਲ ਦਾਤਾ ਰਹਿਬਰ ਨੇ ਅਵਤਾਰ ਲਿਆ ਜੀਵਾਂ ਦਾ ਉਧਾਰ ਕਰਨ ਵਾਸਤੇ, ਜੀਵਾਂ ਨੂੰ ਸਿੱਖਿਆ ਦੇਣ ਵਾਸਤੇ, ਆਵਾਗਮਨ ਖਤਮ ਕਰਕੇ। ਇਸ ਬਾਰੇ ਲਿਖਿਆ ਦੱਸਿਆ ਹੈ, ਖਵਾਜਾ ਮੋਇਨਦੀਨ ਚਿਸ਼ਤੀ ਸਾਹਿਬ ਹੀ ਮੁਰਸ਼ਦ ਦੇ ਨੂਰੀ ਸਰੂਪ ਦਾ ਜ਼ਿਕਰ ਕਰਦੇ ਹਨ। ਹੇ ਮੁਰਸ਼ਦ, ਤੇਰੇ ਚੰਨ ਜਿਹੇ ਚਿਹਰੇ ਨੂੰ ਦੇਖ ਕੇ ਸੂਰਜ ਸ਼ਰਮ ਦੇ ਪਾਣੀ ਵਿਚ ਗਰਕ ਹੈ, ਤੇ ਤੇਰੇ ਰੁਖਸਾਰ ਦੀਆਂ ਨੂਰੀ ਰੇਸ਼ਮਾਂ ਨੂੰ ਵੇਖ ਕੇ ਚੰਦ ਨੇ ਆਪਣਾ ਮੂੰਹ ਛੁਪਾ ਲਿਆ ਹੈ, ਤੇਰੇ ਰਸਤੇ ਦੀ ਖਾਕ ਨੂੰ ਪਾ ਕੇ ਸੂਰਜ ਨੂਰੋ ਨੂਰ ਹੋ ਗਿਆ, ਤੇ ਅਸਮਾਨਾਂ ਦੇ ਉੱਤੇ ਆਪਣਾ ਜਰੀਨ ਡੇਰਾ ਜਾ ਲਗਾਇਆ। ਜੇਕਰ ਨੂਰੀ ਚਿਹਰੇ ਦੀ ਇੱਕ ਕਿਰਨ ਅਸਮਾਨਾਂ ਤੇ ਚਮਕੇ
ਤਾਂ ਸੂਰਜ ਸ਼ਰਮ ਨਾਲ ਛੁਪ ਜਾਵੇ। ਜਦ ਰੂਹਾਂ ਮਾਲਕ ਦੀ ਤਲਾਸ਼ ਵਿੱਚ ਬੇਬਲ ਹੁੰਦੀਆਂ ਹਨ ਤੇ ਆਪਣੇ ਨਿੱਜ ਘਰ ਜਾਣ ਲਈ ਵਿਲਕਦੀਆਂ ਹਨ ਤੇ ਸਾਡੀਆਂ ਅੱਖੀਆਂ ਉਸ ਨੂੰ ਦੇਖਣ ਲਈ ਤਰਸਦੀਆਂ ਹਨ ਤੇ ਭੁੱਖੀਆਂ ਹੁੰਦੀਆਂ ਹਨ, ਉਹਨਾਂ ਦੀ ਤੀਬਰ ਇੱਛਾ ਪੂਰੀ ਕਰਨ ਲਈ ਸਤਿਗੁਰੂ ਅਵਤਾਰ ਧਾਰਨ ਕਰਦਾ ਹੈ, ਉਹਨਾਂ ਨੂੰ ਬੰਧਨਾਂ ਤੋਂ ਛੁਡਾਉਣ ਲਈ ਬੰਦੀ ਛੋੜ ਬਣ ਕੇ ਆ ਜਾਂਦਾ ਹੈ ਤੇ ਅਜਿਹੀਆਂ ਰੂਹਾਂ ਨੂੰ ਉਹਨਾਂ ਦੇ ਅਧਿਕਾਰ ਦੇ ਅਨੁਸਾਰ ਉਪਦੇਸ਼ ਦੇ ਕੇ ਮਾਲਕ ਨਾਲ ਜੋੜ ਦਿੰਦਾ ਹੈ। ਜਿਸ ਤਰ੍ਹਾਂ ਕੈਦਖਾਨੇ ਵਿੱਚ ਕੋਈ ਕੈਦ ਹੋਵੇ, ਬਹੁਤ ਦੇਰ ਹੋ ਗਈ ਹੋਵੇ, ਅਚਾਨਕ ਕੋਈ ਕੈਦਖਾਨੇ ਦੀ ਚਾਬੀ ਲੈ ਆਵੇ, ਉਸਨੂੰ ਆਜ਼ਾਦ ਕਰ ਦੇਵੇ, ਖੁੱਲ੍ਹੇ ਅਸਮਾਨ 'ਚ ਉਹ ਸਾਹ ਲਵੇ, ਸ਼ਾਇਦ ਉਸ ਤੋਂ ਕਈ ਗੁਣਾ ਵੱਧ ਕੇ ਖੁਸ਼ੀ ਆਤਮਾ ਨੂੰ ਹੁੰਦੀ ਜਦ ਸਤਿਗੁਰ ਮੁਰਸ਼ ਦੇ ਕਾਮਿਲ ਰਾਮ ਨਾਮ ਦੀ ਚਾਬੀ ਸੌਂਪਦੇ ਹਨ। ਫਿਰ ਜਿਉਂ ਜਿਉਂ ਚਾਬੀ ਜੀਵਾਤਮਾ ਘੁਮਾਉਂਦੀ ਹੈ, ਸਾਰੇ ਜਿੰਦਰੇ ਖੁੱਲ੍ਹਦੇ ਜਾਂਦੇ ਹਨ। ਕਾਮ ਵਾਸ਼ਨਾ, ਕ੍ਰੋਧ, ਲੋਭ, ਮੋਹ, ਅਹੰਕਾਰ, ਮਨ ਮਾਇਆ, ਸਾਰੇ ਗੇਟ ਖੁੱਲ੍ਹ ਜਾਂਦੇ ਹਨ, ਸਾਰੀਆਂ ਦੀਵਾਰਾਂ ਗਿਰ ਜਾਂਦੀਆਂ ਹਨ ਜੋ ਆਤਮਾ ਪਰਮਾਤਮਾ ਦੇ ਵਿਚਕਾਰ ਕਾਲ ਨੇ ਬਣਾ ਰੱਖੀਆਂ ਹਨ। ਔਰ ਜਿਉਂ ਜਿਉਂ ਦੀਵਾਰਾਂ ਟੁੱਟਦੀਆਂ ਹਨ, ਮਾਲਕ ਦਾ ਉਹ ਇਲਾਹੀ ਸੰਦੇਸ਼, ਅਨਹਦ ਬਾਣੀ, ਧੁਰਕੀ ਬਾਣੀ ਤੁਹਾਨੂੰ ਕਿਵੇਂ ਦੱਸੀਏ। ਏਦਾਂ ਦੀ ਕੋਈ ਚੀਜ਼ ਨਹੀਂ ਹੈ ਜਿਸ ਨਾਲ ਉਸਦੀ ਤੁਲਨਾ ਕੀਤੀ ਜਾਵੇ। ਕਈ ਲੋਕ ਕਹਿ ਦਿੰਦੇ ਹਨ ਜੀ ਇਹ ਕਿਵੇਂ ਹੋ ਸਕਦਾ, ਜਿਹੜੀ ਚੀਜ਼ ਸੁਣ ਲਈ, ਜਿਹੜੀ ਚੀਜ਼ ਦੇਖ ਲਈ, ਉਹਦਾ ਵਰਣਨ ਕਿਉਂ ਨਹੀਂ ਕੀਤਾ ਜਾ ਸਕਦਾ? ਕੀ ਤੁਸੀਂ ਦੱਸ ਸਕਦੇ ਹੋ ਸੂਰਜ ਕਿਸ ਵਰਗਾ ਹੈ, ਧਰਤੀ ਕਿਸ ਵਰਗੀ ਹੈ, ਆਸਮਾਨ ਕਿਸ ਵਰਗਾ ਹੈ? ਕਿ ਤੁਹਾਡੇ ਕੋਲ ਕੋਈ ਹੈ ਚੀਜ਼ ਐਸੀ ਜਿਹੜੀ ਤੁਲਨਾ ਕਰ ਸਕੋ? ਸੂਰਜ ਦੀ ਤੁਲਨਾ ਕਿਹਦੇ ਨਾਲ ਕਰੋਗੇ? ਲਾਈਟ ਜਗ ਵੀ ਪਿੰਡਾਂ 'ਚ ਕਹਿੰਦੇ ਯਾਰ ਸੂਰਜ ਚੜ ਗਿਆ, ਪਰ ਜਦੋਂ ਸੂਰਜ ਚੜ ਜਾ ਉਹਦੀ ਕੀ ਕਹੋਗੇ ਕੀ ਹੋ ਗਿਆ? ਕੋਈ ਤੁਲਨਾ ਨਹੀਂ ਹੋ ਸਕਦੀ। ਸੋਚਣ ਵਾਲੀ ਗੱਲ ਹੈ, ਐਸੇ ਲੱਖਾਂ ਸੂਰਜ ਹਨ ਬ੍ਰਹਿਮੰਡ 'ਚ, ਅਗਰ ਇਸ ਸੂਰਜ ਦੀ ਤੁਲਨਾ ਨਹੀਂ ਹੋ ਸਕਦੀ ਜਿਸ ਪਰਮਾਤਮਾ ਨੇ ਲੱਖਾਂ ਕਰੋੜਾਂ ਸੂਰਜ ਬਣਾਏ ਹਨ, ਉਹਦੀ ਰੋਸ਼ਨੀ ਦੀ ਤੁਲਨਾ ਕਿਸ ਨਾਲ ਤੇ ਕਿਵੇਂ ਕੀਤੀ ਜਾਵੇ? ਉਹਦੀ ਆਵਾਜ਼ ਦੀ ਮਿਠਾਸ ਕਿਸ ਨਾਲ ਤੇ ਕਿਵੇਂ ਕੀਤੀ ਜਾਵੇ? ਅਗਲਾ ਕਹਿੰਦਾ ਯਾਰ ਸ਼ਹਿਦ ਵਰਗਾ ਮਿੱਠਾ ਬੋਲਦਾ, ਇਹ ਤਾਂ ਖੰਡ ਵਰਗਾ ਹੈ, ਗੁੜ ਵਰਗਾ ਹੈ, ਪਰ ਜਿਹੜੇ ਪਰਮਾਤਮਾ ਨੇ ਸ਼ਹਿਦ ਬਣਾਇਆ, ਗੁੜ, ਖੰਡ ਸਭ ਕੁਝ ਬਣਾਇਆ, ਉਹਦੀ ਆਵਾਜ਼ ਦੀ ਤੁਲਨਾ ਕਿਸ ਨਾਲ ਕੀਤੀ ਜਾਵੇ? ਸੋ ਸੁਣਨ ਵਿੱਚ ਹੀ ਆਉਂਦੀ ਹੈ, ਇਹ ਤੁਹਾਨੂੰ ਦੱਸ ਦਿੰਦੇ ਹਾਂ। ਬੜਾ ਨਜ਼ਾਰਾ ਹੈ ਸੁਣਨ 'ਚ। ਕਈ ਵਾਰ ਹੁੰਦਾ ਨਾ ਕੋਈ ਗੱਲ ਸੁਣ ਕੇ ਜਿਹੋ ਜਿਹਾ ਪਿਆਰ ਹੁੰਦਾ ਬੰਦੇ ਦੇ ਅੰਦਰ, ਅਗਰ ਬਰਾਗ ਦੀ ਸਤਿਗੁਰ ਦੀ ਗੱਲ ਸੁਣਾ ਦਿਓ, ਰੋਂਗਟੇ ਆਪਣੇ ਆਪ ਖੜ੍ਹੇ ਹੋ ਜਾਂਦੇ ਹਨ, ਅੱਖਾਂ 'ਚੋਂ ਬੇਅਖਤਿਆਰ ਹੰਝੂ ਆਪਣੇ ਆਪ ਚੱਲ ਪੈਂਦੇ ਹਨ। ਉਸੇ ਤਰ੍ਹਾਂ ਜਦੋਂ ਉਹ ਧੁਣ ਸੁਣਾਈ ਦਿੰਦੀ ਹੈ, ਸਰੀਰ ਤਾਂ ਸਰੀਰ, ਆਤਮਾ ਦੇ ਰੋਂਗਟੇ ਖੜ੍ਹੇ ਹੋ ਜਾਂਦੇ ਹਨ। ਕਹਿਣ ਦਾ ਭਾਵ, ਆਤਮਾ ਨੱਚ ਉੱਠਦੀ ਹੈ, ਇੱਕ ਮਸਤੀ ਚੜ੍ਹ ਜਾਂਦੀ ਹੈ,
ਇੱਕ ਨਸ਼ਾ ਸਰੂਰ ਆਉਣ ਲੱਗ ਜਾਂਦਾ ਹੈ ਔਰ ਉਸ ਸਰੀਰ ਦੇ ਚਿਹਰੇ 'ਤੇ ਨੂਰ ਆ ਜਾਂਦਾ ਹੈ। ਬੇਇੰਤਹਾ ਖੁਸ਼ੀ ਆਉਂਦੀ ਹੈ, ਬੇਇੰਤਹਾ ਲੱਜਤ ਆਉਂਦੀ ਹੈ, ਇੱਕ ਅਲੱਗ ਹੀ ਨਜ਼ਾਰਾ ਬਣ ਜਾਂਦਾ ਹੈ, ਇੱਕ ਵੱਖਰਾ ਹੀ ਨਜ਼ਾਰਾ ਆਉਣ ਲੱਗ ਜਾਂਦਾ ਹੈ। ਸੋ ਉਸ ਪਰਮ ਪਿਤਾ ਪਰਮਾਤਮਾ ਅਗਰ ਤੁਸੀਂ ਇੱਕ ਵਾਰੀ ਦੇਖ ਲਓ, ਉਸਦੀ ਆਵਾਜ਼ ਨੂੰ ਕਿਤੇ ਇੱਕ ਵਾਰੀ ਸੁਣ ਲਓ, ਤੁਹਾਨੂੰ ਅੰਦਰ ਬਾਹਰ ਨਜ਼ਾਰੇ ਹੀ ਨਜ਼ਾਰੇ ਸ਼ੁਰੂ ਹੋ ਜਾਣ ਔਰ ਫੋਕੇ ਨਜ਼ਾਰਿਆਂ ਤੋਂ ਤੁਹਾਡਾ ਜੀ ਅੱਕ ਜਾਵੇ। ਦੁਨਿਆਵੀ ਨਜ਼ਾਰੇ, ਦੁਨਿਆਵੀ ਸਵਾਦ ਥੋੜ੍ਹੇ ਦੇਰ ਲਈ ਹੁੰਦੇ ਹਨ। ਤੁਸੀਂ ਮਿੱਠੇ ਦੇ ਆਸ਼ਿਕ ਹੋ ਜਾਂ ਨਮਕੀਨ ਦੇ ਜਾਂ ਕੜਵਾਪਨ ਦੇ ਜਾਂ ਫਿਰ ਇੰਦਰੀਆਂ ਦੇ ਭੋਗ ਵਿਲਾਸਾਂ ਲਈ ਪਾਗਲ ਹੋ, ਇਹਨਾਂ ਦਾ ਆਨੰਦ ਕਿੰਨੀ ਦੇਰ ਰਹਿੰਦਾ ਹੈ। ਮੂੰਹ 'ਚ ਲੱਡੂ ਪਾ ਲਿਆ, ਚੱਬ ਲਿਆ, ਮਿੱਠਾ ਲੱਗੀ ਜਾਂਦਾ ਹੈ, 5-10 ਮਿੰਟ ਬਾਅਦ ਮੂੰਹ ਬਿਲਕੁਲ ਬਕਬਕਾ ਹੋ ਜਾਂਦਾ ਹੈ, ਕਿਉਂਕਿ ਜਿੰਨਾ ਚਿਰ ਜੀਭ ਨਾਲ ਮਿੱਠੇ ਦਾ ਸੰਪਰਕ ਰਹਿੰਦਾ ਹੈ ਉਨੀ ਦੇਰ ਦਿਮਾਗ ਨੂੰ ਮਿੱਠੇ ਦਾ ਅਹਿਸਾਸ ਹੁੰਦਾ ਰਹਿੰਦਾ ਹੈ। ਅਸਲ ਜੀਭ 'ਚ ਹੀ ਸਭ ਕੁਝ ਹੈ, ਮਿੱਠਾ, ਕੜਵਾ, ਨਮਕੀਨ ਦਾ ਅਹਿਸਾਸ ਦਿਵਾਉਣਾ, ਇਹ ਸਭ ਜੀਵ 'ਚ ਗ੍ਰੰਥੀਆਂ ਹਨ। ਪਰ ਜਦੋਂ ਤੁਸੀਂ ਨਿਕਲ ਜਾਂਦੇ ਹੋ, ਕੁਝ ਦੇਰ ਮਿਠਾਸ ਰਹਿੰਦੀ ਹੈ, ਫਿਰ ਮੂੰਹ ਬਕਬਕੇ ਦਾ ਬਕਵਾ, ਇੰਦਰੀਆਂ ਦੇ ਭੋਗ ਵਿਲਾਸ ਕਰਦੇ ਹੋ, ਜਿੰਨੀ ਦੇਰ ਕਰਦੇ ਹੋ ਉਦੋਂ ਬਾਅਦ ਬੁਰਾ ਹਸ਼ਰ। ਪਰ ਪਰਮਾਤਮਾ ਦੇ ਪਿਆਰ 'ਚ, ਉਹਦੀ ਆਵਾਜ਼ 'ਚ ਜੋ ਨਸ਼ਾ ਹੈ, ਜੋ ਸਵਾਦ ਹੈ, ਇਹਨਾਂ ਸਾਰੇ ਸਵਾਦਾਂ ਤੋਂ ਅਰਬਾਂ ਖਰਬਾਂ ਗੁਣਾ ਵੱਧ ਕੇ ਹੈ ਔਰ ਪਰਮਾਨੈਂਟ ਹੈ। ਇੱਕ ਵਾਰੀ ਆ ਗਿਆ ਫਿਰ ਨਹੀਂ ਜਾਂਦਾ, ਨਸ਼ਾ ਚੜਿਆ ਰਹਿੰਦਾ ਹੈ, ਮਸਤੀ ਛਾਈ ਰਹਿੰਦੀ ਹੈ, ਲੱਜਤ ਆਉਂਦੀ ਰਹਿੰਦੀ ਹੈ। ਆਦਮੀ ਇਹਨਾਂ ਚੀਜ਼ਾਂ ਨੂੰ ਗੰਦਗੀ ਸਮਝਦਾ ਹੈ ਔਰ ਪਰਮਾਤਮਾ ਦੇ ਪਿਆਰ ਨੂੰ, ਉਹਦੀ ਲੱਜਤ ਨੂੰ ਮਹਿਸੂਸ ਕਰਦਾ ਰਹਿੰਦਾ ਹੈ। ਚਿਹਰਾ ਚੁਗਲੀ ਖਾ ਜਾਂਦਾ ਹੈ, ਚਿਹਰੇ 'ਤੇ ਨੂਰ ਠਾਠਾ ਮਾਰਦਾ ਹੈ, ਸਰੂਰ ਅੰਦਰ ਛਾਇਆ ਰਹਿੰਦਾ ਹੈ, ਯਾਨੀ ਗਮ, ਦੁੱਖ, ਦਰਦ, ਬਿਮਾਰੀਆਂ ਹਟ ਜਾਂਦੀਆਂ ਹਨ ਔਰ ਆਦਮੀ ਤੰਦਰੁਸਤੀ ਹਾਸਲ ਕਰਕੇ ਖੁਸ਼ੀਆਂ ਮਾਣਦਾ ਹੈ। ਇਸ ਲਈ ਰੱਬ ਦੇ ਨਾਂ ਨਾਲ ਜੁੜਿਆ ਜਾ ਸਕਦਾ ਹੈ, ਤਦੇ ਉਹ ਅਹਿਸਾਸ ਹੁੰਦਾ ਹੈ, ਉਹਨੂੰ ਲਿਖ ਬੋਲ ਕੇ ਦੱਸਿਆ ਨਹੀਂ ਹੋ ਜਾ ਸਕਦਾ। ਬੜੀ ਹੀ ਲੱਜਤ ਹੈ, ਬੜੀ ਤੰਦਰੁਸਤੀ ਦਿੰਦੀ ਹੈ, ਬੜੀ ਤਾਕਤ ਦਿੰਦੀ ਹੈ ਪਰਮਾਤਮਾ ਦੀ ਉਹ ਬਾਣੀ, ਜਿਹਨੂੰ ਅਨਹਦ ਜਾਂ ਰਾਗ ਜਾਂ ਸੁਰਾਂ ਸਾਰੀਆਂ, ਇਹ ਤਾਂ ਕਾਲ ਦੀ ਨਕਲ ਹਨ, ਦਿਆਲ ਦੀ ਤਾਂ ਬਹੁਤ ਵੱਡੀ ਗੱਲ ਹੈ, ਜੋ ਬਾਹਰ ਸੁਰਾਂ ਤਾਲ ਥੋੜ੍ਹੀ ਜਿਹੀ ਨਕਲ ਹੈ ਉਹਦੀ ਆਵਾਜ਼। ਇਹ ਗਿਆਨ ਦੇ ਨੇ ਸੱਚੇ ਭੰਡਾਰੇ ਜੀ ਆ ਕੇ ਜਿਨ੍ਹਾਂ ਦਿੱਤਾ ਰੱਬ ਵਾਲਾ ਚੱਜ ਜੀ, ਇਸ ਬਾਰੇ ਲਿਖਿਆ ਦੱਸਿਆ ਹੈ। ਗੁਰਬਾਣੀ ਅੰਦਰ ਬੜੇ ਜ਼ੋਰਦਾਰ ਲਫ਼ਜ਼ਾਂ ਵਿੱਚ ਸੰਤ ਜਾਂ ਗੁਰੂ ਦੀ ਲੋੜ ਦੀ ਬਾਬਤ ਦੁਨੀਆਂ ਨੂੰ ਦੱਸਿਆ ਹੈ ਕਿ ਕੋਈ ਸੰਸੂ ਦੇ ਕੁਗਰ ਤੋਂ ਪਾਰ ਨਹੀਂ ਹੋ। ਮਤ ਕੋ ਭਰਮ ਭੁੱਲੇ ਸੰਸਾਰ, ਗੁਰਬਿਨ ਕੋਈ ਨਾ ਉਤਰਸੀ ਪਾਰ। ਇਹ ਸੰਸਾਰ ਭਵ ਸਾਗਰ ਹੈ, ਇਸ ਵਿੱਚ ਗੁਰੂ ਜਹਾਜ਼ ਹੈ ਤੇ ਗੁਰੂ ਹੀ ਉਸਦਾ ਕਪਤਾਨ ਹੈ। ਗੁਰੂ ਤੋਂ ਬਿਨਾਂ ਕੋਈ ਭਵ ਸਾਗਰ ਨਹੀਂ ਕਰ ਸਕਦਾ, ਉਸਦੀ ਕਿਰਪਾ ਦੁਆਰਾ ਹੀ ਅਸੀਂ
ਮਾਲਕ ਨੂੰ ਮਿਲ ਸਕਦੇ ਹਾਂ। ਉਸ ਦੇ ਬਿਨਾ ਕਿਸੇ ਦੀ ਮੁਕਤੀ ਨਹੀਂ ਹੋ ਸਕਦੀ। ਗੁਰ ਜਹਾਜ ਖੇਵਟ ਗੁਰੂ ਗੁਰ ਬਿਨ ਤਰਿਆ ਨਾ ਕੋਏ ਗੁਰ ਪ੍ਰਸਾਦ ਪ੍ਰਭ ਪਾਈਐ ਗੁਰ ਬਿਨ ਮੁਕਤੀ ਨਾ ਹੋਏ। ਔਰ ਇਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਕਹਿੰਦੇ ਹਨ, ਆਪਣਾ ਲਿਆ ਜੇ ਮਿਲੇ ਵਿਛੜੇ ਕਿਉਂ ਰੋਵਨ, ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨ। ਆਪਣਾ ਲਿਆ ਜੇ ਮਿਲੇ, ਜੇ ਆਪਣੇ ਜ਼ੋਰ ਨਾਲ ਹੀ ਪਰਮਾਤਮਾ ਮਿਲ ਜਾਵੇ ਤੇ ਉਹ ਤੋਂ ਵਿਛੜਦੇ ਕਿਉਂ, ਫਿਰ ਰੋਂਦੇ ਕਿਉਂ, ਗਮਾਂ ਚ ਦੁੱਖਾਂ ਚ ਤੜਫਦੇ ਕਿਉਂ। ਆਪਣਾ ਲਿਆ ਜੇ ਮਿਲੇ ਵਿਛੜੇ ਕਿਉਂ ਰੋਵਨ, ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਨਣ। ਸੱਚੇ ਸਾਧੂ ਸੰਤ ਗੁਰੂ ਦਾ ਮਿਲਾਪ ਹੋਵੇਗਾ ਤਦੇ ਉਹ ਪਰਮਾਤਮਾ ਨਾਲ ਮਿਲਿਆ ਜਾਏਗਾ, ਪਰਮਾਤਮਾ ਦੀ ਪ੍ਰਾਪਤੀ ਹੋਏਗੀ ਔਰ ਫਿਰ ਰੰਗ ਉਸ ਪਰਮਾਤਮਾ ਦੇ ਐਸੇ ਚੜ੍ਹਨਗੇ ਕਿ ਦੋਨਾਂ ਜਹਾਨਾਂ ਦੀਆਂ ਖੁਸ਼ੀਆਂ ਇਸ ਮ੍ਰਿਤ ਲੋਕ ਚ ਆਤਮਾ ਪਾਉਣ ਲੱਗ ਜਾਏਗੀ ਔਰ ਨੱਚਣ ਲੱਗ ਜਾਵੇਗੀ। ਅੱਗੇ ਉਹਨਾਂ ਨੇ ਲਿਖਿਆ ਹੈ, ਆਦ ਗੁਰੂ ਨਮਹ, ਜੁਗਾਦ ਗੁਰੂ ਨਮਹ, ਸਤਿਗੁਰੂ ਨਮਹ ਔਰ ਸ੍ਰੀ ਗੁਰੂ ਨਮਹ। ਸਾਫ ਕੀ ਕਹਿ ਰਹੇ ਹਨ ਗੁਰੂ ਅਰਜਨ ਦੇਵ ਜੀ, ਆਦ ਗੁਰੂ ਨਮਹ। ਜੋ ਸੰਸਾਰ ਦੀ ਸ਼ੁਰੂਆਤ ਹੋਈ ਪਹਿਲਾਂ ਗੁਰੂ ਨੇ ਹੀ ਕੀਤੀ, ਇਹਦਾ ਮਤਲਬ ਗੁਰੂ ਉਦੋਂ ਵੀ ਸੀ। ਜੁਗਾਦ ਗੁਰੂ ਨਮਹ, ਹਰ ਯੁੱਗ ਚ ਗੁਰੂ ਹੁੰਦਾ ਆਇਆ ਹੈ, ਕੋਈ ਵੀ ਐਸਾ ਯੁੱਗ ਨਹੀਂ ਜਿਸ ਚ ਗੁਰੂ ਨਾ ਹੋਵੇ, ਗੁਰੂ ਰਹਿੰਦਾ ਹੈ, ਗੁਰੂ ਬਿਨਾਂ ਮੁਕਤੀ ਨਹੀਂ ਹੋ ਸਕਦੀ। ਸਤਿਗੁਰੂ ਨਮਹ, ਸਤਿਗੁਰੂ, ਉਹ ਸਤਿਗੁਰੂ, ਉਹ ਪਰਮਾਤਮਾ ਜੋ ਮਾਲਕ ਨਾਲ ਇੱਕ ਹੋ ਜਾਂਦਾ ਹੈ, ਉਸ ਗੁਰੂ ਨੂੰ ਮੇਰਾ ਸ੍ਰੀ ਗੁਰੂ ਨਮਹ, ਕਿ ਜੋ ਮੇਰਾ ਗੁਰੂ ਮੇਰਾ ਜਿਹਨੇ ਮੈਨੂੰ ਸਭ ਕੁਝ ਦਿਖਾਇਆ, ਸਭ ਕੁਝ ਦਿੱਤਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਸ੍ਰੀ ਗੁਰੂ ਨਮਹ, ਉਹ ਪਰਮਾਤਮਾ ਮੇਰੇ ਲਈ ਪਰਮਾਤਮਾ ਦਾ ਰੂਪ ਹੈ। ਸੋ ਕੌਣ ਕਹਿੰਦਾ ਹੈ ਗੁਰੂ ਦੀ ਲੋੜ ਨਹੀਂ ਹੋ ਪੈਂਦੀ? ਅਸੀਂ ਬਹੁਤ ਸਾਰੇ ਪਵਿੱਤਰ ਗ੍ਰੰਥਾਂ ਨੂੰ ਪੜ੍ਹਿਆ ਹੈ, ਸਾਰੇ ਧਰਮਾਂ ਦੇ, ਪਰ ਉਹ ਲਿਖਣ ਵਾਲਾ ਕੋਈ ਨਾ ਕੋਈ ਗੁਰੂ, ਪੀਰ, ਪੈਗੰਬਰ, ਅਵਤਾਰ ਹੋਇਆ ਹੈ ਆਪਣੇ ਆਪ। ਕੋਈ ਪਹਿਲਾਂ ਆਦਮੀ, ਫਿਰ ਪ੍ਰਮਾਤਾ ਉਹਦੇ ਵਿੱਚ, ਔਰ ਫਿਰ ਆ ਕੇ ਉਹਨੇ ਰਚਨਾ ਕੀਤੀ, ਡਾਇਰੈਕਟ ਉਹਦੇ ਦਿਮਾਗ 'ਚ ਭੇਜ ਦਿੱਤੀ। ਆਦਮੀ ਨੇ, ਇਹ ਤਾਂ ਹੈ ਨਹੀਂ ਸਿੱਧਾ ਅਸਮਾਨ ਤੋਂ ਕੋਈ ਟਪਕਿਆ ਹੋਵੇ, ਜੇ ਹੈ ਤਾਂ ਸਾਨੂੰ ਦੱਸੋ। ਕੀ ਕੋਈ ਐਸਾ ਸਕੂਲ, ਐਸਾ ਕਾਲਜ ਹੈ ਜਿਹਦੇ 'ਚ ਟੀਚਰ ਮਾਸਟਰ ਗੁਰੂ ਨਾ ਪੜ੍ਹਾਉਂਦੇ ਹੋਣ, ਬੱਚੇ ਆਪੇ ਆਏ ਕਿਤਾਬਾਂ ਪੜ੍ਹੀਆਂ ਤੇ ਬਾਹਰ? ਐਸਾ ਨਹੀਂ ਹੁੰਦਾ। ਸੋਚਣ ਵਾਲੀ ਗੱਲ ਹੈ, ਦੁਨਿਆਵੀ ਸਿੱਖਿਆ ਲਈ ਗੁਰੂ ਮਾਸਟਰਾਂ ਦੀ ਲੋੜ ਹੈ, ਤਾਂ ਰੱਬ ਦਾ ਰਾਹ, ਰੂਹਾਨੀ ਰਸਤੇ ਤਾਂ ਬੜੇ ਗੈਬੀ ਔਰ ਲੰਬੇ ਹਨ, ਉਹਨਾਂ ਦੀ ਗਾਈਡ ਗੁਰੂ ਦੀ ਲੋੜ ਨਹੀਂ? ਹਮੇਸ਼ਾ ਸੀ, ਹੈ ਔਰ ਹਮੇਸ਼ਾ ਰਹੇਗੀ, ਇਹੀ ਸੱਚ ਹੈ, ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸੋ ਅੱਗੇ ਆਇਆ ਜੀ, ਮਾਇਆ ਜਲਮ ਰਹੀ ਸੀ ਪਰ ਮਾਏ ਜੀ ਮਨ ਰਿਹਾ ਸਨ, ਅਤੇ ਮਾਇਆ ਦੀਆਂ ਕੱਟਣ ਜੰਜੀਰਾਂ ਚੱਲ ਆਏ ਸੋਹਣੇ ਦਾਤਾਰ ਅੱਜ ਜੀ। ਮਨ ਬੜਾ ਸ਼ੈਤਾਨ ਹੈ, ਕਹਿੰਦੇ ਗਤੀ ਤੇਜ਼ ਹਵਾ ਦੀ ਹੈ, ਉਦੋਂ ਤੇਜ਼ ਪ੍ਰਕਾਸ਼ ਦੀ ਹੈ, ਪਰ ਉਦੋਂ ਤੇਜ਼ ਸਾਥੋਂ ਪੁੱਛੋ ਤਾਂ ਮਨ ਦੀ ਗਤੀ ਬੜੀ ਸਪੀਡ ਹੈ, ਟੌਪ ਗੇਅਰ 'ਚ ਹੀ ਰਹਿੰਦਾ ਇਹ, ਛੋਟਾ ਤਾਂ ਲਾਉਂਦਾ ਹੀ ਨਹੀਂ।
ਤੁਸੀਂ ਬੈਠੇ ਕਿਤੇ ਹੋਰ ਹੋ, ਦਿਖਾਵਾ ਕੁਝ ਹੋਰ ਹੈ, ਅੰਦਰ ਪ੍ਰੋਗਰਾਮ ਹੋਰ ਹੀ ਚੱਲੀ ਜਾਂਦਾ। ਮੁੱਖ ਮੇ ਰਾਮ ਬਗਲ ਮੇ ਛੁਰੀ, ਰਾਮ 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 ਰਾਮ, ਜਦੋਂ ਦਾਲ ਅੱਗੇ ਮਾਰੀ ਛੁਰੀ, ਕੱਟੀ ਜੇਬ ਚੱਲ ਫੇ ਰਾਮ ਰਾਮ। ਸੋ ਆਦਮੀ ਦਾ ਮਨ ਜਿੰਨਾ ਜ਼ਾਲਮ ਹੈ ਔਰ ਜਿੰਨਾ ਸ਼ਾਤਿਰ ਹੈ, ਸ਼ਾਇਦ ਹੀ ਕੋਈ ਹੋਰ ਚੀਜ਼ ਹੋਵੇ। ਬੜੀ ਪੱਟੀ ਪੜਾਉਂਦਾ, ਚੰਗੇ ਭਲੇ ਇਨਸਾਨ ਨੂੰ ਸ਼ੈਤਾਨ ਬਣਾ ਦਿੰਦਾ। ਮਨ ਦੀ ਗਤੀ ਬੜੀ ਭਿਆਨਕ ਹੈ। ਜੋ ਮਨ ਦੇ ਹੱਥੀ ਮਜਬੂਰ ਹੋ ਜਾਂਦੇ ਹਨ, ਉਹ ਦੁੱਖਾਂ 'ਚ ਚੂਰੋ ਚੂਰ ਹੋ ਜਾਂਦੇ ਹਨ। ਮਨ ਕਦੇ ਉਹਨਾਂ ਨੂੰ ਚੰਗਾ ਸਾਹ ਨਹੀਂ ਲੈਣ ਦਿੰਦਾ। ਹਾਂ, ਬੁਰਾਈਆਂ 'ਚ ਉਹਨਾਂ ਨੂੰ ਸਬਜ਼ ਬਾਗ ਦਿਖਾਉਂਦਾ ਰਹਿੰਦਾ, ਤੈਨੂੰ ਐਂ ਮਿਲ ਜੂ, ਤੈਨੂੰ ਇਸ ਤਰ੍ਹਾਂ ਮਿਲ ਜੂ, ਪਤਾ ਨਹੀਂ ਕੀ ਕੀ। ਇੱਕ ਤੁਹਾਨੂੰ ਗੱਲ ਸੁਣਾਇਆ ਕਰਦੇ ਹਾਂ ਕਿ ਆਤਮਾ ਭਰਦੀ ਹੈ ਮਨ ਦਾ ਪਿੱਛੇ ਚੱਲ ਕੇ। ਇੱਕ ਬਜ਼ੁਰਗ ਔਰਤ ਸੀ, ਉਹਨੇ ਦੋ ਪਾਲਤੂ ਜਾਨਵਰ ਰੱਖ ਰੱਖੇ ਸਨ, ਇੱਕ ਬੱਕਰਾ ਅਤੇ ਇੱਕ ਬਾਂਦਰ। ਬਾਂਦਰ ਤੁਹਾਨੂੰ ਪਤਾ ਹੀ ਇਹ ਬੜਾ ਸ਼ੈਤਾਨ ਹੁੰਦਾ। ਇੱਕ ਦਿਨ ਉਹ ਬਜ਼ੁਰਗ ਮਾਤਾ ਸਬਜ਼ੀ ਕੱਟ ਰਹੀ ਸੀ, ਫਰੂਟ ਸੀ ਮੰਜੇ 'ਤੇ, ਬਾਂਦਰ ਵੀ ਬੰਨਿਆ ਹੋਇਆ ਸੀ, ਬੱਕਰਾ ਵੀ। ਕੱਢਦੇ ਕੱਢਦੇ ਨੂੰ ਅਚਾਨਕ ਕਿਸੇ ਨੇ ਖਬਰ ਦੇ ਦਿੱਤੀ ਕਿ ਵੀ ਤੁਹਾਡੇ ਮਹਿਮਾਨ ਹੋਰ ਆ ਰਹੇ ਹਨ ਮਾਤਾ। ਤਾਂ ਉਸੇ ਤਰ੍ਹਾਂ ਮੰਜੇ 'ਤੇ ਸਾਰਾ ਸਮਾਨ ਛੱਡ ਕੇ ਚਲੀ ਗਈ। ਹੁਣ ਬਾਂਦਰ ਨੂੰ ਦਿਸ ਗਿਆ ਵੀ ਸਮਾਨ ਖਾਣ ਵਾਲਾ ਬਹੁਤ ਪਿਆ, ਟਬੂਸੀਆਂ ਟਪਾਸੀਆਂ ਮਾਰੀਆਂ, ਤੇਜ਼ ਤਾਂ ਹੁੰਦਾ ਹੀ ਹੈ, ਰੱਸਾ ਢਿੱਲਾ ਕਰ ਲਿਆ, ਕਿੱਲੇ ਤੋਂ ਖੋਲ ਲਿਆ, ਸਾਰਾ ਸਮਾਨ ਚੱਟ ਕਰ ਗਿਆ। ਗਵਾਂਢੀ ਦੇਖੀ ਜਾਂਦਾ ਸੀ, ਉਹਨੇ ਦੇਖਿਆ, ਆਪਾਂ ਦੇਖਦੇ ਹਾਂ, ਛੱਤ 'ਤੇ ਖੜਾ ਸੀ, ਵੀ ਇਹ ਤਮਾਸ਼ਾ ਕੀ ਹੋਊਗਾ। ਖਾ ਖੂ ਕੇ ਸਮਾਨ, ਬਾਂਦਰ ਨੇ ਕੀ ਕੀਤਾ, ਬੱਕਰੇ ਦਾ ਰੱਸਾ ਖੋਲਤਾ ਔਰ ਖੁਦ ਦਾ ਰੱਸਾ ਫਿਰ ਬੰਨ ਲੈ ਕੇ ਲਿੱਤੀ। ਹੁਣ ਮਾਤਾ ਆਈ, ਦੇਖਿਆ ਬੱਕਰਾ ਖੁੱਲ੍ਹਾ ਫਿਰਦਾ, ਜਿਹੜੇ ਛੁਲਕ ਜੇ ਪਏ ਸੀ, ਛਿਲਕੇ ਪਏ ਸੀ, ਉਹ ਬੱਕਰਾ ਖਾਈ ਜਾਵੇ, ਉਹਨੂੰ ਕੀ ਚੱਜ ਸੀ ਵਿਚਾਰੇ ਨੂੰ, ਅਸਲੀ ਸਮਾਨ ਤਾਂ ਬਾਂਦਰ ਰਗੜ ਗਿਆ। ਸੋ ਉਹਨੇ ਵੇਖਿਆ ਵੀ ਅੱਛਾ, ਇਹ ਬੱਕਰੇ ਦੀ ਕਾਰਨਾਮੇ ਹੈ, ਮੇਰੀ ਸਾਰੀ ਸਬਜ਼ੀ ਖਾ ਗਿਆ, ਸਾਰਾ ਮਾੜਾ ਮੋਟਾ ਫਲ ਪਿਆ ਸੀ ਉਹ ਵੀ ਰਗੜ ਗਿਆ। ਬਸ ਫਿਰ ਤੁਹਾਨੂੰ ਪਤਾ ਮਾਤਾ ਜਿਵੇਂ ਗਾਲਾਂ ਦਿੰਦੀਆਂ, ਡੰਡਾ ਲਿਆ ਚੱਕ, ਮਰ ਜੇ ਤੂੰ ਮਰ ਜਾਣਿਆ ਫਲਾਨਿਆ, ਦੇ ਡੰਡੇ 'ਤੇ ਡੰਡਾ ਬੱਕਰਾ ਮਿਆਂਕੇ। ਉੱਤੋਂ ਬੰਦਾ ਉਤਰਿਆ, ਕਹਿੰਦਾ ਮਾਤਾ ਰੁਕ, ਕਹਿੰਦੀ ਪੁੱਤ ਮੁਰੁਖਾਂ ਕਿਵੇਂ, ਸਾਰਾ ਕੱਢ ਕੇ ਛੱਡੂ ਇਹਦੇ ਅੰਦਰੋਂ। ਕਹਿੰਦਾ ਮਾਤਾ ਜੇ ਇਹਨੇ ਖਾਧਾ ਹੋਵੇ ਤਾਂ ਕੱਢੇਂਗੀ। ਕਹਿੰਦਾ ਫਿਰ ਖਾਧਾ ਕਿਹਨੇ, ਕਹਿੰਦਾ ਮੈਂ ਕੋਠੇ 'ਤੇ ਖੜਾ ਸੀ, ਆਹ ਜਿਹੜਾ ਬਾਂਦਰ ਹੈ ਨਾ, ਕਾਰਨਾਮੇ ਸਾਰੇ ਇਹਦੇ, ਖਾਧਾ ਇਹਨੇ ਹੈ, ਆਪਦਾ ਰੱਸਾ ਕਿੱਲੇ 'ਤੇ ਬੰਨ ਲਿਆ, ਬੱਕਰੇ ਦਾ ਖੋਲ ਤਾਂ ਤੂੰ ਬੱਕਰੇ ਨੂੰ ਕੁੱਟੀ ਜਾਂਦੀ ਹੈ। ਕਹਿੰਦੇ ਅੱਛਾ, ਇੰਨਾ ਚਲਾਕ। ਸੋ ਮਨ ਬਾਂਦਰ ਹੈ ਔਰ ਆਤਮਾ ਨੂੰ ਬੱਕਰਾ ਬਣਾ ਕੇ ਰੱਖਦਾ, ਪੁੱਠੇ ਪੰਗੇ ਮਨ ਕਰਵਾਉਂਦਾ, ਭਰਦੀ ਰਹਿੰਦੀ ਹੈ ਆਤਮਾ। ਤੁਸੀਂ ਕੀ ਸਮਝਦੇ ਹੋ, ਆਤਮਾ ਨੂੰ ਅਕਲ ਨਹੀਂ, ਬਥੇਰੀ ਹੈ, ਪਰ ਇਹ ਯੁੱਗ ਕਲਯੁੱਗ ਹੈ, ਕਾਲ ਦੇ ਹੱਥੀਂ ਆਤਮਾ ਮਜ਼ਬੂਰ ਹੈ, ਸਰੀਰ ਦੇ ਕਾਰਨ ਪ੍ਰਭਾਵ ਹੈ। ਰੱਬ ਦਾ ਨਾਂ ਜਪੋ, ਪਰਮਾਤਮਾ ਦਾ ਨਾਂ ਜਪੋ ਤਾਂ ਆਤਮਾ ਨੂੰ ਖੁਰਾਕ ਮਿਲੇ, ਫਿਰ ਤਾਂ ਇਹ ਬਾਂਦਰ ਜਿਵੇਂ ਆਦਮੀ ਨਚਾਉਂਦੇ ਫਿਰਦੇ, ਇਹ ਵੀ ਨਚਾ ਦੇ ਇਸ ਮਨ ਨੂੰ। ਪਰ ਤੁਸੀਂ ਖੁਰਾਕ ਹੀ ਸਾਰਾ ਦਿਨ ਬਾਂਦਰ ਵਾਲੀ ਖਵਾਉਂਦੇ ਰਹਿੰਦੇ ਹੋ। ਸੋ ਆਤਮਾ ਦੀ ਆਵਾਜ਼ ਸੁਣੋ, ਰੱਬ ਦਾ ਨਾਂ ਜਪੋ ਤਾਂ ਕਿ ਆਤਮਾ ਬਲਵਾਨ ਹੋਵੇ ਔਰ ਮਨ ਸ਼ੈਤਾਨ ਰੁਕ ਜਾਵੇ। ਜਦੋਂ ਜਦੋਂ ਮਨਮਤਾ ਕਰਦੇ ਹੋ, ਕੋਈ ਪੈਸਿਆਂ ਦੇ ਪਿੱਛੇ ਪਾਗਲ ਹੈ, ਪੈਸੇ ਇਕੱਠੀ ਕਰੀ ਜਾ ਰਹੇ ਹਨ, ਪਾਪ ਜ਼ੁਲਮ ਦੀ ਕਮਾਈ ਜਿਵੇਂ ਜਿਵੇਂ ਜਾਂਦੀ ਹੈ
ਕਈ ਗੁਣਾ ਲੈ ਕੇ ਨਿਕਲਦੀ ਹੈ ਔਰ ਬਰਬਾਦ ਕਰ ਦਿੰਦੀ ਘਰਾਂ ਦੇ ਘਰ। ਮਾਇਆ ਜਲਮ ਰਹੀ ਸੀ ਪਰਮਾਏ, ਮਨ ਰਿਹਾ ਸੀ ਰੂਹ ਨੂੰ ਤੜਫਾਏ, ਮਨ ਅਤੇ ਮਾਇਆ ਦੀਆਂ ਕੱਟਣ ਜੰਜੀਰਾਂ ਚੱਲ ਆਏ ਸੋਹਣੇ ਦਾਤਾ। ਸੋ ਸੱਚੇ ਮੁਰਸ਼ਿਦ ਨੇ ਉਹ ਪਰਮਾਤਮਾ ਦਾ ਨਾਂ ਦੱਸਿਆ, ਚੱਲਦੇ ਬੈਠ ਕੇ ਕੰਮ ਧੰਦਾ ਕਰਦੇ ਜਪਦੇ ਰਹੋ, ਮਨ ਮਾਇਆ ਦੀਆਂ ਸਾਰੀਆਂ ਜੰਜੀਰਾਂ ਢਿੱਲੀਆਂ ਹੋ ਜਾਣਗੀਆਂ। ਮਾਇਆ ਦੇ ਕਈ ਰੂਪ ਹਨ, ਵੈਸੇ ਦੋ ਮੇਨ ਮੰਨੇ ਜਾਂਦੇ ਹਨ, ਜੋ ਦਿਸਣ ਵਿੱਚ ਆਉਂਦਾ ਹੈ, ਔਰਤ ਲਈ ਮਰਦ ਔਰ ਮਰਦ ਲਈ ਔਰਤ, ਕਈ ਵਾਰ ਮਾਇਆ ਦਾ ਰੂਪ ਧਾਰ ਲੈਂਦੇ ਹਨ। ਰੁਪਇਆ, ਪੈਸਾ, ਧਨ ਦੌਲਤ, ਜ਼ਮੀਨ ਜਾਇਦਾਦ, ਕੋਠੀਆਂ ਬੰਗਲੇ, ਬਗੀਚੇ, ਗਹਿਣੇ, ਔਰ ਅਪ੍ਰਤਕਸ਼ ਰੂਪ ਜੋ ਸੱਚ ਨਜ਼ਰ ਆਉਂਦਾ ਹੈ ਉਹਨੂੰ ਝੂਠ ਦਿਖਾਉਂਦੀ ਹੈ ਮਾਇਆ, ਔਰ ਜੋ ਝੂਠ ਹੈ ਉਹਨੂੰ ਸੱਚ ਦਿਖਾਉਂਦੀ ਹੈ। ਸੋ ਮਨ ਮਾਇਆ ਦੋਨੋਂ ਮਿਲ ਕੇ ਬੜਾ ਖੱਜਲ ਖੁਆਰ ਕਰ ਰਹੇ ਹਨ ਜੀਵਾਤਮਾ ਨੂੰ, ਰੂਹ ਨੂੰ। ਹਾਂਜੀ, ਤੁਹਾਡੇ ਸਵਾਲਾਤ ਕੁਝ ਆਏ ਹਨ। ਅਸੀਂ ਕੋਈ ਵਿਦਵਾਨ ਨਹੀਂ, ਅਸੀਂ ਗਿਆਨਵਾਨ ਨਹੀਂ, ਜੈਸਾ ਪਰਮਾਤਮਾ ਖਿਆਲ ਦੇਗਾ ਉਹਨਾਂ ਸਵਾਲਾਂ ਦਾ ਜਵਾਬ ਦੇਵਾਂਗੇ। ਹਾਂਜੀ, ਚਲੋ ਜੀ। ਧੰਨ ਸਤਿਗੁਰੂ ਤੇਰਾ ਹੀ ਆਸਰਾ, ਜਸਵੀਰ ਇਨਸਾਨ ਪੱਕਾ ਸਾਰਨਾ ਸੇ। ਪੂਜਾ ਜੀ, ਇਨਸਾਨ ਆਪਣੇ ਕਰਮ ਖੁਦ ਬਣਾਤਾ ਹੈ ਯਾ ਉਸਕੇ ਕਰਮ ਈਸ਼ਵਰ ਦੁਆਰਾ ਲਿਖੇ ਜਾਂਦੇ? ਦੋਨੋਂ ਹੀ ਬਾਤੇਂ ਹੈ। ਕਰਮ ਪਰਮਾਤਮਾ ਕੀ ਤਰਫ ਸੇ ਵੀ ਹੋਤੇ ਹੈ ਔਰ ਖੁਦ ਮੁਖਤਿਆਰੀ ਕੀ ਵਜਹ ਸੇ ਆਪ ਵੀ ਬਣਾ ਸਕਤੇ ਹੈ ਅੱਛੇ ਕਰਮ। ਬਹਾਦਰ ਇਨਸਾਨ ਬਲਾਕ ਸੇਵਣ ਸੇ। ਪੂਜਾ ਜੀ, ਕੈਥਲ ਵ ਕੁਰੂਕਸ਼ੇਤਰ ਜ਼ਿਲ੍ਹੇ ਮੇ ਹਰਿਆਣਾ ਕਾ ਸਭਸੇ ਬੜਾ ਜੰਗਲ ਸਰਸਵਤੀ ਵਨਿਆ ਵਿਹਾਰ ਮੇ ਬਹੁਤ ਸੇ ਵਨਿਆ ਪ੍ਰਾਣੀ ਵਨ ਕੇ ਸਾਥ 30-35 ਗਾਓਂ ਵੀ ਲਗਤੇ ਹੈ। ਕਿਸਾਨ ਫਸਲ ਕੀ ਰਕਸ਼ਾ ਕੇ ਲਿਏ ਜੰਗਲ ਕੇ ਸਾਥ ਕਰੰਟ ਕੀ ਤਾਰ ਲਗਾਤੇ ਹੈ, ਜਿਸ ਕੇ ਕਾਰਨ ਗਾਏ ਬੈਲ ਸੂਅਰ ਰੋਜ਼ ਅਨਿਆ ਪ੍ਰਾਣੀ ਕਰੰਟ ਕੀ ਚਪੇਟ ਮੇ ਆਕਰ ਮਰ ਜਾਤੇ ਹੈ। ਇਸ ਸਮੱਸਿਆ ਕਾ ਸਮਾਧਾਨ ਬਤਾਏ ਜੀ। ਭਾਈ, ਇਸ ਸਮੱਸਿਆ ਕਾ ਸਮਾਧਾਨ ਔਰ ਵੀ ਚੀਜ਼ ਹੈ, ਜ਼ਰੂਰੀ ਤੋ ਨਹੀਂ ਕਰੰਟ ਹੀ ਲਗਾਨਾ ਹੈ। ਆਪ ਵੈਸੀ ਤਾਰੇ ਵੀ ਲਗਾਈ ਜਾ ਸਕਤੀ ਹੈ ਜੋ ਕਾਂਟੇਦਾਰ ਹੋਤੀ ਹੈ, ਝਾੜੀਆਂ ਇਸ ਤਰ੍ਹਾਂ ਕੀ ਲਗਾਈ ਜਾ ਸਕਤੀ ਹੈ ਖੇਤ ਕੇ ਸਾਥ ਸਾਥ, ਜਿਨਕਾ ਅਚਾਰ ਵਗੈਰਾ ਵੀ ਬਣਤਾ ਹੈ। ਆਸ਼ਰਮ ਮੇ ਅਸੀਂ ਝਾੜੀਆਂ ਲਗਾਈ ਗਈ ਹੈ, ਅਭੀ ਆਪਕੋ ਬਤਾ ਦੇਂਗੇ, ਨਾਮ ਖਿਆਲ ਸੇ ਨਿਕਲ ਗਿਆ ਹਮਾਰੇ। ਕਰੌਂਦਾ, ਕਰੌਂਦਾ, ਕਰੌਂਦਾ ਇੱਕ ਐਸੀ ਫਸਲ ਹੈ ਜਿਸਮੇ ਬਹੁਤ ਕਾਂਟੇਦਾਰ ਝਾੜੀ ਹੋਤੀ ਹੈ ਔਰ ਉਸਕਾ ਅਚਾਰ ਬਹੁਤ ਬੜੀਆ ਬਣਤਾ ਔਰ ਵੀ ਕਈ ਦਵਾਈਓਂ ਮੇ ਕਾਮ ਆਤਾ ਹੈ। ਤੋ ਆਪ ਵੋ ਬਾੜ ਲਗਾਈ ਜਾ ਸਕਤੀ ਹੈ ਆਪਣੇ ਖੇਤੋਂ ਮੇ, ਸਾਥ ਮੇ ਫਸਲ ਕੀ ਫਸਲ ਔਰ ਸਾਥ ਮੇ ਪਸ਼ੂ ਨਹੀਂ ਆਏਂਗੇ, ਜ਼ਰੂਰੀ ਤੋ ਨਹੀਂ ਪਸ਼ੂਓਂ ਕੋ ਮਾਰਨਾ। ਖੁਸ਼ਦੀਪ ਇਨਸਾਨ ਸ੍ਰੀ ਵਿਜੈਨਗਰ ਸੇ। ਗੁਰੂ ਜੀ, ਭਗਵਾਨ ਕੈਸੇ ਬਣੇ? ਇਤਨੀ ਪਾਵਰਫੁਲ ਪੋਜ਼ਿਟਿਵ ਪਾਵਰ ਆਪਣੇ ਆਪ ਕੈਸੇ ਬਣੀ, ਕਿਆ ਐਸੇ ਨੈਗੇਟਿਵ ਪਾਵਰ ਵੀ ਬਣ ਸਕਤੀ ਹੈ? ਇੱਕ ਵਾਰ ਫਿਰ ਸੇ। ਗੁਰੂ ਜੀ, ਭਗਵਾਨ ਕੈਸੇ ਬਣੇ? ਇਤਨੀ ਪਾਵਰਫੁਲ ਪੋਜ਼ਿਟਿਵ ਪਾਵਰ ਆਪਣੇ ਆਪ ਕੈਸੇ ਬਣੀ ਜੀ, ਕਿਆ ਨੈਗੇਟਿਵ ਪਾਵਰ ਵੀ ਐਸੇ ਬਣ ਸਕਤੀ ਹੈ ਜੀ? ਜੋ ਹੈ ਹੀ ਪਾਵਰ ਉਹ ਬਣੀ ਕੈਸੇ, ਉਸ ਕਿਆ ਲੈਣਾ ਦੇਣਾ? ਜੋ ਹੈ ਹੀ ਪਾਵਰ ਬਣੀ ਨਹੀਂ, ਉਹ ਥੀ ਹੀ ਪਾਵਰ ਔਰ ਸ਼ੁਰੂ ਸੇ ਹੀ ਹੈ ਔਰ ਹਮੇਸ਼ਾ ਥੀ ਔਰ ਰਹੇਗੀ। ਨੈਗੇਟਿਵ ਪਾਵਰ ਉਸਕੇ ਬਰਾਬਰ ਕੀ ਨਾ ਬਣੀ ਹੈ, ਨਾ ਬਣ ਸਕਤੀ ਔਰ ਨਾ ਕਭੀ ਬਣ ਪਾਏਗੀ। ਰਮੇਸ਼ ਇਨਸਾਨ ਕਿਕਰ ਖੇੜਾ ਸੇ। ਪੂਜਾ ਜੀ, ਮੈਂ ਪਹਿਲੇ ਬਹੁਤ ਹੀ ਨਸ਼ਾ ਕਰਤਾ ਥਾ, ਪੋਸਟ ਸ਼ਰਾਬ ਗੋਲੀਆਂ ਇਤਿਆਦਿ ਬਹੁਤ ਖਾਤਾ ਥਾ, ਔਰ ਆਪ ਜੀ ਕੇ ਦਿਆ ਮੇਰੇ ਸੇ ਮੈਨੇ ਬਿਲਕੁਲ ਨਸ਼ਾ ਛੋੜ ਦਿਆ ਹੈ ਜੀ। ਵਾਹ ਜੀ, ਸ਼ਾਬਾਸ਼ ਬੇਟਾ, ਸੁਮਨ ਕਰਤੇ ਰਹਿਣਾ, ਪਰਮਾਤਮਾ ਸਾਥ ਹੈ ਬੇਟਾ, ਆਸ਼ੀਰਵਾਦ। ਬਲਾਕ ਦੋਦਾ ਕੇ ਨਾਮ ਚਰਚਾ ਘਰ ਕੇ ਚਾਰ ਦੁਆਰੀ ਬਣਾਉਣ ਕੀ ਆਗਿਆ ਚਾਹਤੇ ਹੈ ਜੀ? ਹਾਂ ਆਸ਼ੀਰਵਾਦ ਬੇਟਾ, ਬਣਾ ਲਿਓ ਆਪਦੇ ਹਿਸਾਬ ਨਾਲ, ਚਾਰ ਦੁਆਰੀ ਕਰ ਲਿਓ ਬੇਟਾ, ਪੁੱਛ ਲਿਓ ਜਿਸ ਤਰ੍ਹਾਂ ਸਾਰੇ ਬਣਾਉਂਦੇ। ਆਸ਼ੀਰਵਾਦ ਬੇਟਾ, ਪ੍ਰਸ਼ਾਦ ਲੈ ਲਿਓ। ਪ੍ਰਦੀਪ ਇਨਸਾਨ, ਸਚਿਨ ਇਨਸਾਨ, ਐਕਸੀਡੈਂਟ ਬਟਰ ਲਾਈਨ ਬਲੌਕ ਸੇ। ਪੂਜਾ ਜੀ, ਅਰਤੀਆ ਜਾਤੇ ਸਮੇਂ ਰਾਸਤੇ ਮੇ 3 ਘਾਇਲੋਂ ਕੋ ਉਠਾਕਰ ਆਪਣੀ ਗਾੜੀ ਸੇ ਹਸਪਤਾਲ ਪਹੁੰਚਾਇਆ ਔਰ ਉਨਕਾ ਇਲਾਜ ਕਰਵਾਇਆ, ਉਨਮੇ ਸੇ ਏਕ ਅੰਮ੍ਰਿਤਧਾਰੀ ਸਿੱਖ ਵੀ ਥਾ, ਜਦ ਉਨਕੇ ਸਾਰੇ ਪਰਿਵਾਰ ਨੇ ਆਪ ਜੀ ਕਾ ਕੋਟੀ ਕੋਟੀ ਧੰਨਵਾਦ ਕੀਆ ਹੈ। ਸ਼ਾਬਾਸ਼ ਬੇਟਾ, ਸ਼ਾਬਾਸ਼ ਨੌਜਵਾਨ, ਆਗੇ ਆ ਜਾਓ, ਪ੍ਰਸ਼ਾਦ ਵੀ ਲੈਣਾ ਔਰ ਪੱਤਰਕਾਰ ਸਮਾਜ ਉਨਕੋ ਵੀ ਮਿਲਣਾ, ਆਗੇ ਆ ਜਾਓ ਬੇਟਾ, ਪ੍ਰਸ਼ਾਦ ਲੈਣਾ ਸਾਈਡ ਮੇ। ਸ਼ਾਬਾਸ਼ ਬੇਟਾ। ਸੁਮਿਤ ਇਨਸਾਨ ਬਲਾਕ ਗੋਕਲਪੁਰ। ਪੂਜਾ ਜੀ, ਸ਼ਾਸਤ ਰਾਮ ਜੀ, ਗ੍ਰੀਨੈਸ ਵੈਲਫੇਅਰ ਫੋਰਸ ਵਿੰਗ ਕੋ ਵੀ ਮਾਰਸ਼ਲ ਆਰਟ ਕੀ ਟ੍ਰੇਨਿੰਗ ਦੀ ਜਾਏ ਜੀ? ਹਮਨੇ ਕਿਸੀ ਕੋ ਮਾਰਨਾ ਕੁੱਟਣਾ ਨਹੀਂ ਹੈ, ਜੋ ਉਨਕੋ ਟ੍ਰੇਨਿੰਗ ਕੀ ਜ਼ਰੂਰਤ ਹੈ ਵੋ ਟ੍ਰੇਨਿੰਗ ਉਨਕੋ ਦੀ ਜਾ ਰਹੀ ਹੈ ਆਲਰੇਡੀ,
कि आग में से आदमी को कैसे निकालना है और धरती फट जाए या भूकंप आते हैं कैसे आदमियों को बचाना है, वो उनको ट्रेनिंग दी जाती है। रोशन इंसान ब्लॉक सीवन से पूजा पता जी 18/9/2012 को रात के 9 बजे मैं मोटरसाइकिल से अपने घर को आ रहा था। हिसार चंडीगढ़ रोड पर क्योड़क गांव के पास गैस सिलेंडरों का भरा हुआ ट्रक और इंडिका कार का भयानक एक्सीडेंट हुआ पड़ा था। उनको कोई भी उठा नहीं रहा था। पूजा पता जी मैंने आप जी की रहमत से मोबाइल फोन की रोशनी में उनको गड्ढों में से ढूंढा, उनको बाहर निकाला, पुलिस और एम्बुलेंस बुलाई और उनको हॉस्पिटल पहुंचाया जी। वाह जी, शाबाश नौजवान, शाबाश बच्चों, आप ऐसे अच्छे कर्म करते हैं। तो आप आगे आ जाना बेटा, वहाँ पत्रकार समाज से प्रसाद भी लेना और अपनी बात भी बताना। पवन इंसान सुनावड़ से पूजा जी, आप जी मेरे सपने में आए, मुझे एकाग्रता से स्मरण करने को बताया, आप मुझे कृपया एकाग्रता के बारे में बताएंगे। एकाग्रता शांत चित्त होगी, आप चलते फिरते स्मरण कीजिए और अपने घर में कोई एकांत जगह हो या शोर ना हो, आराम से बैठ जाइए और स्मरण कीजिए। शांत चित्त तभी होता है चलते फिरते स्मरण करने से जब आपकी टेंशन खत्म हो जाती, तो चलते फिरते स्मरण कीजिए और बिल्कुल शांत स्वभाव से मालिक को मांगते हुए स्मरण कीजिए। पूज्यता जी, आप जी की पावन प्रेरणा द्वारा शास्त्राम जी गर्ल्स स्कूल व कॉलेज श्री गुरसर मोड़िया स्वीट रोजी ब्लॉक के बच्चों द्वारा एक गरीब मरीज का इलाज करवाया गया जिसका नाम मंगा सिंह, ब्लॉक 1C छोटी गांव मोहनपुरा, जिस पर कुल खर्च 40,000 रूपये हुआ जी और गरीबों को इन्होंने 66 जोड़ी जूते भी दिए हैं। और शास्त्राम जी बॉयज स्कूल श्री गुरसर मोड़िया स्वीट लाइन ब्लॉक आज भंडारे की खुशी में दीन दुखियों की मदद के लिए 11,000 रूपये ब्लॉक फंड में जमा कर। शाबाश, आपने कमाल करते हैं और ये गुरसर मोड़िया के स्कूल दिनों दिन तरक्की करते जा रहे हैं। हर चार आगे बढ़ो बेटा, बहुत आशीर्वाद ले लेना, नारा लगा के बैठ जाओ, सेवा में मन लगे, पढ़ाई में मन लगे, गेमों में तरक्की करो, आशीर्वाद, नारा लगा। गुरदीप फतेवाड़ी से पूज्यता जी, श्याम अस्ताना जी महाराज को हजूर बाबा श्रावण सिंह जी ने 5 शब्द का भेद मिला, वह मस्ताना जी भी आगे 5 शब्द देते थे, लेकिन आप गुरु जी 3 शब्द का भेद देते हो, इसमें क्या राज है? बेटा परम पिता जी ने ये 3 शब्द बता दिए थे, बना दिए थे, क्योंकि सदगुरु मुर्शिद चाहे तो 1 शब्द देके भी अंदर की धुन से मिला सकता है, ये मालिक की मर्जी है, संतों की मर्जी है, सो सदगुरु मुर्शिद ने ऐसा किया। और कोई 5 शब्द बाहर और अंदर का अलग अलग चीजें हैं, आप अंदर से नहीं जोड़ना चाहिए, वो तो धुन है, उसको कितने भी शब्द बना दीजिए, अलौकिक धुन है, एक ऐसी आवाज जिसकी कल्पना भी नहीं कोई कर सकता, इतनी मीठी आवाज। और ध्यान एकाग्र करने के लिए वर्णात्मक नाम होता है जो सदगुरु मुर्शिद ने 5 से 3 किया, सो ऐसा कुछ नहीं। इन्हीं का प्रश्न, प्रलय होने पर सृष्टि कौन से रूहानी मंडल और महाप्रलय में कौन से रूहानी मंडल तक खत्म हो जाती है, वह कौन सा मंडल बचता? महाप्रलय में पार ब्रह्म तक खत्म हो जाता है, ब्रह्म तक, और उससे पहले जो है वो काल की नगरी जो त्रिलोकियां हैं वो खत्म होने के आसार पे पहुंच जाती हैं। सो प्रलय महाप्रलय आए ना आए, जिसने राम का नाम लिया है उसके लिए तो निज धाम ये धरती पे बन जाता है अगर अमल करें। इन्हीं का अगला प्रश्न है, 5 शब्द धुनकार धुनते बाजे शब्द निशान, गुरुवाणी के श्लोक में 5 शब्द क्या है और ये कहां जाकर मिलते हैं? अंदर की धुन है, अंदर की आवाज है जो परमात्मा से आ रही है और ये आवाज पार ब्रह्म आत्मा को ले जाती है और मालिक से जा मिलाती है। जसमेल सिंह गांव लिखमी सर श्री गुरु सिमोड़िया ब्लॉक से पूछता जी, मैंने रिश्वत नहीं देने का फॉर्म भरा हुआ था, मेरे लड़के को 2nd ग्रेड अध्यापक की सरकारी नौकरी मिली थी, मैंने मेरे गांव के नजदीक नौकरी लगाने के लिए 20,000 रूपये की रिश्वत दी, उसके बाद मेरे लड़के की नौकरी ही कैंसिल हो गई, फिर हमने आपके आगे नाक रगड़ी और माफी मांगी तथा सफाई अभियान पर अजमेर गए और बाद में आपकी दया मेहर रहमत से वरिष्ठ अध्यापक की नौकरी मिल गई और 20,000 रूपये की वो रिश्वत थी वो भी वापस आ गई, हम सारा परिवार माफी मांगते हैं और आप जी का धन्यवाद करते हैं। जी बेटा, या तो आप वायदा ना करो, और अगर वायदा करते हैं तो फिर
रिश्वत वगैरह ना दिया करें, और आपने तौबा कर ली है, आगे से तौबा ही रखिए। मालिक रहमत करने वाले हैं, बस टैलेंट दिखाइए, अपना हिम्मत दिखाइए, आगे बढ़िए। प्रेमी बहादुर इंसान रोड़े के कला ब्लॉक तपासे, प्रियता जी आप जी की प्रेरणा पर चलते हुए मैंने किसी के गुम हुए 3 लाख रुपए की राशि उसके असली मालिक पिंटूरकोट सोनी को वापस किए जी। वाह जी, कहाँ है आप, खड़े हो जाइए, तो हाथ हिला दें बेटा अगर आप कहीं खड़े, क्योंकि संगत काफी खड़ी है, बाकी बैठ जाओ भाई, बाकी ना खड़े हो। और जो नौजवान ने या जिस भाई ने वो 3 लाख रुपए वापस किए हैं, अगर कहीं है तो आगे आ जाना बेटा, प्रसाद लेना कहीं है, हैं जी पीछे हैं, हाँ हाँ वो पीछे दो लाइटें हैं, हाँ ठीक है बेटा आप आगे आ जाना, प्रसाद भी लेना, शाबाश, बहुत बड़ी ईमानदारी है, वरना लोग थूक में हाथ मार देते हैं कि 5 का सिक्का पड़ा है, तो ये आपकी हिम्मत है, मालिक की रहमत है, मालिक बरकतें डालेंगे, आशीर्वाद। अशोक इंसान फिलीबंगा से, पूजा गुरु जी 1 जनवरी को फिलीबंगा मंडी में 1 3 मंजिला दुकान में तड़के 4:30 बजे भयंकर आग लग गई। सूचना मिलते ही शास्त्राम जी ग्रीनेस और फिर फोर्स विंग के सेवादार उसी समय मौके पर पहुंच गए। ग्रीनेस के सेवादारों के जोश को देखकर प्रशासनिक अधिकारियों ने आग बुझाने का पूरा जिम्मा सेवादारों को सौंप दिया। सेवादारों ने आपकी रहमत से कड़ी मशक्कत के बाद आग पर काबू पा लिया, और इस साहसिक कार्य को देखकर अधिकारियों और स्थानीय नागरिकों ने दांतों तले उंगली दबा ली। जिला कलेक्टर, उपखंड अधिकारी, तहसीलदार व थाना अधिकारियों ने सेवादारों के इस जज्बे की मुक्त कंठ से प्रशंसा की, और इस साहसिक कार्य के लिए ग्रीनेस के सेवादारों को जिला व उपखंड स्तर पर 26 जनवरी को प्रशासन द्वारा सम्मानित भी किया जाएगा। सेवादार आप जी का आशीर्वाद। वाह जी वाह जी, शाबाश नौजवानों, अगर आप आए हैं सेवादार खड़े हो जाइए, कहाँ हैं, शाबाश बेटा शाबाश, बहुत बड़ी बात, अलग अलग जगहों पे आप, हाँ लोगों की जिंदगी बचाना ही हमारे जिंदगी का मुख्य निशाना है, तो शाबाश बेटा, बहुत ही बढ़िया काम किया, प्रसाद लीजिएगा और मालिक खुशियां बख्शे, और उन ऑफिसर साहबान को भी बहुत बहुत आशीर्वाद जिन्होंने अच्छाई को भलाई को पहचाना है, वरना लोग आंखें मूंद लेते हैं, इस तरफ ध्यान ही नहीं देते कि भलाई करने वाले करते रहे, हमें क्या लेना देना। सो बहुत अच्छे नेक लोग हैं वो ऑफिसर, उनको भी आशीर्वाद, आपको भी प्रसाद ले लीजिएगा, बैठ जाइए। सुमन, जब मैं सिमरन करती हूँ तो मेरे चेहरे पर कालापन सा आ जाता है और ऐसे लगता है जैसे मैं बीमार हो गई हूँ। पापा जी, कोई क्रम कट रहा होता है या कोई और कारण है जी? चलते फिरते सुमन कीजिए बेटा, और कट रहा हो अदरवाइज ऐसा कुछ नहीं, बाकी सुमन करने से तो चेहरा निखरता है। सुनीता इंसान प्रीत नगर सर, सच पूज्यता जी मेरी 2 बेटियां और मैंने हमारा एक काफी वरना 2 के बाद माफी वाले फार्म भर रखे हैं, क्या हमें भी बेटे के रूप में घर जवाई मिल सकता है जी? हमने घर जवाई तो नाम ही नहीं दिया है, हमने कहा जैसे दुल्हन आती है वो दुल्हा आएगा, घर जवाई वाला सौदे खत्म कर दिया ताकि ये गाड़ी सी ना लगे, जैसे कोई घर में ब्याह के कि हम तो दुल्हन लेके आए हैं, तो आप कह सकते हैं दुल्हा विवाह के लाए हैं, तो वो दुल्हा जरूर मिलेगा, काफी दुल्हे तैयार हो गए हैं। कविता इंसान ब्लॉक अनूपगढ़ से, पूज्यता जी जब हम अपने नाम के साथ इंसान लगाते हैं तो लोग हमारा मजाक उठाते हैं, कहते हैं कि तुम इंसान हो तो बाकी सब क्या इंसान नहीं है, मार्गदर्शन करें जी। भाई अब आप किसी को कहना नहीं, पर सच यही है, आदमी को तड़पता देख के लोग पास से गाड़ियां दौड़ा के ले जाते हैं, ये इंसानों का काम है? कोई बीमार बीमारी से मर रहा है उसे खूनदान नहीं देते सगे वाले, क्या ये इंसानों का काम है? सारे धर्मों में मेरा ये मेरा वो लड़ाई झगड़े शुरुआत रहते, क्या ये इंसानों का काम है? सो इंसानियत को जिंदा किया जा रहा है, कहते हम सारे धर्मों को मानते हैं, आप सिर्फ एक को मानते हैं, इसलिए आप भी इंसान हैं, लेकिन हमारा इंसान की पहचान है, हम सभी धर्मों को मानते हैं, ऊंच नीच को नहीं मानते, सब एक ही मालिक है और एक ही मालिक की औलाद, हम इसको मानते हैं, इसलिए हमको इंसान कहा जाता है, लड़ना नहीं हमने किसी से। हिमांशु ब्लॉक स्वीटलैंड से, पूजा जी सेवा बड़ी है या सिमरन जी? दोनों ही, सेवा करो साथ में सुमन करो तो खुशियां अंदर बाहर जरूर छा जाएंगी।
सोनम श्री गंगानगर से। पूज्यता जी, साधुवाद का क्या मतलब है जी? साधुवाद का मतलब वाह वाह, शाबाश, आशीर्वाद। बलकार इंसान पीलीबंगा ब्लॉक गांव रमाणा चक से साप्ताहिक नाम चर्चा की मंजूरी के लिए आगे चाहते हैं जी। कहाँ? ब्लॉक पीलीबंगा गांव रमाणा चक, सद्दा सिंह वाला। जी 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 जी, आप बेटा आप आए हैं जुम्मेवार, तो यहाँ ये जुम्मेवार आपके पच्ची में मेरे एमएसजी एडम के खड़े, इनको मिल लीजिए, फिर शुरू कर लेना बेटा, बता देंगे कैसे। दीपक इंसान 63 GB से। पूज्यता जी, क्या हम आपके द्वारा गाए हुए भजन नाम चर्चा में गा सकते हैं जी? अभी तक तो किसी शुरुआत नहीं किया, अभी ग्रंथों में दे देंगे बेटा, फिर आप इसका शुरुआत कर सकते हैं। सेवादार डेरा सहोदा। पूज्यता जी, ब्लॉकों के द्वारा जमा करवाए गए परमार्थ की राशि कई बार 1 या 2 25 मेंबर लेकर आते हैं, राशि दरबार में जमा होते हैं या नहीं, ब्लॉकों को इसका ब्यौरा नहीं मिलता और न ही डेरा प्रबंधक ब्लॉकों से इस संबंध में संपर्क करते हैं, इसकी चर्चा ब्लॉकों में अक्सर होती रहती है, पूज्यता जी इस कार्य में पारदर्शिता लाने का। जी बिल्कुल बिल्कुल बिल्कुल, और 1-2 जने नहीं जाना चाहिए, हमने कहा था आश्रम से कोई जाए सतरुमसरी वो आए तो आप दो, वरना बिल्कुल ना दो, चाहे कोई 25 मेंबर है, चाहे कोई भी जुम्मेवार है, आप तन मन धन से जो भी परमार्थ करते हैं, सो ये पूरा पूरा ध्यान रखना है साथ संगत ने, जब तक वो सतरुमसरी साथ नहीं है आप नाम चर्चाओं में ऐसे ना किया करें, क्योंकि उनका भी बेड़ा गर्क होगा जो खाएंगे। मस्ताना जी महाराज के वचन है, सच्चे सौदे के सेवादार भक्तों की कमाई अगर कोई खा जाएगा तो कोई पता नहीं कब सारी कुलों का पटाखा बोल जाए या पागलपन छा जाए, ऐसा हमने होते देखा है। सो इसलिए साथ संगत पूरा होशियार रहे, ऐसे चक्रों में ना पड़े, और जुम्मेवार नोट करने एडम वाले 1-2 नहीं जाएंगे, सतरुमचरी उनके साथ जाएंगे जिनकी ड्यूटी है, तब जाके आप वो परमार्थ इकट्ठा कर सकते हैं, अदरवाइज नहीं, जो भी ग्रीनेस में आप लोग जमा करवाते हैं। महेंद्र इंसान राम सिंहपुर से। पूज्यता जी, हम 84 लाख जनियों में पिछले कर्मों के फल भोगते हैं और सारे कर्म भोगकर मनुष्य जन्म में आते हैं, तो फिर मनुष्य जन्म में दुख तकलीफें और बिछोड़ा परेशानियां इत्यादि क्यों आते हैं? 84 लाख जन्मों का संचित कर्म है भाई, वो जो और शरीर कोई उठा नहीं सकता, सो आप श्रवण कीजिए, भक्ति इबादत कीजिए, तो जरूर आपके कर्म कटेंगे और मालिक की कृपा होगी। देशो मलकाना के साथ संगत ने अकाल अकादमी की गाड़ी 6 जनवरी को नहर में से निकाली, सुबह 7 बजे, सर्दी की परवाह नहीं की, ब्लॉक श्री जलालना साहब अकादमी के प्रधान ने पूजा जी आप जी का तह दिल से धन्यवाद किया है। वाह जी शाबाश नौजवानों, अपना काम सबका भला करना है, सो मालिक खुशियां बख्शे, आप कहीं बैठे हैं तो बताइए खड़े हुई, और प्रसाद भी ले लेना बेटा और नाम भी लिखाना। बैंक मैनेजर व सारा स्टाफ श्री गुरुश्री मोड़िया। पूज्यता जी, आप जी के चरणों में अरदास है कि कृपया करके अपने गांव श्री गुरुश्री मोड़िया में बने स्टेट बैंक में भी चरण डालने की कृपा करें, बैंक रविवार को भी हम खोल लेंगे जी। कहाँ? श्री गुरुश्री मोड़िया के बैंक में जी। जी जी जरूर जरूर देखते हैं बेटा, जरूर आप नोट कर लें जिम्मेवार, देखते हैं जरूर देखते हैं बेटा, स्वागत आपका, प्रसाद लीजिएगा। इन्होंने नाम लिखा पूज्यता जी, विद्यार्थी जीवन और शादी से पहले की जिंदगी को किस प्रकार से जीना चाहिए ताकि जिंदगी में एक कामयाब इंसान बना जा सके? ब्रह्मचर्य का पालन करते हुए अगर आप जिंदगी में आगे बढ़ेंगे तो सफलताएं आपके कदम चूमेंगी, व्यवहार के सच्चे बनिए, पढ़ने से पहले 5-7 मिनट मालिक का नाम लें और फिर पानी पी के पढ़ें तो एकाग्रता ज्यादा आएगी, और सदव्यवहार बचपन से अगर शुरू करते हैं तो जिंदगी भर खुशियां रहती हैं। ब्लॉक रेवाड़ी नाम चर्चा टीम। पूज्यता जी, आज हम जब नाम दिलवाने के लिए नए जीवों के घर गए तो उनके घर 4 दिन से सांप छुपा हुआ था, आप जी का नारा लगाया, हमने उस नाग को जिंदा पकड़कर दूर छोड़ दिया, वह नाग 4 फुट का था जी, हमें आप जी ने ही भेजा था, आप जी की रहमत से ही हम इसमें कामयाब हुए जी। बेटा शाबाश, मालिक ने रहमत की, आशीर्वाद प्रसाद लीजिएगा।
सिकंदरीन साहब पश्चिम मेंबर पंजाब पूज्य प्रति तारागढ़ अजमेर से मौलवी साहब ने आप जी के चरणों में सजदा किया है और नए साल की मुबारकबाद भेजी है जी। उन्होंने कहा कि हम आप जी को हर पल याद करते हैं, आप जी के चरणों में अर्ज करते हैं कि आप दोबारा वहां पधारकर हमें गिरफ्तार करें जी, हम सब आप जी का बेसब्री से इंतजार कर रहे हैं जी। उनको भी कहिए कि नया साल मुबारक हो और अल्लाह ताला से जरूर दुआ करेंगे कि नेक कर्म में हर किसी को मालिक सद्बुद्धि बख्शे, आगे बढ़ाए, ताकत दे। साथ में शास्त्रानी बाई स्कूल श्री गुरुसमोड़े से पूछते थे, हम स्कूल के बच्चे जो परमार्थ करते हैं तो क्या इसका फल सिर्फ हमें ही मिलता है या हमारे पेरेंट्स को भी मिलता है? वो आपका साथ देते तो उनको क्यों नहीं मिलेगा, उनको भी फल मिलेगा और आपको भी। मेडिकल कॉलेज से गणमान्य डॉक्टर साहब आए हैं, डॉक्टर सुरजीत घटक, डॉक्टर दुष्यंत अग्रवाल एम्स जोधपुर से। ये भारी संख्या में मरणोपरांत शरीर दान उपलब्ध करवाने के लिए आप जी को प्रशंसा पत्र व स्मृति चिन्ह भेंट करना चाहते हैं। और डॉक्टर ओपी शर्मा शेखावटी आयुर्वेद मेडिकल कॉलेज एंड हॉस्पिटल पिलानी से। और डॉक्टर रमेश चंद्र, डॉक्टर राम सिंह, डॉक्टर कमल कुमार, डॉक्टर ओपी वर्मा पंजाब आयुर्वेदा मेडिकल कॉलेज एंड हॉस्पिटल मोरजंडा खाड़ी राजस्थान से, ये भी आप जी को प्रशंसा पत्र भेंट करना चाहते जी। आप सब डॉक्टर साहबानों का बहुत बहुत स्वागत सब जगह पे। डॉक्टर यहाँ पे हम यूपी में गए तो वहाँ यूपी एरिया के डॉक्टर आए, तो आप यहाँ पे आए तो बहुत बहुत आपका स्वागत, आपके प्रशंसा पत्र इधर डॉक्टर साहबानों को मिले। सो मालिक आपको खुशियां बख्शे, वरना आज का दौर ऐसा है जो नेक कर्म करते हैं उनको रोकने के लिए लोग आ जाते हैं, शाबाशी के लिए कोई नहीं आता। तो हम आपसे बस यही गुजारिश करते हैं कि बाकी उनका सही इस्तेमाल हो, सही जगह पे उनको, क्योंकि आजकल ये भी सुनने में आ रहा है कि इन शरीरों का व्यापार लोग करने लग गए हैं, तो ये आप लोग जरूर रोकिएगा अगर आपके नॉलेज में आए, और भगवान आपको खुशियां दे, प्रसाद लीजिएगा। बहुत बहुत स्वागत, आशीर्वाद जी, आपका बहुत आशीर्वाद। विराज जी आपको सिलाई मैसेज है जी, नवदीप इंसा रोम इटली से। प्यारे पिता जी, ऐसा क्या किया जाए कि हर पल सुमरन चलता रहे और आप जी की याद बनी रहे जी? बेटा अच्छे कर्म करो, चलते फिरते सुमरन करो तो जरूर ये खुशियां आएंगी। आखिरी प्रचय है जी, बेअंत इंसा वल गुलगा ऑस्ट्रेलिया से, ये सत्संग में बैठे हैं जी। प्यारे पिता जी, आप जी की रहमत से मैंने पिछले साल 2012 में 10 बार ब्लड में से प्लाज्मा डोनेट किया है जी, इसी तरह सेवा सुमरन करने का बल बख्शा। वाह वाह, शाबाश बेटा नौजवान, मालिक खुशी बख्शे, प्रसाद लेना बेटा और सेवा सुमरन मन लगे, मालिक से प्यार बड़े आशीर्वाद, शाबाश। और एक हमारे पास भी पर्ची आई है, लिख के भेजा गया है, और एक ही आदमी ने अलग अलग पर्चियां भेजी, अलग अलग नाम लिख के, डरने की कोई बात नहीं, सवाल जब हमने के लिए पूछो तो जो मर्जी पूछो। तो वो आया है जी, श्याम अस्ताना जी, शास्त्र नाम जी, सादे वस्त्र पहनते थे, आप इतने चमक वाले और महंगे वस्त्र क्यों पहनते हैं? अगर आपको आदमी की तरह जवाब दें तो बताओ, हमने कभी आपसे वस्त्र मांगे? नहीं मांगे। कभी किसी के घर से लेके आए? नहीं लेके आए। कहीं किसी आश्रम के पैसे से बनाए? सिर की शर्त लगाते नहीं बनाए। तो फिर हमने पाए तो आपको दर्द क्यों हुआ? चलो, रूहानियत के लिहाज से अगर आप हमसे पूछना चाहते हैं तो रूहानियत के लिहाज से आपको बता देते हैं, मस्ताना जी महाराज जिन्हें आप कहते सादे पहनते थे, बहुत बढ़िया भी पहनते थे, परम पिता जी भी सादे पहनते थे, कोट पैंट बहुत बार अच्छे अच्छे खूबसूरत भी पहनते थे, कहीं आपको भ्रम हो। दूसरी बात, साई मस्ताना जी महाराज ने एक बार पेवंद लगा, पंजाबी जी कहते टाकी वाले कपड़े पाए हुए से, टाकियां लगी हैं सी, किसी ने कहा साई जी तुम लोगों को सोना बनते हो, हीरे मोती बनते हो, खुद टाकियां वाले पाने हो, तो मस्ताना जी महाराज ने वचन कराया, अरे भरी एक दिन आएगा तू भी नहीं देखेगा और ये बॉडी भी नहीं देखेगी, पर यही बॉडी कपड़े बढ़िया से बढ़िया सुंदर से सुंदर बदल बदल के पहनेंगे, काल की लिद निकालेंगे। ये तो 1948 और 60 के बीच में ही मस्ताना जी महाराज ने वचन कर दिए थे, जब उनके वचन है तो हमारी क्या ताकत, हम कैसे ना पहने। तो शायद आपके सवाल का जवाब मिल गया होगा, अगर फिर लेना तो एक पर्ची और लिख देना।
छोड़ेंगे नहीं, सवाल का जवाब 100% देंगे। आपसे कोई दुश्मनी नहीं है, अच्छी बात है। आप पूछ रहे हो, लाखों औरों के अंदर भी हो सकता है छुपी छुपी आग हो, भड़कना रही हो, भी शायद वो बंद हो जाए, कोई पता नहीं होता यहाँ किसके अंदर क्या है। दूसरी बात, श्याम मस्ताना जी, शास्त्रनाम जी की तरह आप आम आदमी से क्यों नहीं मिलते? बताओ हम कौन से ताज वाले से मिलते हैं? आम से ही मिलते हैं, या गांव वालों से पूछ लो। जब भी हम गुरु सरमोड़िया आते हैं, किसी आश्रम में आते हैं, पहले मजलिस में जाते हैं, ये आम आदमी बैठे हैं, और कौन सा मिलना, कौन से ताज वाले को? सबको मिलते हैं। अब वो बात नहीं है कि हम एक एक के लिए इतना टाइम दें। पहले सात संगत मस्ताना जी महाराज के समय उस बॉडी से उन्होंने वचन किए तो 76,000 लाख सात संगत हुई। परम पिता जी के शरीर के रूप में जब उन्होंने नाम दिया, जो तो वही है, तो 11 लाख के करीब उन्होंने वचन किए, दिन दुगनी रात चौगुनी नाम वाले बढ़ेंगे, और आज 5 करोड़ तक संख्या पहुंच गई। तो बताओ कैसे एक एक को टाइम दें? और आपको यकीन नहीं, आप परिवार बैठे होंगे, 300-400 परिवार इकट्ठे, 200-200 परिवार गुफा में बुला के सबको मिलते हैं, यहां हाथ खड़े करेंगे जिनको मिले हैं। देखिए आप निगाह मार लें जिसने सवाल किया है, कहीं कचरा अड़ा पड़ा हो, फिल्टर साफ हो जाए, हाथ नीचे कर लो भाई। सबको मिलते हैं, आपको भरम है आपको नहीं मिले होंगे शायद, पता नहीं क्यों। तो ये भी आपके सवाल का जवाब मिल गया। रूबरू को सिर्फ अमीर लोग ही देखते हैं, ये भी आपका बकवास और 100% झूठ है। कभी भी आज कल को रूबरू होगा आ जाना। 80% लोग वो होते हैं जो तन की सेवा करते हैं, तन की सेवा। 80-90% लोग बिल्कुल गरीब जो तन की सेवा करते हैं। अगर वो चाहते हैं कि हम दीन दुखियों की मदद के लिए पैसा जमा करवाना है, किसी को रोका नहीं जाता और जबरदस्ती कोई मतलब नहीं है, तो वो ग्रीनेस में जमा होता है, वहां उनकी पर्चियां कटती हैं बकायदा, और वो दीन दुखियों की मदद में 100% लगता है। बाकी बचना लोहे के चने, ना हजम होते हैं, ना उल्टी आती है, ना बाहर जाते हैं, अंदर ही अंदर काटते रहते हैं। तो ये आपका भ्रम है, ये आपका अज्ञान है जो आपने बोला है। तो अब हमें समझ नहीं आती, आपका कोई और सवाल आ जाए तो आपका स्वागत है, जरूर पढ़िएगा और जरूर हमें दीजिएगा। तो प्यारी सत्संग जी, ये सवाल आगे भजन में आया। काल दे छाया होया झूठदा हनेरा सी, झूठदा हनेरा सी, झूठदी पई रात नजर आवे ना सवेरा जी, सच दा डंका बजाउण लई धरती ते चल आए सोहणे रब जी। इस बारे लिखिया दस्या है, जब इंसाना अंदर गुण नाश हो जांदे हन, त्योगण परबल करमा धर्मां दी वाह नहीं लगदी, ਤਾਂ ਘੋਰ ਕਲਯੁਗ ਵਿਚ ਸੰਤ ਨਾਮ ਦਾ ਪ੍ਰਚਾਰ ਕਰਦੇ ਹਨ, ਦੇਸ਼ ਵਿਚ ਪੱਧਰ ਵੱਧ ਜਾਂਦੇ ਹਨ ਤੇ ਯੁੱਗ ਗਰਦੀ ਵਾਪਰਦੀ ਹੈ, ਮਨੁੱਖ ਬਲ ਬੁੱਧੀਹੀਨ ਹੋ ਜਾਂਦੇ ਹਨ। ਅਜਿਹਾ ਸਮਾਂ ਵਿਚ ਬਿਨਾਂ ਨਾਮ ਦੇ ਹੋਰ ਕੋਈ ਸੁਖੈਣ ਤੇ ਛੇਤੀ ਅਸਰ ਕਰਨ ਵਾਲਾ ਸਾਧਨ ਨਹੀਂ। ਕਰਮ ਧਰਮ ਇਸ ਯੁੱਗ ਵਿਚ ਫਲਦਾਇਕ ਨਹੀਂ ਹੁੰਦੇ। ਜੀਵ ਪਿਆਰੀ ਸਤਸੰਗ ਜੀਓ, ਇਸ ਕਲਯੁਗ ਦੇ ਅੰਦਰ ਪਰਮਾਤਮਾ ਨਾ ਹੀ ਸੁੱਖਾਂ ਦੀ ਖਾਨ ਹੈ। ਪਰ ਉਹ ਸਵਾਲ ਦੇ ਵਿੱਚ ਕੀ ਸੀ ਕਿ ਜੀ ਬੜੇ ਮਹਿੰਗੇ ਕੱਪੜੇ ਨਹੀਂ ਹੁੰਦੇ, ਤੁਹਾਡੀਆਂ ਅੱਖਾਂ ਨੂੰ ਪਤਾ ਨਹੀਂ ਪਰਮਾਤਮਾ ਕੀ ਦਿਖਾਉਂਦਾ। ਚਲੋ ਚੰਗੀ ਗੱਲ ਹੈ, ਵੈਸੇ ਆਮ ਕੱਪੜਾ ਕੋਈ ਵੀ ਬੰਦਾ ਦੇਖ ਸਕਦਾ, ਤੂੰ ਚੰਗੇ ਵੀ ਕਈ ਪਾਈ ਬੈਠੇ ਹੋਣਗੇ, ਪਰ ਇਹਦੇ ਉੱਤੇ ਜਿਹੜੀ ਇਹ ਸਰੋਸਕੀ ਵਗੈਰਾ ਜਿਹੜੀ ਚਮਕ ਰਹੀ ਹੈ, ਇਹ ਸਾਡੀਆਂ ਬੇਟੀਆਂ ਜੋ ਸਤਿਗੁਰਮਚਾਰੀ ਹਨ ਉਹੀ ਲਾਉਂਦੀਆਂ, ਉਹਨਾਂ ਡਿਜ਼ਾਇਨ ਅਸੀਂ ਦੇ ਦਿੰਦੇ ਹਾਂ, ਇਹ ਲਾਉਣਾ ਜਾਣਦੀਆਂ ਹਨ, ਇਹਨਾਂ ਨੂੰ ਟ੍ਰੇਨ ਕੀਤਾ ਹੋਇਆ, ਸੋ ਇਹ ਲਾ ਦਿੰਦੇ ਆ। ਔਰ ਇਹ ਨਹੀਂ ਕਿ ਅਸੀਂ ਇਹਨਾਂ ਨੂੰ ਸੰਭਾਲ ਕੇ ਸੰਦੂਕ 'ਚ ਰੱਖ ਲੈਂਦੇ, ਪਾ ਲਿਆ ਫਿਰ ਸਾਧ ਸੰਗਤ ਨੂੰ ਦੇ ਦਿੰਦੇ ਹਾਂ, ਕਈ ਉਹਦੇ ਪਿੱਛੇ ਪਰਮਾਰਥ ਕਰ ਦਿੰਦੇ ਹਨ, ਉਹ ਪਰਮਾਰਥ ਦੀਨ ਦੁਖੀਆਂ ਦੀ ਮਦਦ 'ਚ ਲੱਗਦਾ ਹੈ, ਔਰ ਜਿਹੜਾ ਜਿਹੀ ਜਿਹੀ ਭਾਵਨਾ ਨਾਲ ਇਹਨਾਂ ਕੱਪੜਿਆਂ ਨੂੰ ਰੱਖਦਾ ਹੈ, ਉਹੀ ਜਿਹੀਆਂ ਘਰੇ ਖੁਸ਼ੀਆਂ ਦੇ ਭੰਡਾਰ ਖੁੱਲ ਜਾਂਦੇ ਹਨ। ਸੋ ਅਸੀਂ ਆਪਣੇ ਕੋਲ ਇਹਨਾਂ ਨੂੰ ਸਜਾ ਕੇ ਨਹੀਂ ਰੱਖਦੇ, ਇਹ ਵੀ ਇੱਕ ਗੱਲ ਵਿੱਚ ਰਹਿ ਗਈ ਸੀ, ਸੋ ਅਸੀਂ ਕਹੇ ਵੀ ਕਿ ਉਹਨਾਂ ਦੱਸ ਹੀ ਦੇਈਏ।
ਸੋ ਪਿਆਰੀ ਸਤਸੰਗ ਜੀਓ ਅੱਗੇ ਆਇਆ ਪਰ ਉਪਕਾਰ ਦਾਤਾ ਦੇ ਨਾ ਜਾਣ ਗਾਏ ਜੀ ਲੱਖਾਂ ਜਨਮ ਕੋਈ ਗਾਉਣ ਲਈ ਚਾਹੇ ਪਾਏ ਜੀ ਸ਼ਾਹ ਸਤਨਾਮ ਜੀ ਦੇ ਦਰਸ਼ ਦੀਦਾਰ ਨਾਲ ਆਤਮਾ ਸੀ ਜਾਂਦੀ ਸਾਡੀ ਰਜ ਰਜ ਜੀ ਇਸ ਬਾਰੇ ਲਿਖਿਆ ਦੱਸਿਆ ਹੈ ਗੁਰਬਾਣੀ ਦੱਸਦੀ ਹੈ ਕਿ ਜੇਕਰ ਸਾਰੀ ਧਰਤੀ ਨੂੰ ਕਾਗਜ਼ ਬਣਾ ਲਿਆ ਜਾਵੇ ਸਾਰੇ ਦਰਖਤਾਂ ਦੀਆਂ ਕਲਮਾਂ ਸੱਤਾਂ ਸਮੁੰਦਰਾਂ ਦੀ ਸਿਆਹੀ ਹੋਵੇ ਤੇ ਲਿਖਣ ਬਹਿ ਜਾਈਏ ਫੇਰ ਵੀ ਗੁਰੂ ਦੀ ਮਹਿਮਾ ਨਹੀਂ ਦਰਸਾ ਸਕਾਂਗੇ ਕਬੀਰ ਸਾਹਿਬ ਫਰਮਾਉਂਦੇ ਹਨ ਸਭ ਪਰਬਤ ਸਿਆਹੀ ਕਰੂੰ ਘੋਲੂ ਸਮੁੰਦਰ ਮਾਹੇ ਧਰਤੀ ਕਾ ਕਾਗਜ਼ ਕਰੂੰ ਗੁਰਗੁਣ ਲਿਖਾ ਨ ਜਾਏ ਗੁਰੂ ਸਤਿਗੁਰ ਮੁਰਸ਼ਦ ਦੇ ਕਾਮਿਲ ਦੇ ਗੁਣ ਗਾਣ ਸਾਰੀ ਜ਼ਿੰਦਗੀ ਗਾਣ ਗਾਏ ਜਾਣ ਤਦ ਵੀ ਗਾਏ ਨਹੀਂ ਜਾ ਸਕਦੇ ਜੋ ਸਤਿਗੁਰ ਮੌਲਾ ਇੱਕ ਚੁਟਕੀ ਦੇ ਇਸ਼ਾਰੇ 'ਚ ਨਵੀਂ ਜ਼ਿੰਦਗੀ ਦੇ ਦਿੰਦਾ ਹੈ ਤੁਸੀਂ ਦੱਸੋ ਜ਼ਿੰਦਗੀ ਦਾ ਮੁੱਲ ਤੁਸੀਂ ਕਿਸ ਨਾਲ ਚੁਕਾਓਗੇ ਕਿ ਤੁਹਾਡੇ ਕੋਲ ਕੋਈ ਐਸੀ ਚੀਜ਼ ਹੈ ਜਿਹਦੇ ਨਾਲ ਤੁਸੀਂ ਜ਼ਿੰਦਗੀਆਂ ਖਰੀਦ ਸਕੋ ਅਗਰ ਤੁਹਾਡੇ ਕੋਲ ਹੈ ਤਾਂ ਕੋਈ ਆਪਦੇ ਮਾਂ ਬਾਪ ਨੂੰ ਮਰਨ ਨਾ ਦੇਵੇ ਕੋਈ ਆਪਣੇ ਬੱਚਿਆਂ ਨੂੰ ਕਦੇ ਆਪਣੇ ਤੋਂ ਦੂਰ ਹੋ ਕੇ ਖਤਮ ਨਾ ਹੋਣ ਦੇਵੇ ਜ਼ਿੰਦਗੀ ਖਰੀਦੀ ਔਰ ਪਾਤੀ ਨਹੀਂ ਜ਼ਿੰਦਗੀ ਅਨਮੁੱਲੀ ਹੈ ਅਨਮੋਲ ਹੈ ਜਿਹਨੂੰ ਖਰੀਦਿਆ ਨਹੀਂ ਜਾ ਸਕਦਾ ਪਰ ਉਹ ਅੱਲਾ ਵਾਹਿਗੁਰੂ ਸਤਿਗੁਰੂ ਮੌਲਾ ਚਾਹੇ ਤਾਂ ਮੁਰਦਿਆਂ 'ਚ ਜ਼ਿੰਦਗੀ ਪਾ ਦਿੰਦਾ ਹੈ ਕਿਵੇਂ ਪਰਉਪਕਾਰ ਕਿਵੇਂ ਕਿਸ ਚੀਜ਼ ਨਾਲ ਕੀ ਚੀਜ਼ ਦਿੱਤੀ ਜਾਵੇ ਜਿਹਦੇ ਨਾਲ ਪਰਉਪਕਾਰਾਂ ਦਾ ਰਿਣ ਚੁਕਾਇਆ ਜਾ ਸਕੇ ਸੋ ਮੁਰਸ਼ਿਦ ਦਾਤਾ ਐਸੇ ਪਰਉਪਕਾਰ ਕਰਦੇ ਰਹਿੰਦੇ ਹਨ ਅਗਰ ਤੁਸੀਂ ਨਜ਼ਾਰਾ ਦੇਖਣਾ ਹੈ ਤਾਂ ਨਾਮ ਨਾਲ ਜੁੜੋ ਸਿਮਰਨ ਕਰੋ ਪਰਮਾਤਮਾ ਦੇ ਨਾਂ ਦਾ ਜਾਪ ਕਰੋ ਯਕੀਨ ਮੰਨੋ ਜਿਉਂ ਜਿਉਂ ਤੁਸੀਂ ਰੱਬ ਦੇ ਨਾਂ ਨਾਲ ਜੁੜਦੇ ਜਾਓਗੇ ਰੱਬ ਨਾਲ ਜੁੜਦੇ ਜਾਓਗੇ ਤਿਉਂ ਤਿਉਂ ਤੁਹਾਡੇ ਅੰਦਰ ਦੀਆਂ ਕਮੀਆਂ ਦੂਰ ਹੁੰਦੀਆਂ ਜਾਣਗੀਆਂ ਔਰ ਤੁਸੀਂ ਪਰਮਾਤਮਾ ਦੀ ਦਿਆਮੇਰ ਚਮਤਕਾਰਾਂ ਦੇ ਨਜ਼ਾਰੇ ਕਦਮ ਕਦਮ ਤੇ ਮੰਨਣੇ ਸ਼ੁਰੂ ਕਰ ਦਿਓਗੇ ਸੋ ਸਤਿਗੁਰ ਕੁਝ ਲੁਗਾ ਕੇ ਨਹੀਂ ਰੱਖਦਾ ਪਰ ਸਾਡਾ ਫਰਜ਼ ਹੈ ਅਸੀਂ ਉਹਦੇ ਗੁਣਗਾਣ ਗਾਈਏ ਸੱਚੇ ਦਿਲ ਨਾਲ ਗਾਈਏ ਔਰ ਕਦੇ ਵੀ ਕੁਝ ਗਲਤ ਨਾ ਬੋਲੀਏ ਦਾਸਨ ਦਾਸ ਮੀਤ ਖਾ ਕਾਰਜ ਸੁਣਾਏ ਜੀ ਸ਼ਾਸਤ ਨਾਮ ਜੀ ਦਿਲੇ ਜਿਗਰ ਸਮਾਏ ਜੀ ਦਾਤਾ ਤੇਰਾ ਨਾਮ ਹਮੇਸ਼ਾ ਰਹੇ ਗੂੰਜਦਾ ਜਪਣਾ ਸੱਚਾ ਨਾਮ ਬੰਦੇ ਦੁਨੀਆਂ ਦੇ ਸਭ ਜੀ ਇਸ ਬਾਰੇ ਲਿਖਿਆ ਦੱਸਿਆ ਹੈ ਗੁਰਸਿੱਖ ਦੇ ਬੁੱਲਾਂ ਤੇ ਹਰਦਮ ਆਪਣੇ ਗੁਰ ਦੀ ਕਹਾਣੀ ਰਹੇ ਪਿਆਰ ਦਿਲਾਂ ਵਿੱਚ ਨਾਮ ਜ਼ੁਬਾਨ ਤੇ ਇਹਦੀ ਇਹ ਜ਼ਿੰਦਗਾਨੀ ਰਹੇ ਗੁਰਸਿੱਖ ਗੁਰੂ ਦੀ ਅੱਖ ਨਾਲ ਦੇਖੇ ਗੁਰੂ ਦੇ ਕੰਨ ਨਾਲ ਸੁਣਦਾ ਏ ਗੁਰਸਿੱਖ ਗਿਆਨ ਸਰੋਵਰ ਵਿੱਚੋਂ ਹੀਰੇ ਮੋਤੀ ਚੁਣਦਾ ਏ ਗੁਰ ਦੀ ਮੂਰਤ ਮਨ ਵਿੱਚ ਵਸੇ ਦਿਲ ਵਿੱਚ ਪਰਉਪਕਾਰ ਰਹੇ ਹਰ ਵੇਲੇ ਹਰ ਹਾਲ ਦੇ ਅੰਦਰ ਜੁੜੀ ਗੁਰੂ ਦੇ ਨਾਲ ਤਾਰ ਰਹੇ ਸਿੱਖ ਗੁਰੂ ਦਾ ਤੱਕ ਮਾਇਆ ਨੂੰ ਹਰ ਗੱਟ ਪੱਲਾ ਖਾਏ ਨਾ ਸੱਚੇ ਮੋਸ਼ ਦੇ ਕਾਮਿਲ ਸ਼ਾਸਤਰ ਰਾਮ ਜੀ ਮਹਾਰਾਜ ਦੀ ਇਹ ਸ਼ੇਰ ਹਨ ਹਾਂਜੀ ਸਿੱਖ ਗੁਰੂ ਦਾ ਤੱਕ ਮਾਇਆ ਨੂੰ ਹਰ ਗੱਟ ਪੱਲਾ ਖਾਏ ਨਾ ਸੰਤ ਕਹੇ ਸਿੱਖ ਸਤਿਗੁਰ ਬਾਝੋਂ ਕਿਸੇ ਨੂੰ ਲੇਖੇ ਲਾਏ ਨਾ ਸਤਿਗੁਰ ਮੁਰਸ਼ਦ ਕਾਮਿਲ ਜਿਸ ਨੂੰ ਮਿਲ ਜਾਂਦਾ ਹੈ ਦਾਤਾ ਰਹਿਬਰ ਨੇ ਫਰਮਾਇਆ ਕਿ ਜੋ ਸਤਿਗੁਰ ਦੇ ਹੋ ਜਾਂਦੇ ਹਨ ਮੁਰਸ਼ਦ ਦੇ ਹੋ ਜਾਂਦੇ ਹਨ ਉਹਨਾਂ ਨੂੰ ਅੰਦਰ ਬਾਹਰ ਕਿਸੇ ਚੀਜ਼ ਦੀ ਕਮੀ ਕਦੇ ਨਹੀਂ ਹੋ ਸਤਾਉਂਦੀ ਸਾਰੀ ਤ੍ਰਿਲੋਕੀ ਦੀ ਦੌਲਤ ਇੱਕ ਪਾਸੇ ਔਰ ਆਪਣਾ ਸਤਿਗੁਰ ਮੁਰਸ਼ਦ ਇੱਕ ਪਾਸੇ ਦਾਤਾ ਰਹਿਬਰ ਨੇ ਵਚਨ ਕੀਤੇ ਹਨ ਸਾਰੀ ਦੁਨੀਆਂ ਇੱਕ ਪਾਸੇ ਮੇਰਾ ਸਤਿਗੁਰ ਪਿਆਰਾ ਇੱਕ ਪਾਸੇ ਜੋ ਸੱਚੇ ਦਿਲ ਨਾਲ ਮੰਨ ਲੈਂਦਾ ਹੈ ਫਿਰ ਸੱਜਣੋ ਅੰਦਰ ਬਾਹਰ ਭੰਡਾਰੇ
ਭਰੇ ਰਹਿੰਦੇ ਹਨ। ਕਿਸੇ ਚੀਜ਼ ਦੀ ਕਮੀ ਕਦੇ ਸਤਿਗੁਰ ਆਉਣ ਹੀ ਨਹੀਂ ਦਿੰਦਾ, ਪਰ ਉਹਦੇ ਅੱਗੇ ਡੁਪਲੀਕੇਟ ਡਰਾਮੇ ਨਹੀਂ ਹੋ ਚੱਲਦੇ। ਐਡਾ ਭੋਲਾ ਖਸਮ ਨਹੀਂ ਜਿਹੜਾ ਮਗਰ ਚਲਿੱਤਰ ਨਾ ਜਾਣੇ, ਇਹਦੇ ਘਰ ਵਿੱਚ ਉਹੀ ਉਹ ਬਸ ਸਕਦੀ ਜਿਹੜੀ ਸਭ ਚਤੁਰਾਈਆਂ ਭੁੱਲ ਜਾਵੇ। ਉਹ ਵਾਹਿਗੁਰੂ, ਉਹ ਅੱਲਾਹ, ਉਹ ਰਾਮ, ਉਹ ਸਤਿਗੁਰ ਐਡਾ ਭੋਲਾ ਨਹੀਂ ਜਿਹੜਾ ਚਲਾਕੀਆਂ ਨਾ ਜਾਣੇ ਤੁਹਾਡੀਆਂ, ਕਿਉਂਕਿ ਤੁਹਾਡੇ ਵਰਗੇ ਅਰਬਾਂ ਖਰਬਾਂ ਦਿਮਾਗ ਉਸ ਪਰਮਾਤਮਾ ਨੇ ਬਣਾਏ ਹਨ। ਇਸ ਦਿਮਾਗ ਨਾਲ ਤੁਸੀਂ ਉਹਨੂੰ ਧੋਖਾ ਨਹੀਂ ਦੇ ਸਕਦੇ, ਵਾਹਿਗੁਰੂ ਨੂੰ, ਅੱਲਾਹ ਰਾਮ ਗੌਡ ਈਸ਼ਵਰ ਨੂੰ। ਸੋ ਦੀਨਤਾ ਨਮਰਤਾ ਨਾਲ, ਸੱਚੀ ਭਾਵਨਾ ਨਾਲ ਉਸਨੂੰ ਮੰਨੋ, ਉਸਦੇ ਲਈ ਪ੍ਰਾਰਥਨਾ ਕਰੋ, ਤੁਹਾਡੀ ਸੁਣੇਗਾ ਔਰ ਤੁਹਾਡੇ ਗਮ ਦੁੱਖ ਦਰਦ ਚਿੰਤਾਵਾਂ ਨੂੰ ਦੂਰ ਕਰ ਦੇਵੇਗਾ। ਸੋ ਇਸ ਲਈ ਮਾਲਕ ਨੂੰ ਪਾਉਣ ਲਈ, ਉਹਦੀਆਂ ਖੁਸ਼ੀਆਂ ਹਾਸਲ ਕਰਨ ਲਈ ਤੁਸੀਂ ਉਹਦਾ ਨਾਮ ਜਪੋ, ਸਿਮਰ ਕਰੋ, ਤਾਂ ਮਾਲਕ ਜ਼ਰੂਰ ਖੁਸ਼ੀਆਂ ਬਖਸ਼ ਦਿੰਦਾ ਹੈ। ਔਰ ਦਾਤਾ ਤੇਰਾ ਨਾਮ ਹਮੇਸ਼ਾ ਰਹੇ ਗੂੰਜਦਾ, ਜਪਣ ਸੱਚਾ ਨਾਮ ਬੰਦੇ ਦੁਨੀਆਂ ਦੇ ਸਭ ਜੀ। ਹੇ ਮਾਲਕਾ, ਹੇ ਪਰਮਾਤਮਾ, ਹੇ ਅੱਲਾ, ਹੇ ਵਾਹਿਗੁਰੂ, ਹੇ ਰਾਮ, ਤੇਰਾ ਨਾਮ ਦੁਨੀਆਂ ਦਾ ਹਰ ਬੰਦਾ ਜਪਣ ਲੱਗ ਜਾਵੇ, ਤੇਰੇ ਨਾਮ ਨਾਲ ਜੁੜ ਜਾਵੇ, ਤੇ ਇਸ ਧਰਤੀ ਤੋਂ ਗਮ ਦੁੱਖ ਦਰਦ ਚਿੰਤਾ ਪਰੇਸ਼ਾਨੀਆਂ ਖੰਭ ਲਾ ਕੇ ਉੱਡ ਜਾਣ, ਦਲਿੱਦਰਤਾ ਦੂਰ ਹੋ ਜਾਵੇ, ਲੜਾਈ ਝਗੜੇ ਨਫ਼ਰਤਾਂ ਖਤਮ ਹੋ ਜਾਣ, ਆਪਸ ਚ ਪਿਆਰ ਮੁਹੱਬਤ ਦਾ ਮਾਹੌਲ ਬਣੇ, ਇਸ ਧਰਤੀ ਤੇ ਪਿਆਰ ਮੁਹੱਬਤ ਦੀ ਗੰਗਾ ਵਹਿਣ ਲੱਗ ਜਾਵੇ। ਸੋ ਪਿਆਰੀ ਸਤਸੰਗ ਜੀਓ, ਬਹੁਤ ਹੀ ਪਿਆਰ ਨਾਲ ਸਜਿਓ ਤੁਸੀਂ ਨਾਮ ਵਾਲਾ। ਅਗਰ ਕੋਈ ਬਹੁਤ ਪਿੱਛੇ ਬੈਠਾ ਤਾਂ ਅੱਗੇ ਆ ਜਾਓ। ਕੁਝ ਪਰਿਵਾਰ ਸ਼ਾਦੀ ਵਾਲੇ ਆਏ ਹਨ, ਸੋ ਵਿਆਹ ਸ਼ਾਦੀ ਵਾਲੇ ਪਰਿਵਾਰ ਆਉਣਗੇ ਸਾਹਮਣੇ, ਤੁਸੀਂ ਸਜੇ ਰਹਿਣਾ, ਖੜੇ ਨਹੀਂ ਹੋਣਾ, ਥੋੜ੍ਹਾ ਜਿਹਾ ਸਮਾਂ ਲਵਾਂਗੇ ਤੁਹਾਡਾ। ਹਾਂ, ਜੋ ਖੜੇ ਹੋ ਰਹੇ ਹੋ, ਬੇਨਤੀ ਹੈ ਆਸ ਪਾਸ ਵਾਲੀ ਸੰਗਤ ਬਿਠਾ ਲਓ, ਖੜੇ ਨਾ ਹੋ ਬਈ, ਕੋਈ ਵੀ ਬੈਠੇ ਰਹੋ ਆਪਣੀ ਜਗ੍ਹਾ ਤੇ ਆਰਾਮ ਨਾਲ। ਔਰ ਭੈਣੋ, ਖਾਸ ਕਰਕੇ ਤੁਸੀਂ ਧਿਆਨ ਦੇਣਾ ਹੈ, ਖੜੇ ਨਹੀਂ ਹੋਣਾ। ਸੋ ਵਿਆਹ ਸ਼ਾਦੀ ਵਾਲੇ ਪਹਿਲੇ ਪਰਿਵਾਰ ਦੀ ਦੁਖੀਆਂ ਦੇ ਮਦ ਚ ਬੈਂਕ ਚ 12,770 ਰੁਪਏ ਬੈਂਕ ਚ ਜਮ੍ਹਾਂ ਕਰਵਾਉਂਦੀਆਂ ਨੇ ਆਸ਼ੀਰਵਾਦ। ਮਰਨ ਉਪਰੰਤ ਨੇਤਰਦਾਨ 4 ਔਰ ਸਰੀਰਦਾਨ 4 ਮੈਂਬਰ ਪਰਨ ਕਰ, ਦੋਨੋਂ ਦਾਨ ਮਹਾਦਾਨ ਆਸ਼ੀਰਵਾਦ। ਲੜਕੇ ਦਾ ਨਾਂ ਤਰਸੇਮ ਇੰਸਾ, ਪੁੱਤਰ ਰਘਵੀਰ ਇੰਸਾ ਜੀ ਦਾ, ਨਿਵਾਸੀ ਸੀਵਨ, ਜ਼ਿਲ੍ਹਾ ਕੈਥਲ, ਹਰਿਆਣਾ। ਲੜਕੀ ਦਾ ਨਾਂ ਅੰਜੂ ਇੰਸਾ, ਪੁੱਤਰੀ ਮਹਿੰਦਰ ਇੰਸਾ ਜੀ, ਨਿਵਾਸੀ ਪਿੰਜੂਪੁਰਾ, ਜ਼ਿਲ੍ਹਾ ਕੈਥਲ, ਹਰਿਆਣਾ। ਲੜਕਾ ਲੜਕੀ ਆਪਸ ਮੇਂ ਦਿਲ ਜੋੜ ਮਾਂ ਡਾਲੇ ਜੀ। ਕਿਵੇਂ ਸਾਜ ਬੰਦ ਹੋ ਗਏ ਤੁਹਾਡੇ? ਔਰ ਇਹ ਦੋਨੋਂ ਬੱਚੇ ਸ਼ਾਸਤਰਾਂ ਦੀ ਮਿਊਨਿਸਪਲ ਫੋਰਸ ਵਿੰਗ ਦੇ ਮੈਂਬਰ ਹੈ ਜੀ। ਤੁਸੀਂ ਵਰਦੀ ਕੋ ਤੋਹਫਾ ਸਮਝ ਕੇ ਪਹਿਣਾ। ਅਸ਼ਵਾ ਬੇਟਾ, ਅਸ਼ਵਾ ਮਾਤਾ ਭੈਣੋ, ਤੈਨੂੰ ਬਹਿਣ ਦਾ ਕਿਹਾ ਸੀ, ਆ ਬੈਠਣਾ, ਬੈਠੋ ਨੀਚੇ, ਉਹ ਬਹਿ ਜਾਓ, ਅਜੇ ਵੀ ਐ ਹੱਥ ਜੀ ਮਲੀ ਜਾਂਦੇ, ਬੈਠੀਏ ਕਿ ਨਾ, ਬੈਠ ਜਾਓ। ਅਏ ਮਾਤਾ, ਉਹ ਵੀ ਕਿਉਂ ਕਰੀਏ, ਬੈਠ ਜਾਓ ਨੀਚੇ। ਹਾਂ, ਥਾਨੇ ਹੀ ਕਵਾਂ ਜੋ ਪੱਲਾ ਸਾ ਸਵਾਰ ਰਿਹਾ, ਉਹ ਬੈਠ ਜਾਓ ਆਰਾਮ ਸੇ। ਔਰ ਭਾਈ ਲੋ ਵੀ ਬਹਿ ਜਾਓ, ਤੁਹਾਨੂੰ ਭੈਣਾਂ ਕਹੀਏ ਕਿ ਬਹਿ ਜਾਓ ਨੀਚੇ ਬੇਟਾ, ਨੌਜਵਾਨੋ। ਔਰ ਇਹ ਸ਼ਾਦੀ ਪਹਿਲਾਂ ਤੈਅ ਹੁੰਦੀ ਹੈ, ਕਿਤੇ ਤੁਸੀਂ ਸੋਚੋ ਵੀ ਆਪਾਂ ਖੜੇ ਹੋ ਗਏ, ਆਪਣੀ ਵੀ ਕਿਤੇ ਕਰ ਦੇਣਗੇ, ਇੱਦਾਂ ਦੀ ਗੱਲ ਨਹੀਂ ਹੈ। ਇਹ ਸ਼ਾਦੀਆਂ ਪਹਿਲਾਂ ਤੈਅ ਹੁੰਦੀਆਂ ਹਨ, ਫਿਰ ਪਰਿਵਾਰ ਇੱਥੇ ਆਉਂਦੇ ਹਨ, ਫਿਰ ਹਾਰ ਪਾਏ ਜਾਂਦੇ ਹਨ, ਤੁਸੀਂ ਕਿਤੇ ਭੁਲੇਖੇ 'ਚੋਂ। ਸੋ ਬੈਠ ਜਾਓ ਸਾਰੇ, ਮਾਤਾ ਭੈਣੋ ਬਹਿ ਜਾਓ ਜੋ ਖੜੇ ਹੋ ਅਜੇ ਵੀ। ਦੂਸਰੇ ਪਰਿਵਾਰ ਸ਼ਾਦੀ ਵਾਲੇ ਦੀ ਦੁਖੀਆਂ ਮਦਦ 'ਚ ਬੈਂਕ 'ਚ 2600 ਰੁਪਏ ਜਮ੍ਹਾਂ ਕਰਵਾਉਂਦੇ ਆਸ਼ੀਰਵਾਦ। ਔਰ ਮਰਨ ਉਪਰੰਤ ਨੇਤਰਦਾਨ ਦਾ ਪਰਨ 2 ਔਰ ਸਰੀਰਦਾਨ ਦਾ 2 ਮੈਂਬਰ ਪਰਨ ਕਰ, ਦੋਨੋਂ ਦਾਨ ਮਹਾਦਾਨ ਆਸ਼ੀਰਵਾਦ।
ਲੜਕੇ ਦਾ ਨਾਂ ਜਗਰਾਜ ਇਨਸਾ, ਪੁੱਤਰ ਬਲਦੇਵ ਸਿੰਘ ਇਨਸਾ ਜੀ ਦਾ ਨਿਵਾਸੀ ਜਲਾਲਾਬਾਦ ਪੂਰਬੀ ਜ਼ਿਲ੍ਹਾ ਮੋਗਾ ਪੰਜਾਬ। ਲੜਕੀ ਦਾ ਨਾਂ ਕੁਲਜੀਤ ਇਨਸਾ, ਪੁੱਤਰੀ ਗੁਰਮੇਲ ਸਿੰਘ ਜੀ ਦੀ ਨਿਵਾਸੀ ਮੋਗਾ ਜ਼ਿਲ੍ਹਾ ਮੋਗਾ ਪੰਜਾਬ। ਲੜਕਾ ਲੜਕੀ ਆਵੀ ਦੀ ਦਿਲ ਜੋੜ ਮਾਲਾ ਪਾਓ ਜੀ। ਔਰ ਇਹ ਨੌਜਵਾਨ ਅਮਿਤ ਸ਼ਾਹ ਸਮਝ ਕੇ ਸਪੈਲਵਰ ਵੋਟਸ ਵਿੰਗ ਦਾ ਮੈਂਬਰ ਹੈ ਜੀ, ਉਸੇ ਵਰਦੀ ਨੂੰ ਤੋਹਫਾ ਸਮਝ ਕੇ ਪਹਿਨਾ। ਸੋ ਆਸ਼ੀਰਵਾਦ ਬੇਟਾ, ਆਸ਼ੀਰਵਾਦ, ਆਸ਼ੀਰਵਾਦ, ਆਸ਼ੀਰਵਾਦ ਬੇਟਾ। ਸ਼ਾਦੀ ਵਾਲੇ ਅਗਲੇ ਪਰਿਵਾਰ ਦਿਨ ਦੁਖੀਆਂ ਮਦਦ ਚ ਬੈਂਕ 7770 ਰੁਪਏ ਜਮ੍ਹਾਂ ਕਰਵਾਉਂਦੇ। ਆਸ਼ੀਰਵਾਦ ਮਰਨ ਉਪਰਾਂਤ ਨੇਤਰ ਦਾਨ 5 ਔਰ ਸਰੀਰ ਦਾਨ 5 ਮੈਂਬਰ ਪਰਨ ਕਰਨ, ਦੋਨੋਂ ਦਾਨ ਮਹਾਦਾਨ, ਆਸ਼ੀਰਵਾਦ। ਲੜਕੀ ਦਾ ਨਾਂ ਸੁਖਵਿੰਦਰ ਇਨਸਾ, ਪੁੱਤਰ ਗੁਰਜਨ ਸਿੰਘ ਜੀ ਦਾ ਨਿਵਾਸੀ ਕਰਮਗੜ੍ਹ ਜ਼ਿਲ੍ਹਾ ਮੁਕਤਸਰ। ਲੜਕੀ ਦਾ ਨਾਂ ਮਨਦੀਪ ਇਨਸਾ, ਪੁੱਤਰੀ ਹਰਮੇਸ਼ ਇਨਸਾ ਜੀ ਦੀ ਨਿਵਾਸੀ ਕੋਟ ਭਾਈ ਜ਼ਿਲ੍ਹਾ ਮੁਕਤਸਰ ਪੰਜਾਬ। ਲੜਕਾ ਲੜਕੀ ਆਵੀ ਦੀ ਦਿਲ ਜੋੜ ਮਾਲਾ ਪਾਓ ਜੀ। ਸ਼ਾਦੀ ਵਾਲੇ ਅਗਲੇ ਪਰਿਵਾਰ ਦੀਨ ਦੁਖੀਆਂ ਮੱਚ ਬੈਂਕ ਚ 7770 ਰੁਪਏ ਜਮ੍ਹਾਂ ਕਰਵਾਉਂਦੇ। ਆਸ਼ੀਰਵਾਦ ਮਰਨ ਉਪਰਾਂਤ ਨੇਤਰਦਾਨ 7 ਔਰ ਸਰੀਰਦਾਨ 7 ਮੈਂਬਰ ਪਰਨ ਕਰਨ, ਦੋਨੋਂ ਦਾਨ ਮਹਾਦਾਨ, ਆਸ਼ੀਰਵਾਦ। ਲੜਕੇ ਦਾ ਨਾਂ ਰਾਕੇਸ਼ ਇਨਸਾ, ਪੁੱਤਰ ਕਰਨ ਸਿੰਘ ਇਨਸਾ ਜੀ ਦੇ ਨਿਵਾਸੀ ਫਤਿਹਪੁਰ ਜ਼ਿਲ੍ਹਾ ਕੈਥਲ ਹਰਿਆਣਾ। ਲੜਕੀ ਦਾ ਨਾਂ ਰੀਤੂ ਇਨਸਾ, ਪੁੱਤਰੀ ਸਤਵੀਰ ਜੀ ਦੀ ਨਿਵਾਸੀ ਡੂੰਗਰ ਖਾਂ ਕਲਾਂ ਜ਼ਿਲ੍ਹਾ ਜੀਂਦ ਹਰਿਆਣਾ। ਲੜਕਾ ਲੜਕੀ ਆਵੀ ਦੀ ਦਿਲ ਜੋੜ ਮਾਲਾ ਪਾਓ ਜੀ। ਲੈ ਭੈਣੋ ਹੁਣ ਬਹਿ ਜਾਓ, ਹੋ ਗਈਆਂ ਸ਼ਾਦੀਆਂ, ਬੈਠ ਜਾਓ। ਮੈਂ ਕੌਣ ਅੱਗੇ ਉਹ ਹੈ, ਬਹਿ ਜਾਓ ਬੇਟਾ, ਬਹਿ ਜਾਓ। ਸ਼ਾਦੀ ਵਾਲਿਆਂ ਦੀਆਂ ਸ਼ਾਦੀਆਂ ਹੋ ਗਈਆਂ, ਤੁਸੀਂ ਵਚਨ ਨਹੀਂ ਮੰਨਿਆ, ਖੁਸ਼ੀਆਂ ਤੁਹਾਡੀਆਂ ਚਲੀਆਂ ਗਈਆਂ। ਫਕੀਰਾਂ ਦਾ ਵਚਨ ਹੁੰਦਾ, ਜਿਨ੍ਹਾਂ ਨੇ ਮੰਨ ਲਿਆ, ਭਾਈ ਭੈਣਾਂ ਨੇ ਖੁਸ਼ੀਆਂ ਖੁਸ਼ੀਆਂ, ਜੋ ਨਹੀਂ ਮੰਨਦੇ ਉਹਨਾਂ 'ਚ ਕਮੀ ਆ ਜਾਂਦੀ ਹੈ। ਫਿਰ ਮਰਜ਼ੀ ਤੁਹਾਡੀ, ਮੰਨੋ ਨਾ ਮੰਨੋ। ਸੋ ਹੁਣ ਤਾਂ ਬਹਿ ਜਾਓ ਘੱਟੋ ਘੱਟ। ਹੁਣ ਤਾਂ ਸ਼ਾਦੀਆਂ ਹੋ ਗਈਆਂ, ਬੀਬੀਆਂ ਤੋਂ ਰਿਹਾ ਨਹੀਂ ਨਾ ਜਾਂਦਾ, ਫਲਾਨੀ ਕਾਲੀ ਹੈ, ਫਲਾਨਾ ਕੌੜਾ ਹੈ, ਵੀ ਤੁਸੀਂ ਕੀ ਲੈਣਾ। ਉਹ ਲੰਮਾ ਹੈ, ਉਹ ਛੋਟਾ ਹੈ, ਉਹਨਾਂ ਨੇ ਬਲ ਡੂੰਡਿਆ, ਉਹਨਾਂ ਨੇ ਮਨਜ਼ੂਰ ਕਰਿਆ, ਤੁਹਾਡੇ ਜ਼ੋਰ ਲਾਉਣ ਨਾਲ ਤਾਂ ਕੁਛ ਹੋਣ ਨਹੀਂ ਲੱਗਿਆ। ਸੋ ਬਹਿ ਜਾ ਕਰੋ ਬੀਬਾ, ਸਿਆਣੇ ਬਣ ਕੇ ਖੁਸ਼ੀਆਂ ਪੂਰੀਆਂ ਲਿਆ ਕਰੋ। ਬੈਠੇ ਰਹਿੰਦੇ ਹੋ ਤਾਂ ਖੁਸ਼ੀਆਂ ਪੂਰੀਆਂ ਮਿਲਦੀਆਂ। ਫਕੀਰ ਦਾ ਤਾਂ ਕਹਿਣਾ ਹੈ, ਮੰਨਣਾ ਮੰਨਣਾ ਤੁਹਾਡੀ ਮਰਜ਼ੀ ਜੀ। ਸਾਧ ਸੰਗਤ ਟੋਰੋਂਟੋ ਕੈਨੇਡਾ, ਲਾਈਵ ਮੈਸੇਜ। ਪਿਆਰੇ ਪਿਤਾ ਜੀ, ਆਪ ਜੀ ਦੀ ਅਪਾਰ ਦੀ ਅਮੇਦ ਅਹਿਮਤ ਨਾਲ ਟੋਰੋਂਟੋ ਦੀ ਸਾਧ ਸੰਗਤ ਨੇ ਆਸ਼ਰਮ ਦੇ ਸਹਿਯੋਗ ਨਾਲ ਪਾਵਨ ਜਨਵਰੀ ਮਹੀਨੇ 'ਚ ਡੇਰਾ ਬਣਾ ਲਿਆ ਹੈ ਜੀ। ਸੋ ਬਹੁਤ ਬਹੁਤ ਆਸ਼ੀਰਵਾਦ। ਵਿਦੇਸ਼ਾਂ 'ਚ ਦੂਜਾ ਡੇਰਾ ਬਣਿਆ ਹੈ ਜੀ, ਪਹਿਲਾਂ ਅਮਰੀਕਾ 'ਚ, ਹੁਣ ਕੈਨੇਡਾ 'ਚ। ਔਰ ਆਸ਼ਰਮ ਦੀਆਂ ਚਾਬੀਆਂ 'ਤੇ ਦ੍ਰਿਸ਼ਟੀ ਪਵਾਉਣਾ ਚਾਹੁੰਦੇ ਹਾਂ ਔਰ ਨਾਮਕਰਨ ਕਰਨਾ ਕਰਵਾਉਣਾ ਚਾਹੁੰਦੇ ਹਾਂ। ਇਸ ਖੁਸ਼ੀ ਸਾਧ ਸੰਗਤ ਨੇ ਹਲਵਾ ਬਣਾਇਆ, ਪ੍ਰਸ਼ਾਦ ਬਣਾ ਦਿਓ ਜੀ। ਸਾਰੀ ਸਾਧ ਸੰਗਤ ਇਸੇ ਤਰ੍ਹਾਂ ਸੇਵਾ ਸੁਮਨ ਕਰਦੇ, ਪ੍ਰਮਾਣ ਕਰਨ ਦਾ ਅਸ਼ੀਰਵਾਦ ਚਾਹੁੰਦੇ ਹਾਂ।
ਚਰਨ ਟਿਕਾਉਣ ਦੀ ਅਰਜ਼ ਕਰਦੇ ਹਾਂ ਜੀ। ਬੇਟਾ ਤੁਸੀਂ ਸਾਰੇ ਬੈਠੇ, ਪੂਰੇ ਤਾਂ ਨਜ਼ਰ ਨਹੀਂ ਆ ਰਹੇ ਕਿਉਂਕਿ ਤੁਹਾਡੇ ਸ਼ਾਇਦ ਉੱਥੇ ਲਾਈਟ ਨਹੀਂ ਹੈ। ਹਾਂ, ਹੁਣ ਨਜ਼ਰ ਆ ਰਹੇ ਹੋ ਸਾਧ ਸੰਗਤ, ਔਰ ਚਾਬੀਆਂ ਵੀ ਨਜ਼ਰ ਆ ਰਹੀਆਂ ਹਨ ਡੇਰੇ ਦੀਆਂ। ਸੋ ਆਸ਼ੀਰਵਾਦ ਬੇਟਾ ਸਾਰਿਆਂ ਲਈ ਡੇਰਾ ਸੁੱਖ ਦੇਣ ਵਾਲਾ ਹੋਵੇ, ਔਰ ਜੋ ਵੀ ਕੋਈ ਆਏ ਉਹ ਪਰਮਾਤਮਾ ਦੇ ਨਾਲ ਨਾਲ ਜ਼ਰੂਰ ਜੁੜੇ। ਮਾਲਕ ਅੱਗੇ ਦੁਆ ਹੈ, ਸੋ ਆਸ਼ੀਰਵਾਦ ਬਚਨਾ ਦੇ ਰਹੇਗੀ, ਉੱਥੇ ਸੇਵਾ ਕਰਿਓ ਔਰ ਆਸ਼ੀਰਵਾਦ ਬੇਟਾ ਪ੍ਰਸ਼ਾਦ ਲੈ ਲਿਓ। ਸੇਵਾ ਸੁਣ 'ਚ ਮਨ ਲੱਗੇ, ਮਾਲਕ ਨਾਲ ਪੈਰਾਂ ਵਧੇ, ਬਹੁਤ ਆਸ਼ੀਰਵਾਦ। ਵਿਦੇਸ਼ਾਂ ਸਾਧ ਸੰਗਤ ਬੈਠੀ, ਕੈਨੇਡਾ, ਇਟਲੀ, ਅਮਰੀਕਾ, UAE, ਆਸਟ੍ਰੇਲੀਆ, ਜਰਮਨੀ, ਫਿਲੀਪਾਈਨਸ, UK, ਇੰਗਲੈਂਡ, ਚਾਈਨਾ, ਨਿਊਜ਼ੀਲੈਂਡ, ਹਾਂਗਕਾਂਗ, ਸਿੰਗਾਪੁਰ, ਮਲੇਸ਼ੀਆ, ਅਰਮੇਨੀਆ, ਕਤਰ, ਸਾਊਥ ਅਫਰੀਕਾ, ਸਪੇਨ, ਸਵੀਡਨ, ਬੈਲਜੀਅਮ, ਸਾਈਪਰਸ, ਆਸਟ੍ਰੀਆ, ਜਪਾਨ, ਕੁਵੈਤ, ਬਹਿਰੀਨ, ਸਾਊਦੀ ਅਰਬ, ਓਮਾਨ, ਨਾਈਜੀਰੀਆ, ਫਰਾਂਸ, ਪੁਰਤਗਾਲ, ਸਾਊਥ ਕੋਰੀਆ ਔਰ ਨੇਪਾਲ। ਭਾਰਤ 'ਚ ਹਰਿਆਣਾ, ਪੰਜਾਬ, ਰਾਜਸਥਾਨ, ਯੂਪੀ, ਦਿੱਲੀ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਛੱਤੀਸਗੜ੍ਹ, ਉੱਤਰਾਖੰਡ, ਗੁਜਰਾਤ, ਆਂਧਰਾ ਪ੍ਰਦੇਸ਼, ਕਰਨਾਟਕਾ, ਕੇਰਲਾ, ਮਹਾਰਾਸ਼ਟਰ, ਤਮਿਲਨਾਡੂ, ਜੰਮੂ ਕਸ਼ਮੀਰ, ਉੜੀਸਾ, ਬਿਹਾਰ, ਝਾਰਖੰਡ, ਗੋਆ, ਪੱਛਮੀ ਬੰਗਾਲ, ਨਾਗਾਲੈਂਡ, ਸਭ ਜਗ੍ਹਾ ਸਾਧ ਸੰਗਤ ਬੈਠੀ। ਸੋ ਸਾਰਿਆਂ ਨੂੰ ਬਹੁਤ ਬਹੁਤ ਆਸ਼ੀਰਵਾਦ, ਮਾਲਕ ਖੁਸ਼ੀ, ਤੁਹਾਨੂੰ ਨਾਮ ਦਿੱਤਾ ਜਾਏਗਾ। ਔਰ ਨਾਮ ਤੋਂ ਬਾਅਦ ਜੋ ਜਾਮ ਪੀਣੇ ਵਾਲੀ ਸਾਧ ਸੰਗਤ ਹੈ ਜਿਨ੍ਹਾਂ ਨੇ ਫਾਰਮ ਭਰ ਲਏ ਹਨ, ਸੋ ਇੱਥੇ ਬੈਠਣਾ ਹੈ, ਤੁਹਾਨੂੰ ਸੇਵਾਦਾਰ ਦੱਸਣਗੇ, ਥੋੜ੍ਹੀ ਦੇਰ ਬਾਅਦ ਤੁਹਾਨੂੰ ਨਾਮ ਦਿੰਦੇ ਹਨ, ਉਸ ਤੋਂ ਥੋੜ੍ਹੀ ਦੇਰ ਬਾਅਦ ਜਾਮ ਔਰ ਨਾਲ ਲੰਗਰ ਵੀ ਖਿਲਾਇਆ ਜਾਏਗਾ। ਜਿਨ੍ਹਾਂ ਨੇ ਨਾਮ ਲੈ ਰੱਖਿਆ ਥੋੜ੍ਹਾ ਜਾ ਕੇ ਪਿੱਛੇ ਬੈਠਣਾ ਹੈ ਔਰ ਲਾਂਗਰੀਆਂ ਨੇ ਉਹਨਾਂ ਨੂੰ ਲੰਗਰ ਛਕਾ ਦੇਣਾ ਹੈ ਜੀ। ਨਾਮ ਵਾਲੇ ਜੋ ਹਨ, ਨਾਮ ਲੈਣਾ ਹੈ, ਪ੍ਰਸ਼ਾਦ, ਫਿਰ ਲੰਗਰ ਔਰ ਪ੍ਰਸ਼ਾਦ ਤੁਹਾਨੂੰ ਦਿੱਤਾ ਜਾਏਗਾ। ਸੋ ਜੋ ਵੀ ਸਾਧ ਸੰਗਤ ਆਈ ਹੈ, ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ, ਖੁਸ਼ਾਮਦੀਦ ਕਹਿੰਦੇ ਹਾਂ, ਮੋਸਟ ਵੈਲਕਮ। ਹੁਣ ਥੋੜ੍ਹਾ ਸਮਾਂ ਸਜ ਰਿਹਾ, ਉਸ ਤੋਂ ਬਾਅਦ ਜਿੱਦਾਂ ਤੁਹਾਡਾ ਖਿਆਲ ਜਾਣ ਦਾ ਸਮੇਂ ਅਨੁਸਾਰ ਜਾ ਸਕਦੇ ਰਹਿਣ ਦਾ, ਜਿੱਦਾਂ ਸੇਵਾਦਾਰ ਭਾਈ ਦੱਸਣ ਰਹਿਣਾ, ਆਰਾਮ ਕਰਨਾ, ਸੇਵਾ ਕਰਨਾ ਹੈ। ਔਰ ਜਦ ਤੱਕ ਤੁਸੀਂ ਘਰ ਨਹੀਂ ਪਹੁੰਚਦੇ, ਸਤਿਗੁਰੂ ਮੌਲਾ ਅੱਗੇ ਇਹੀ ਪ੍ਰਾਰਥਨਾ ਹੈ, ਭੰਡਾਰਿਆਂ ਤੋਂ ਵੱਧ ਕੇ ਤੁਹਾਡੇ ਝੋਲੀਆਂ 'ਚ ਖੁਸ਼ੀਆਂ ਆਉਂਦੀਆਂ ਰਹਿਣ ਜੀ। ਬਹੁਤ ਬਹੁਤ ਆਸ਼ੀਰਵਾਦ, ਆਰਾਮ ਨਾਲ ਜਾਣਾ ਹੁੰਦਾ, ਸੋ 1-2 ਮਿੰਟ ਬੈਠੇ ਰਹਿਣਾ ਹੈ, ਸਜ ਰਹਿਣਾ ਹੈ ਜੀ। ਧੰਨ ਧੰਨ ਸਤਿਗੁਰੂ, ਤੇਰਾ ਹੀ ਆਸਰਾ। ਧਿਆਨ ਸੇ ਸੁਣੇ, ਜੋ ਗੁਰਮੰਤਰ ਲੈਣੇ ਕੇ ਲਈ ਬਹਿਣ ਭਾਈ ਪਹਿਲੀ ਵਾਰ ਆਏ ਹੈ, ਆਪ ਅੱਗੇ ਬੈਠੇ ਹੈ, ਆਪਣੇ ਇਧਰ ਹੀ ਬੈਠੇ ਰਹਿਣਾ ਹੈ। ਜੋ ਕੋਈ ਪਿੱਛੇ ਹੈ, ਜੋ ਸੇਵਾਦਾਰ ਭਾਈਓ ਨੇ ਕਨਾਤੇ ਲਗਾਉਣੀ ਸ਼ੁਰੂ ਕਰਦੀ ਹੈ, ਉਸਕੇ ਅੰਦਰ ਆ ਜਾਏ। ਔਰ ਜਿਨ੍ਹਾਂ ਨੇ ਸੱਚਾ ਸੌਦਾ ਸੇ ਪਹਿਲੇ ਗੁਰਮੰਤਰ ਲੈ ਰੱਖਾ ਹੈ, ਵੋ ਇਨ ਕ੍ਰਾਂਤੋ ਸੇ ਏਕ ਵਾਰ ਬਾਹਰ ਚਲੇ ਜਾਣਾ ਹੈ ਆਪਣੇ। ਜਿਨ੍ਹਾਂ ਨੇ ਪਹਿਲੇ ਗੁਰਮੰਤਰ ਲੈ ਰੱਖਾ ਹੈ, ਵੋ ਕਨਾਤੋ ਕੇ ਅੰਦਰ ਨਾ ਰਹੇ। ਔਰ ਜਿਨ੍ਹਾਂ ਨੇ ਗੁਰਮੰਤਰ ਲੈਣਾ ਹੈ, ਜੋ ਸੈਂਟਰ ਮੇ ਕਨਾਤੇ ਲੱਗ ਰਹੀ ਹੈ, ਉਸਕੇ ਪਿੱਛੇ ਹੈ ਕੋਈ ਗੁਰਮੰਤਰ ਲੈਣੇ ਵਾਲਾ, ਵੋ ਉਨ ਕਰਾਤੋ ਕੇ ਅੰਦਰ ਆ ਜਾਏ ਸਟੇਜ ਕੀ ਤਰਫ। ਔਰ ਜੋ ਅੰਦਰ ਹੈ ਵੋ ਬੈਠੇ ਰਹੇ ਆਪਣੀ ਆਪਣੀ ਜਗ੍ਹਾ ਪੇ। ਆਪ ਗੁਰੂ ਜੀ ਕੇ ਹੁਕਮ ਅਨੁਸਾਰ ਸਭੀ ਕੋ ਆ ਗਿਆ ਹੈ, ਜਿਨ੍ਹਾਂ ਨੇ ਗੁਰਮੰਤਰ ਲੈਣਾ ਵੋ ਬੈਠੇ ਰਹੇ ਜੀ। ਗੁਰਮੰਤਰ ਲੈਣੇ ਕੇ ਲਈ ਕੋਈ ਜ਼ਿਆਦਾ ਟਾਈਮ ਨਹੀਂ ਲੱਗੇਗਾ। ਆਪਕੇ ਬੈਠਣੇ ਕੇ ਬਾਅਦ ਜੋ ਬਾਹਰ ਸੇ ਆ ਰਹੇ ਹੈ, ਉਨਕੇ ਬੈਠਣੇ ਕੇ ਬਾਅਦ 15 ਜਾਂ 20 ਮਿੰਟ ਲੱਗਤੇ ਹੈ ਗੁਰਮੰਤਰ ਲੈਣੇ ਕੇ ਲਈ। ਤੋ ਇਸ ਲਈ ਆਪ ਸਭੀ ਬੈਠੇ ਔਰ ਬਾਹਰ ਪਿੱਛੇ ਹੈ ਜੋ ਸੇਵਾਦਾਰ ਭਾਈ ਵੀ ਧਿਆਨ ਦੇ, ਸਭੀ ਆਗੇ ਭੇਜੇ ਕਨਾਤੋ ਕੇ ਅੰਦਰ ਜਿਨ੍ਹਾਂ ਨੇ ਗੁਰਮੰਤਰ ਲੈਣਾ ਹੈ। ਦੂਸਰੀ ਸੇਵਾਦਾਰ ਭਾਈ, ਬਹੁਤ ਹੀ ਜ਼ਰੂਰੀ ਬੇਨਤੀ ਸੁਣੇ, ਜੋ ਸੈਂਟਰ ਵਾਲੇ ਰਾਸਤੇ ਮੇਂ ਖੜਤੇ ਹੈ ਬਹਿਣੇ।